ਇੱਥੇ ਬਹਿਣ ਨੂੰ ਜਗ੍ਹਾ ਮਿਲੇ ਇੱਥੇ ਬਹਿ ਜਾਓ ਬੀਬੀ ਜਿਹੜੀਆਂ ਖੜੀਆਂ ਬਸ ਇੱਥੇ ਬਹਿ ਜਾਓ ਆਹੀ ਘੰਟਾ ਡੇਢ ਹੈ ਪਿਆਰਿਓ ਆਪਾਂ ਕਿਹੜਾ ਇੱਥੇ ਸਦਾ ਬੈਠੇ ਰਹਿਣਾ ਹੈ ਕੋਈ ਕਬਜ਼ਾ ਥੋੜਾ ਕਰਨਾ ਹੁੰਦਾ ਜਗ੍ਹਾ ਤੇ ਬਸ ਥੋੜਾ ਚਿਰ ਬਹਿਣਾ ਬਸ ਜਿਵੇਂ ਹੁੰਦਾ ਬੈਠੋ ਲਓ ਜੀ ਇਕਾਗਰ ਚਿੱਤ ਬੈਠਿਓ ਹੁਣ ਸਾਰਿਆਂ ਨੂੰ ਪਤਾ ਹੈ ਆ ਗਲਤ ਹੈ ਆ ਠੀਕ ਹੈ ਸਾਰੇ ਜਾਣਕਾਰੀ ਰੱਖਦੇ ਆ ਸਮਝ ਰੱਖਦੇ ਆ ਉਹ ਗਿਆਨ ਅਸੀਂ ਆਪਣਾ ਨਹੀਂ ਬਣਾਉਂਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਹੈ ਰਾਜਾਨ ਇਹ ਗੁਰੂ ਨਾਨਕ ਸਾਹਿਬ ਦਾ ਗਿਆਨ ਹੈ ਸਾਡਾ ਬਣ ਗਿਆ ਸਾਡਾ ਤੇ ਉਦੋਂ ਬਣੇਗਾ ਨਾ ਜਦੋਂ ਅਸੀਂ ਮੰਨਾਂਗੇ ਜਿਹੜੀ ਗੱਲ ਅਸੀਂ ਪੜ੍ਹਦੇ ਹਾਂ ਗੁਰਬਾਣੀ ਦੀ ਉਹਨਾਂ ਚਿਰ ਤੇ ਉਹ ਕਬੀਰ ਜੀ ਦਾ ਗਿਆਨ ਹੈ ਸਾਡਾ ਕਿਵੇਂ ਬਣਿਆ ਉਹਨਾਂ ਚਿਰ ਉਹ ਗੁਰੂ ਨਾਨਕ ਸਾਹਿਬ ਦੀ ਉਹਨਾਂ ਦਾ ਗਿਆਨ ਹੈ ਇਹ ਉਹਨਾਂ ਦੇ ਹਿਰਦੇ ਚੋਂ ਆ ਰਿਹਾ ਸਾਡੇ ਹਿਰਦੇ ਚੋਂ ਕਿੱਥੇ ਆ ਰਿਹਾ ਅਸੀਂ ਤੇ ਪੜ੍ਹ ਪੜ੍ਹ ਕੇ ਸੁਣਾ ਰਹੇ ਹਾਂ ਪਤਾ ਸਾਰਿਆਂ ਨੂੰ ਇਹ ਕੌਣ ਅਣਜਾਣ ਹੈ ਜੀ ਇੱਥੇ ਸਭ ਨੂੰ ਪਤਾ ਪਰ ਲੋੜ ਹੁੰਦੀ ਹੈ ਉਹਨੂੰ ਕਮਾ ਕੇ ਵਿਖਾਈਏ ਤੇ ਇਹਦੇ ਲਈ ਸਟਰਗਲ ਬਹੁਤ ਕਰਨਾ ਪੈਂਦਾ ਜਿਹੜੀ ਗੱਲ ਹੁਣ ਕਹਿਤੀ ਆਪਾਂ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਕਹਿਤੀ ਵੀ ਨਸ਼ਾ ਮਾੜਾ ਹੈ ਇਹ ਤੇ ਕਹਿਤਾ ਪਰ ਕੱਲ ਸ਼ਾਮ ਨੂੰ ਠੰਡ ਦਾ ਮੌਸਮ ਹੋਵੇ ਬੱਦਲ ਜੇ ਬਣ ਜਾਣ ਫਿਰ ਕਹਿਣਾ ਬਹੁਤ ਔਖਾ ਵੀ ਮਾੜੀ ਉੱਥੇ ਪਤਾ ਲੱਗਦਾ ਉਹਦੇ ਲਈ ਸਟਰਗਲ ਕਰਨਾ ਪੈਂਦਾ ਇਸੇ ਨੂੰ ਕਮਾਈ ਕਹਿੰਦੇ ਆ ਬਈ ਪਿਆਰਿਓ ਆਪਾਂ ਅੱਜ ਕੱਲ ਆਮ ਵੀ ਫਲਾਣੇ ਬਾਬੇ ਦੀ ਬੜੀ ਕਮਾਈ ਫਲਾਣੇ ਬਾਬੇ ਦੀ ਬੜੀ ਕਮਾਈ ਕਮਾਈ ਦਾ ਮਤਲਬ ਕੀ ਹੈ ਜੀ ਕਮਾਈ ਬਈ ਗੁਰੂ ਸਾਹਿਬ ਦੇ ਬਚਨਾਂ ਨੂੰ ਕਿੰਨਾ ਕੁ ਕਮਾਉਂਦਾ ਹੈ ਜਿਹੜੀ ਸੱਚ ਗੱਲ ਹੈ ਅਸਲ ਸੱਚ ਹੈ ਜਿਹੜਾ ਉਹਨੂੰ ਕਮਾਉਂਦਾ ਕਿੰਨਾ ਕੁ ਹੈ ਬਸ ਇਹ ਕਮਾਈ ਹੈ ਤੇ ਬਸ ਉਹਨੂੰ ਕਮਾਉਣ ਵਾਸਤੇ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਇਹੀ ਤਪ ਹੈ ਕੱਲ ਨੂੰ ਹੁਣ ਮੰਨ ਲਓ ਸੁਣੋ ਬਈ ਪਿਆਰਿਓ ਵੀਰੋ ਭਾਈਓ ਸੁਣੋ ਜਿਹੜਾ ਸ਼ਰਾਬ ਵਾਲੀ ਪੰਗਤੀ ਆਪਾਂ ਮੰਨ ਲਓ ਬਾਣੀ 'ਚ ਪੜ੍ਹ ਲਈ ਵੀ ਨਸ਼ਾ ਮਾੜਾ ਜਿਵੇਂ ਗੁਰੂ ਅਮਰਦਾਸ ਜੀ ਦਾ ਬਚਨ ਹੈ ਨਾ ਆਪਾਂ ਸਾਰੇ ਪੜ੍ਹਦੇ ਹਾਂ ਲੋ ਇੱਕ ਵਾਰੀ ਗਾ ਕੇ ਸੁਣੋ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਆ ਸ਼ਬਦ ਇੱਕ ਵਾਰ ਸੁਣਿਓ ਜਰਾ ਟਿਕਾ ਰੱਖਿਓ ਪਿਆਰਿਓ ਬਣਾ ਕੇ ਸੁਣੋ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਹੁਣ ਨਸ਼ਾ ਪੀ ਕੇ ਕਮਲ ਪੁਣਾ ਆ ਜਾਂਦਾ ਝੱਲ ਪੁਣਾ ਆ ਜਾਂਦਾ ਬੰਦੇ 'ਚ ਇੱਕ ਆਇਆ ਇੱਕ ਲਿਆਇਆ ਦੂਜੇ ਨੇ ਪਾਤੀ ਇਕੱਠੇ ਬਹਿ ਕੇ ਪੀਣ ਲੱਗ ਪਏ ਮਹਾਰਾਜ ਕਹਿੰਦੇ ਜਦੋਂ ਬੰਦੇ ਦੇ ਅੰਦਰ ਨਸ਼ਾ ਚੱਲੇ ਜਾਂਦਾ ਨਾ ਕਮਲਾ ਜਿਹਾ ਹੋ ਜਾਂਦਾ ਵੇਖਿਆ ਹੀ ਆਪਾਂ ਵੀ ਰਾਤ ਨੂੰ ਗਾਲਾਂ ਕੱਢਦੇ ਆ ਸਵੇਰੇ ਮਾਫੀਆਂ ਮੰਗਣੀਆਂ ਪੈਂਦੀਆਂ ਪੰਚਾਇਤਾਂ 'ਚ ਮਾਫੀਆਂ ਮੰਗਦਾ ਬੰਦਾ ਗਲਤੀਆਂ ਕਰ ਲੈਂਦਾ ਮੁੜ ਕੇ ਪਛਤਾਉਂਦਾ ਰਹਿੰਦਾ ਹੈ ਸੋ ਇਹ ਪੀਣ ਦੇ ਨਾਲ ਕਹਿੰਦੇ ਝੱਲ ਪੁਣਾ ਜਿਹਾ ਆ ਜਾਂਦਾ ਝੱਲਾ ਜਿਹਾ ਹੋ ਜਾਂਦਾ ਬੰਦਾ ਜਿਵੇਂ ਝੱਲਾ ਜਿਹਾ ਕਮਲਾ ਜਿਹਾ ਝੱਲਾ ਜਿਹਾ ਹੋ ਜਾਂਦਾ ਠੀਕ ਹੈ ਜੀ ਹੁਣ ਗੱਲ ਸਮਝ ਆ ਗਈ ਇਹ ਹੈ ਜੀ ਗੁਰਬਾਣੀ ਦਾ ਗਿਆਨ ਅਗਲਾ ਪੂਰਾ ਵੀ ਸੁਣ ਲਓ ਸ਼ਬਦ ਪੂਰਾ ਵੀ ਸੁਣ ਲਓ ਹਾਂਜੀ ਅੱਗੇ ਸੁਣ ਲਓ ਆਪਣਾ ਪਰਾਇਆ ਨਾ ਪਛਾਣਈ ਖਸਮੋਂ ਤੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗਾਹ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੇ ਮਹਿਨੀ ਪਾਵੇ ਥਾਓ ਬਸ ਸਤਿਗੁਰੂ ਦਾ ਸੱਚਾ ਗਿਆਨ ਲੈ ਕੇ ਬੰਦਾ ਸੱਚ ਮਦ ਪ੍ਰਾਪਤ ਕਰਦਾ ਅਸਲੀ ਨਸ਼ਾ ਪ੍ਰਾਪਤ ਕਰਦਾ ਹੈ ਤੇ ਗੁਰੂ ਦੇ ਮਹਿਲ ਵਿੱਚ ਰੱਬ ਦੇ ਮਹਿਲ ਵਿੱਚ ਉਹਨੂੰ ਥਾਂ ਮਿਲਦਾ ਰੱਬ ਦੇ ਮਹਿਲ ਵਿੱਚ ਥਾਂ ਮਿਲਣਾ ਕੀ ਹੈ ਵੀ ਕੁਦਰਤ ਦੇ ਨਿਯਮ ਉਹਦਾ ਨੁਕਸਾਨ ਨਹੀਂ ਕਰਦੇ ਕੁਦਰਤ ਜਿਹੜੀ ਆਲੇ ਦੁਆਲੇ ਰੱਬ ਹੀ ਹੈ ਸਾਰੇ ਪਾਸੇ ਹੁਣ ਕੁਦਰਤ ਨੇ ਨੁਕਸਾਨ ਕੀ ਨਹੀਂ ਕਰਨਾ ਹੈ ਕਿਤੇ ਝੱਲਾ ਹੋ ਕੇ ਜਿਹੜਾ ਦਿਮਾਗ ਖਰਾਬ ਹੋਏਗਾ ਉਹਨੇ ਕੁਦਰਤੀ ਸਿਸਟਮ ਹੈ ਜਿਹੜਾ ਉਹ ਕੁਦਰਤੀ ਸਹੀ ਚੱਲਣਾ ਹੈ ਤੈਂ ਸ਼ਰਾਬ ਪੀਣੀ ਹੈ ਉਹਦੇ ਨਾਲ ਖਰਾਬ ਹੋ ਜਾਣਾ ਹੁਣ ਜਦੋਂ ਤੂੰ ਸ਼ਰਾਬ ਪੀਣੀਓ ਹੀ ਨਹੀਂ ਤੇ ਭਾਵ ਕੁਦਰਤ ਦਾ ਜਿਹੜਾ ਸਿਸਟਮ ਬਣਾਇਆ ਤੇਰਾ ਦਿਮਾਗ ਹੈ ਖਰਾਬ ਹੋਣਾ ਹੀ ਨਹੀਂ ਭਾਵ ਸਜ਼ਾ ਮਿਲਣੀ ਨਹੀਂ ਹੁਣ ਲੀਵਰ ਬਣਾਇਆ ਹੈ ਲੀਵਰ ਖਰਾਬ ਨਹੀਂ ਹੋਣਾ ਸਿਹਤ ਖਰਾਬ ਨਹੀਂ ਹੋਣੀ ਭਾਵ ਰੱਬ ਦੀ ਮਹਿਲ ਵਿੱਚ ਥਾਂ ਰੱਬ ਦਾ ਮਹਿਲ ਕਿਹੜਾ ਜੀ ਆ ਸਾਰਾ ਮਹਿਲ ਹੀ ਹੈ ਇਹ ਜੱਗ ਸੱਚੇ ਕੀ ਹੈ
ਕੋਠੜੀ ਆ ਆਲੇ ਦੁਆਲੇ ਕੁਦਰਤ ਦੇ ਰੂਪ ਵਿੱਚ ਰੱਬ ਹੀ ਹੈ ਸਾਰੇ ਪਾਸੇ ਕੁਦਰਤ ਵਿੱਚ ਰਹਿਣਾ ਰੱਬ ਦੇ ਮਹਿਲ 'ਚ ਰਹਿਣਾ ਹੀ ਹੈ ਤੇ ਮਹਿਲ ਨੂੰ ਖਰਾਬ ਨਾ ਕਰੀਏ ਮਹਿਲ 'ਚ ਸੌਖਾ ਰਹਿ ਤੇਰਾ ਸਰੀਰ ਵੀ ਇਸ ਮਹਿਲ ਵਿੱਚ ਹੀ ਆਉਂਦਾ ਹੈ ਤੇ ਜੇ ਗਲਤੀ ਕਰਾਂਗੇ ਨਹੀਂ ਤੇ ਨੁਕਸਾਨ ਹੋਏਗਾ ਨਹੀਂ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਇਹ ਹੈ ਜੀ ਜਪ ਜਿਹੜਾ ਤੁਸੀਂ ਸੁਣ ਲਿਆ ਜਪ ਮਤਲਬ ਹੁੰਦਾ ਹੈ ਜਾਪ ਜਾਪ ਮਤਲਬ ਜਾਣ ਜਾਣੋ ਜਾਣ ਮਤਲਬ ਸਮਝ ਫਿਰ ਵੇਖੋ ਆਪਾਂ ਕਹਿੰਦੇ ਜਪ ਤਪ ਨਹੀਂ ਬੰਦਾ ਕਰਦਾ ਜਪ ਕੀ ਹੁੰਦਾ ਹੈ ਜਾਣੋ ਜਾਣ ਜਪ ਜਾਣ ਸਮਝ ਜਪ ਦਾ ਅਰਥ ਹੈ ਸਮਝ ਅਕਲ ਲੈ ਗਿਆਨ ਲੈ ਜਦੋਂ ਆਪਾਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ ਜਦੋਂ ਉਹਦਾ ਨਾਮ ਆਉਂਦਾ ਨਾ ਜਪ ਇਹਦਾ ਸਿੱਧਾ ਅਰਥ ਹੈ ਜਾਣ ਸਮਝ ਜਪ ਨੂੰ ਜੇ ਆਪਣੇ ਆਪਣੇ ਹੁਣ ਜੇ ਕਹੇ ਜਪ ਤਪ ਕਰੋ ਜਪ ਤਪ ਫਿਰ ਅਗਲਾ ਕਹਿੰਦਾ ਕਿਵੇਂ ਕਰੀਏ ਜਪ ਤਪ ਦਾ ਅਰਥ ਹੈ ਵਾਹਿਗੁਰੂ 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 ਸਾਰੀ ਰਾਤ ਬੈਠ ਕੇ ਤੇ ਕੀ ਹੋ ਰਿਹਾ ਕਹਿੰਦੇ ਜਪ ਤਪ ਹੋ ਰਿਹਾ ਆਖੋ ਸਤਨਾਮ ਦੀ ਵਾਹ ਜਪ ਮਤਲਬ ਜਾਣ ਜਪ ਮਤਲਬ ਸਮਝ ਜਪ ਮਤਲਬ ਸੋਚ ਵਿਚਾਰ ਗਿਆਨ ਲੈ ਨਾਮ ਜਪ ਦਾ ਅਰਥ ਹੈ ਨਾਮ ਦਾ ਅਰਥ ਹੈ ਗਿਆਨ ਜਪ ਮਤਲਬ ਗਿਆਨ ਲੈ ਜਾਣ ਜੋ ਸਮਝਾਇਆ ਜਾ ਰਿਹਾ ਉਹ ਸਮਝ ਨਾਮ ਦਾ ਅਰਥ ਹੈ ਗਿਆਨ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਰੱਬ ਦੇ ਨਿਯਮਾਂ ਬਾਰੇ ਜਾਣ ਸਭ ਤੇ ਉੱਤਮ ਹਰ ਕੀ ਕਥਾ ਕੀ ਹੈ ਵੀ ਹਰੀ ਤੇਰੇ ਆਲੇ ਦੁਆਲੇ ਹੈ ਇਹਦੇ ਬਾਰੇ ਸਮਝ ਕੁਦਰਤ ਦੇ ਨਿਯਮ ਸਮਝ ਇਹਦੇ ਬਾਰੇ ਜਾਣ ਕੁਦਰਤ ਦਾ ਵਿਧਾਨ ਕੀ ਹੈ ਕਿਵੇਂ ਰੱਬ ਕੰਮ ਕਰਦਾ ਰੱਬ ਮਤਲਬ ਕੁਦਰਤ ਕਿਵੇਂ ਕੰਮ ਕਰਦੀ ਹੈ ਉਹਦੇ ਨਿਯਮ ਕੀ ਨੇ ਉਹਨਾਂ ਨਿਯਮਾਂ ਨੂੰ ਜਾਣ ਹੁਣ ਮੇਰੇ ਵੀਰੋ ਸਮਝਿਓ ਜਪ ਇਹ ਤੇ ਸਮਝ ਆ ਗਈ ਜਾਣ ਜਾਣ ਲਿਆ ਗੁਰੂ ਅਮਰਦਾਸ ਜੀ ਦਾ ਸ਼ਬਦ ਸੁਣਨਾ ਕੀ ਹੈ ਜਪ ਸਮਝ ਲਿਆ ਸਮਝਣਾ ਤੇ ਕੱਲ ਸ਼ਾਮ ਨੂੰ ਜਦੋਂ ਗਿਆ ਠੇਕੇ ਤੇ ਅੱਜ ਜਿਹੜਾ ਜਪ ਹੈ ਅੱਜ ਜਪ ਕਰ ਲਿਆ ਸਮਝ ਲਿਆ ਤੇ ਕੱਲ ਨੂੰ ਜਦੋਂ ਜ਼ੋਰ ਪੈਣਾ ਅੰਦਰ ਵੀ ਚੱਲ ਹੁਣ ਠੇਕੇ ਤੇ ਚੱਲੀਏ ਯਾਰ ਬੇਲੀ ਬੈਠੇ ਆ ਉੱਥੇ ਬੰਦਾ ਕਵੇ ਵੀ ਨਹੀਂ ਯਾਰ ਕੱਲ ਸਮਝ ਗਿਆ ਸੀ ਅੱਜ ਜੋ ਸਮਝਿਆ ਉਹਨੂੰ ਕਰਕੇ ਵਿਖਾਉਣਾ ਗੱਲ ਸਮਝ ਵਿੱਚ ਤੇ ਆ ਗਈ ਸੀ ਅੱਜ ਉਹਨੂੰ ਕਰਕੇ ਵਿਖਾਉਣਾ ਲਓ ਜੀ ਅੱਜ ਬੰਦਾ ਜਪ ਕਰ ਗਿਆ ਕੱਲ ਸ਼ਾਮ ਨੂੰ ਜਦੋਂ ਪੀਤੀ ਨਹੀਂ ਉੱਥੇ ਫਿਰ ਕੀ ਕਰ ਗਿਆ ਤਪ ਕਰ ਗਿਆ ਗੁਰ ਸੇਵਾ ਤਪਾ ਸਿਰ ਤਪ ਸਾ ਇਹ ਹੈ ਜਪ ਤਪ ਜਿਹੜਾ ਅਸੀਂ ਜ਼ਿੰਦਗੀ 'ਚ ਕਰਦੇ ਹਾਂ ਸਾਰੀ ਜ਼ਿੰਦਗੀ ਜਪ ਤਪ ਚੱਲੇਗਾ ਤੁਹਾਡਾ ਸਵੇਰੇ ਸ਼ਾਮ ਬੜਾ ਜਪ ਤਪ ਕਰਨਾ ਪੈਂਦਾ ਜੀ ਸਮਝਣਾ ਵੀ ਪੈਂਦਾ ਤੇ ਕਮਾਉਣਾ ਵੀ ਪੈਂਦਾ ਹਰੇਕ ਨੂੰ ਜਪ ਤਪ ਕਰਨਾ ਪੈਣਾ ਸਮਝਣਾ ਤੇ ਕਮਾਉਣਾ ਸਮਝਣਾ ਤੇ ਕਮਾਉਣਾ ਪੰਗੇ ਬੜੇ ਪੈਣਗੇ ਲੋਕ ਵਿਰੋਧੀ ਹੋਣਗੇ ਵੈਰੀ ਹੋ ਜਾਣਗੇ ਵੱਡਾ ਦਾਨਾ ਬਣਿਆ ਫਿਰਦਾ ਤੂੰ ਵੱਡਾ ਬ੍ਰਹਮ ਗਿਆਨੀ ਹੋ ਗਿਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਦਾਂ ਦੀਆਂ ਗੱਲਾਂ ਕਰਨਗੇ ਤੂੰ ਸਾਡੇ ਤੋਂ ਅੱਡ ਹੋ ਗਿਆ ਪਰ ਜਿਹੜੇ ਜਪ ਤਪ ਕਰਨਾ ਚਾਹੁੰਦੇ ਹੋ ਕਰਕੇ ਵਿਖਾਓ ਸਮਝੋ ਪਹਿਲਾਂ ਜਪ ਮਤਲਬ ਜਾਣੋ ਤੇ ਤਪ ਮਤਲਬ ਕਰਕੇ ਵਿਖਾਓ ਇਹ ਕਮਾਈ ਕਰਕੇ ਵਿਖਾਓ ਤੇ ਇਹਦੇ ਇਹ ਜਿਹੜੀ ਕਮਾਈ ਕਰਨ ਦਾ ਮਤਲਬ ਹੈ ਇਹ ਸਾਰੀ ਲੜਾਈ ਤੇਰੀ ਤੇਰੇ ਆਪਣੇ ਨਾਲ ਹੋਣੀ ਹੈ ਆਪਣੇ ਆਪ ਨਾਲ ਝਗੜਾ ਕਰਕੇ ਕੱਲ ਆਪਾਂ ਗੱਲ ਕੀਤੀ ਸੀ ਨਾ ਵੀ ਆਪਣੇ ਆਪ ਨੂੰ ਸੱਥ 'ਚ ਖਿਲਾਰ ਆਪਣੇ ਆਪ ਨੂੰ ਕਚਹਿਰੀ 'ਚ ਖਿਲਾਰ ਆਪਣੇ ਆਪ ਨੂੰ ਸਜ਼ਾ ਦੇ ਆਪਣੇ ਆਪ ਨੂੰ ਆਪਣਾ ਜੱਜ ਤੈਨੂੰ ਆਪ ਬਣਨਾ ਪੈਣਾ ਆਪਣਾ ਜੱਜ ਬਣ ਕੇ ਆਪਣੇ ਆਪ ਨੂੰ ਕਚਹਿਰੀ 'ਚ ਬਾ ਖਿਲਾਰ ਕੇ ਆਪਣੇ ਆਪ ਨੂੰ ਸਜ਼ਾ ਦੇਣੀ ਪੈਣੀ ਹੈ ਉਹ ਜਿਹੜਾ ਸਟਰਗਲ ਕਰਨਾ ਪੈਣਾ ਹੈ ਜਿਹੜੇ ਜਿਹੜੀ ਤਕਲੀਫ ਝੱਲਣੀ ਪੈਂਦੀ ਹੈ ਇਹੀ ਤੇਰਾ ਤਪ ਹੈ ਹੋਰ ਕੋਈ ਇਦਾਂ ਦੀ ਗੱਲ ਨਹੀਂ ਸੀ ਗੁਰੂ ਜੀ ਨੇ ਕੀਤੀ ਬਈ ਜੇਠ ਆੜ ਦੇ ਮਹੀਨੇ ਦੇ ਵਿੱਚ ਤੂੰ ਧੂਣੀਆਂ ਲਾ ਲੈ 5-7 ਆਲੇ ਦੁਆਲੇ ਉਹਦੇ ਵਿੱਚ ਬਹਿ ਜਾ ਇਦਾਂ ਦਾ ਤਪ ਗੁਰਮਤ ਵਿੱਚ ਪ੍ਰਵਾਨ ਨਹੀਂ ਤੈਨੂੰ ਸਰੀਰ ਸਾੜਨ ਲਈ ਨਹੀਂ ਮਿਲਿਆ ਸਰੀਰ ਤੈਨੂੰ ਸਾੜਨ ਲਈ ਨਹੀਂ ਮਿਲਿਆ ਇਦਾਂ ਦਾ ਤਪ ਪ੍ਰਵਾਨ ਨਹੀਂ ਗੁਰਮਤ ਵਿੱਚ ਪੋਹ ਦੇ ਮਹੀਨੇ ਦੇ ਵਿੱਚ 100 ਗਾਗਰ ਪਾਣੀ ਦੀ ਸਿਰ 'ਚ ਪਾ ਕੇ ਨਾ ਇਦਾਂ ਦਾ ਤਪ ਪ੍ਰਵਾਨ ਨਹੀਂ ਤੁਸੀਂ ਕਹੋਗੇ ਕਿਉਂ ਪ੍ਰਵਾਨ ਨਹੀਂ ਕਿਉਂ ਇਸ ਕਰਕੇ ਪ੍ਰਵਾਨ ਨਹੀਂ ਇੱਕ ਤੇ ਸਰੀਰ ਗਾਲਣ ਲਈ ਨਹੀਂ ਮਿਲਿਆ ਸਰੀਰ ਨਾਲ ਧੱਕਾ ਨਾ ਕਰ ਹੱਥ ਨਾ ਕਰ ਧੱਕਾ ਨਾ ਕਰ ਦੂਜੇ ਨੰਬਰ ਤੇ 100 ਗਾਗਰ ਸਿਰ 'ਚ ਪਾਣੀ 'ਚ ਪਾ ਪਾਣੀ ਦਾ ਸਿਰ 'ਚ ਪਾ ਕੇ 100 ਗਾਗਰ ਨਹਾਏਗਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ
ਗਲਨਈਆਂ ਤੇ ਗਲ ਜਾ ਉੱਥੇ ਜਿੱਥੇ ਕੋਈ ਨਹੀਂ ਪਹੁੰਚਦਾ ਬਰਫਾਂ ਦੇ ਵਿੱਚ ਜਾ ਕੇ ਲੋਕਾਂ ਦੀ ਮੈਡੀਕਲ ਲੈ ਜਾ ਸੇਵਾ ਕਰ ਜਿਹੜੇ ਫਸੇ ਆ ਉਹਨਾਂ ਨੂੰ ਕੱਢ ਗਲ ਨਈਆਂ ਤੇ ਇਦਾਂ ਗਲ ਫਾਇਦਾ ਵੀ ਹੋ ਜੇ ਕਿਸੇ ਨੂੰ ਗੱਲ ਨਾਲ ਹੁਣ ਵੇਖੋ ਪਿਆਰਿਓ ਪੋਹ ਦਾ ਮਹੀਨਾ ਹੋਵੇ ਐਕਸੀਡੈਂਟ ਹੋ ਜਾਏ ਤੇ ਕਿਸੇ ਦੇ ਨਿਆਣੇ ਨੂੰ ਇਦਾਂ ਬੱਚੇ ਨੂੰ ਐਕਸੀਡੈਂਟ ਵਿੱਚੋਂ ਕਿਸੇ ਬਜ਼ੁਰਗ ਮਾਤਾ ਨੂੰ ਕਿਸੇ ਭੈਣ ਨੂੰ ਕਿਸੇ ਵੀਰ ਨੂੰ ਇਦਾਂ ਚੱਕ ਕੇ ਤੇ ਨੰਗੇ ਪੈਰੀ ਠੰਡ ਦੇ ਵਿੱਚ ਭੱਜ ਸਰੀਰ ਠਾਰਨ ਦਾ ਕੋਈ ਫਾਇਦਾ ਤੇ ਹੋਵੇ ਸਰੀਰ ਠਾਰਨ ਦਾ ਫਾਇਦਾ ਤੇ ਹੋਵੇ ਆ ਹੁਣ ਗਾਂ ਅਗਲਿਆਂ ਮਹੀਨਿਆਂ ਵਿੱਚ ਜਿਵੇਂ ਜੇਠ ਹਾੜ ਦੇ ਮਹੀਨਿਆਂ ਵਿੱਚ ਸੜਕਾਂ ਤਪਦੀਆਂ ਐ ਕਿਸੇ ਦਾ ਐਕਸੀਡੈਂਟ ਹੋਇਆ ਕੋਈ ਬਿਮਾਰ ਹੋਇਆ ਕੋਈ ਗਵਾਂਢ ਚੋਂ ਆਵਾਜ਼ ਮਾਰਦਾ ਭੱਜ ਫਿਰ ਬਿਨਾਂ ਚੱਪਲਾਂ ਪਾਉਣ ਤੋਂ ਹੀ ਚੱਕ ਕੇ ਭੱਜਣਾ ਪਵੇ ਭੱਜ ਸਾੜ ਛਾਲੇ ਕਰ ਪੈਰਾਂ ਤੇ ਫਾਇਦਾ ਤੇ ਹੋਵੇ ਕੋਈ ਆ ਹੈ ਤਪਣਾ ਜੇ ਫਾਇਦਾ ਹੁੰਦਾ ਹੈ ਕੋਈ ਤੇ ਫਿਰ ਕਰ ਫਿਰ ਬਿਨਾਂ ਗੱਲ ਤੋਂ ਹੀ ਸਾੜਨਾ ਬਿਨਾਂ ਗੱਲ ਤੋਂ ਹੀ ਗਾਲ ਦੇਣ ਦਾ ਕੀ ਅਰਥ ਹੈ ਕਲਗੀਧਰ ਦੇ ਪੈਰਾਂ ਵਿੱਚ ਕੰਡੇ ਵੱਜਦੇ ਐ ਪਰ ਅਰਥ ਹੈ ਕੋਈ ਉਹਨਾਂ ਦਾ ਉਹ ਬਿਨਾਂ ਗੱਲ ਤੋਂ ਹੀ ਨਹੀਂ ਗਾਲਦੇ ਫਿਰਦੇ ਵੀ ਮੈਂ ਬਿਨਾਂ ਗੱਲ ਤੋਂ ਹੀ ਤੁਰਪਾਂ ਮੈਂ ਕੰਡਿਆਂ ਦੇ ਉੱਤੇ ਮੈਂ ਸਰੀਰ 'ਚ ਕੰਡੇ ਵੱਜਣ ਮੇਰੇ ਇਹ ਮਤਲਬ ਨਹੀਂ ਉੱਥੇ ਤੇਰਾ ਅਰਥ ਕੀ ਹੈ ਇਹਦਾ ਲਾਭ ਕੀ ਹੈ ਇਹ ਕਰਦਾ ਕਿਉਂ ਹੈ ਤੇਰਾ ਟੀਚਾ ਕੀ ਹੈ ਤੇਰਾ ਏਮ ਕੀ ਹੈ ਇਹ ਕੁਛ ਕਰਨ ਦਾ ਤਾਂ ਕਰਕੇ ਮੈਂ ਵੀਰੋ ਭਾਈਓ ਬੇਨਤੀ ਕਰਦਾ ਵੀ ਜਾਣੋ ਜਪੋ ਜਪ ਤੇ ਫਿਰ ਉਸ ਤੋਂ ਬਾਅਦ ਕਮਾ ਤਪ ਤੇ ਜਿੰਨਾ ਜ਼ੋਰ ਲੱਗਣਾ ਤੇਰਾ ਖੁਦ ਦਾ ਲੱਗਣਾ ਹੈ ਸਾਡੇ ਵਰਗਿਆਂ ਦਾ ਕੀ ਐਸੀ ਤੇ ਕਹਿ ਕੇ ਗਏ ਜਿਹੜਾ ਮੈਨੂੰ ਕਮਾਉਣਾ ਪੈਣਾ ਉਹਦੇ ਤੇ ਮੇਰਾ ਜ਼ੋਰ ਲੱਗਣਾ ਹੈ ਜਿਹੜਾ ਤੈਨੂੰ ਕਮਾਉਣਾ ਪੈਣਾ ਉਹਦੇ ਤੇ ਤੇਰਾ ਜ਼ੋਰ ਲੱਗਣਾ ਕਰਮੀ ਆਪੋ ਆਪਣੀ ਕੇ ਨੇੜਾ ਹੈ ਚਾਹੇ ਕੁਦਰਤ ਦੇ ਨੇੜੇ ਹੋ ਜਾ ਚਾਹੇ ਕੁਦਰਤ ਤੋਂ ਦੂਰ ਕੁਦਰਤ ਦੇ ਨੇੜੇ ਰੱਬ ਦੇ ਨੇੜੇ ਹੋਣਾ ਕੁਦਰਤ ਦੇ ਨੇੜੇ ਹੋਣਾ ਆ ਫੈਲਿਆ ਹੋਇਆ ਸਾਰੇ ਪਾਸੇ ਰੱਬ ਹੀ ਹੈ ਕੱਲ ਵੀ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਸੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕੁਦਰਤ ਦੇ ਨੇੜੇ ਹੋ ਚਾਹੇ ਦੂਰ ਹੋ ਕਰਤੂਤਾਂ ਮਾੜੀਆਂ ਕਰਕੇ ਕੁਦਰਤ ਤੋਂ ਦੂਰ ਚਲਿਆ ਜਾ ਰੱਬ ਦੇ ਨਿਯਮ ਤੋੜ ਭੋਗ ਸਜ਼ਾ ਗਲਤ ਖਾ ਵੱਧ ਖਾ ਨੁਕਸਾਨ ਕਰ ਕੁਦਰਤ ਦਾ ਨਿਯਮ ਹੈ ਹੁਣ ਹਰੇਕ ਦਾ ਵਿਧਾਨ ਹੈ ਨਾ ਜੀ ਕੁਦਰਤ ਦਾ ਵਿਧਾਨ ਬਣਿਆ ਕਿਸੇ ਦਾ ਸਰੀਰ ਪੰਜ ਰੋਟੀਆਂ ਖਾ ਸਕਦਾ ਕਈ ਬੰਦੇ ਕੰਮ ਕਰਨ ਵਾਲੇ ਨੇ ਸਰੀਰ ਤਕੜੇ ਨੇ 10 ਵੀ ਖਾ ਸਕਦੇ ਆ ਕਈਆਂ ਨੂੰ ਦੋ ਹੀ ਚਾਹੀਦੇ ਆ ਸਰੀਰ ਦੇ ਹਿਸਾਬ ਨਾਲ ਉਹਦੇ ਜ਼ੋਰ ਲੱਗਣ ਦੇ ਹਿਸਾਬ ਨਾਲ ਦੋ ਬਹੁਤ ਹੈ ਹੁਣ ਕੁਦਰਤ ਦਾ ਵਿਧਾਨ ਹੈ ਤੇ ਚਾਹੇ ਤੇ ਕੋਈ ਨਿਯਮ ਫੋਲੋ ਕਰਕੇ ਮੰਨ ਕੇ ਦੋ ਖਾ ਕੇ ਸੌਖਾ ਹੋ ਜਾ ਤੇ ਦੋ ਵਾਲਾ 10 ਖਾਏਗਾ ਫੇਰ ਵੀ ਫਿਰ ਡਾਕਟਰ ਨੇ ਕਹਿਣਾ ਕੋਲੇਸਟ੍ਰੋਲ ਵੀ ਵੱਧ ਗਿਆ ਯੂਰਿਕ ਐਸਿਡ ਵੀ ਵੱਧ ਗਿਆ ਟੀਜੀ ਵੀ ਵੱਧ ਗਿਆ ਫਿਰ ਸਾਰਾ ਕੁਝ ਹੀ ਵੱਧ ਜਾਣਾ ਹੋ ਜਾ ਦੂਰ ਕਾਦੇ ਤੋਂ ਬੋਲੋ ਕਾਦੇ ਤੋਂ ਦੂਰ ਕੁਦਰਤ ਤੋਂ ਯਾਰ ਕੁਦਰਤ ਦੇ ਨਿਯਮਾਂ ਤੋਂ ਕੁਦਰਤ ਦਾ ਨਿਯਮ 2 ਦਾ ਸੀ ਤੂੰ 10 ਤੇ ਲੈ ਗਿਆ ਹੋ ਗਿਆ ਦੂਰ ਤੇ ਜਿਵੇਂ ਜਿਵੇਂ ਤੂੰ ਤੈਨੂੰ ਪਤਾ ਲੱਗਦਾ ਜਾਏਗਾ ਵੀ ਮੇਰੇ ਵਿਧਾਨ ਕੁਦਰਤ ਆ ਚਾਹੁੰਦੀ ਹੈ ਨੇੜੇ ਹੋ ਜਾ ਆਕਸੀਜਨ ਘਟਦੀ ਜਾ ਰਹੀ ਹੈ ਦਰਖਤ ਪਟਦੇ ਜਾ ਰਹੇ ਆ ਲਾ ਲਓ ਕੁਦਰਤ ਦੇ ਨੇੜੇ ਹੋ ਜਾਓ ਬਸ ਦੂਰ ਜਾਈ ਜਾਓ ਭਾਵੇਂ ਨੇੜੇ ਜਾਈ ਜਾਓ ਮਰਦੀ ਸਾਡੀ ਹੈ ਉਹਨੇ ਤੇ ਸਿਸਟਮ ਬਣਾਇਆ ਹੈ ਜੇ ਨਿਯਮਾਂ ਨੂੰ ਸਮਝਾਂਗੇ ਦਰਖਤੀ ਦਰਖਤ ਲਾ ਦਿਓ ਦਰਖਤੀ ਦਰਖਤ ਤੇ ਬਰਸਾਤਾਂ ਰੁਕਣਗੀਆਂ ਫਿਰ ਕਦੇ ਵੀ ਨਹੀਂ ਮੈਂ ਇਧਰਲੇ ਪਾਸੇ ਵੇਖਿਆ ਤਮਿਲਨਾਡੂ ਦੇ ਏਰੀਏ ਵਿੱਚ ਇੱਕ ਜਗ੍ਹਾ ਹੈ ਉੱਥੇ ਬਰਸਾਤ ਹੀ ਨਹੀਂ ਹਟਦੀ ਆ 3-4 ਮਹੀਨੇ ਇਦਾਂ ਦੇ ਆਉਣੇ ਆ ਪਿਆਰਿਓ ਉੱਥੇ ਮੀਂਹ ਪੈਣਾ ਹੀ ਪਈ ਜਾਂਦਾ ਅੱਧਾ ਘੰਟਾ ਮੀਂਹ ਰੁਕਿਆ ਫੇਰ ਬਰਸਾਤ ਸ਼ੁਰੂ ਫੇਰ ਘੰਟਾ ਰੁਕਿਆ ਫੇਰ ਬਰਸਾਤ ਸ਼ੁਰੂ ਹਟਦਾ ਹੀ ਨਹੀਂ ਕਿਉਂ ਨਹੀਂ ਹਟਦਾ ਉੱਥੇ ਦਰਖਤ ਇਦਾਂ ਹੈ ਜਿਵੇਂ ਤੁਸੀਂ ਬੈਠੇ ਆ ਜੰਗਲ ਹੀ ਜੰਗਲ ਜਦੋਂ ਉਹਦੇ ਵਿੱਚ ਵੜਨਾ ਹੁੰਦਾ ਉਹਨਾਂ ਦੇ ਜਿਹੜੇ ਬੰਦੇ ਆ ਨਾ ਆਪਾਂ ਤੇ ਵਾੜੀ ਨਹੀਂ ਨਾ ਸਕਦੇ ਸਾਨੂੰ ਤੇ ਤਜਰਬਾ ਹੀ ਕੋਈ ਨਹੀਂ ਉਹ ਬੰਦੇ ਦਾਤਰ ਫੜਦੇ ਨੇ ਫਿਰ ਉਹਦੇ ਵਿੱਚ ਵੜਦੇ ਨੇ ਫਿਰ ਜਾ ਕੇ ਉਹ ਦਰਖਤ ਕੱਟ ਕੱਟ ਕੇ ਪਤਾ ਨਹੀਂ ਇੱਥੋਂ ਡਾਣੀਆਂ ਕੱਟ ਕੱਟ ਕੇ ਲੰਘਦੇ ਆ ਵਿੱਚੋਂ ਵਿੱਚ ਵੜਨਾ ਬੜਾ ਔਖਾ ਹਾਥੀ ਨੇ ਚੀਤੇ ਛੇਰ ਨੇ ਉੱਥੇ ਅਜੇ ਵੀ ਜੰਗਲਾਂ ਦੇ ਵਿੱਚ ਤੇ ਇੱਕ ਏਰੀਆ ਹੈ ਐਦਾਂ ਕਹਿ ਲਓ ਤੁਸੀਂ ਵੀ 50 ਕਿਲੋਮੀਟਰ ਦਾ 60-70 ਕਿਲੋਮੀਟਰ ਦਾ ਹੋਣਾ ਚਲੋ ਇੰਨਾ ਕੀ ਏਰੀਆ ਹੈ ਮੀਂਹ ਨਹੀਂ ਹਟਦਾ ਉੱਥੇ
ਉੱਤੇ ਲੋਕਾਂ ਦਾ ਘਰ ਬਣੇ ਐ, ਸ਼ਹਿਰ ਐ ਛੋਟਾ ਜਿਹਾ, ਹੋਟਲ ਬਣਾਏ ਐ, ਲੋਕ ਵਿਦੇਸ਼ਾਂ ਵਿੱਚੋਂ ਆਉਂਦੇ ਐ ਘੁੰਮਣ ਵਾਸਤੇ ਵੀ, ਜਿੱਥੇ ਮੀਂਹ ਨਹੀਂ ਹਟਦਾ ਵੇਖ ਕੇ ਆਈਏ, ਬਰਸਾਤ ਨਹੀਂ ਹਟਦੀ, ਤੇ ਉੱਥੇ ਨਾ ਜੀ ਉਧਰ ਦੀ ਸਰਕਾਰ ਨੇ ਆਖਿਆ ਤੁਹਾਨੂੰ ਸਹੂਲਤ ਦੇਣੀ ਐ, ਤੇ ਸਹੂਲਤ ਦੇਣ ਵਾਲਿਆਂ ਨੇ ਕਿਹਾ ਰੇਲਵੇ ਪਟੜੀ ਪਾ ਦਿਓ, ਤੁਹਾਨੂੰ ਰੇਲ ਦੇਵਾਂਗੇ, ਪਟੜੀ ਰੇਲ ਲਾਈਨ ਬਣਾਉਣੀ ਹੈ। ਤੇ ਉੱਥੋਂ ਦੇ ਲੋਕਾਂ ਨੇ ਸਟ੍ਰਾਈਕ ਕਰਤੀ, ਉੱਥੋਂ ਦੇ ਲੋਕਾਂ ਨੇ ਹੜਤਾਲ ਕਰਤੀ, ਕਹਿੰਦੇ ਕਿਉਂ, ਕਹਿੰਦੇ ਅਸੀਂ ਦਰਖਤ ਨਹੀਂ ਪੱਟਣ ਦੇਣੇ। ਉਹ ਕਹਿੰਦੇ ਸਹੂਲਤ ਤੇ ਤੁਹਾਡੇ ਵਾਸਤੇ ਹੀ ਹੈ, ਦਰਖਤ ਕਿਉਂ ਨਹੀਂ ਪੱਟਣ ਦੇਣੇ। ਕਹਿੰਦੇ ਜੇ ਦਰਖਤ ਪੱਟੋਗੇ, ਦਰਖਤ ਪੱਟਣ ਦੇ ਨਾਲ ਬਰਸਾਤ ਘਟੇਗੀ, ਅਸੀਂ ਬਰਸਾਤ ਨਹੀਂ ਘਟਣ ਦੇਣਾ ਚਾਹੁੰਦੇ, ਸਾਡਾ ਇਲਾਕਾ ਮਸ਼ਹੂਰ ਹੈ, ਦੁਨੀਆ ਦੇ ਲੋਕ ਆਉਂਦੇ ਆ ਵੇਖਣ ਲਈ, ਬੜੇ ਬੜੇ ਟੂਰ ਆਉਂਦੇ ਆ, ਉਹ ਆ ਕੇ ਸਾਡਾ ਏਰੀਆ ਵੇਖਦੇ ਆ, ਤੇ ਜੇ ਦਰਖਤ ਘਟ ਗਏ ਤੇ ਬਰਸਾਤ ਵੀ, ਬੋਲਦੇ ਆ ਗੁਰੂ ਪਿਆਰਿਓ, ਬਰਸਾਤ ਵੀ ਘਟ ਜਾਣੀ ਹੈ। ਅੱਛਾ ਜੀ, ਉਹਨੇ ਦਰਖਤ, ਉਹਨਾਂ ਲੋਕਾਂ ਨੇ ਸਹੂਲਤ ਨਹੀਂ ਲਈ ਟ੍ਰੇਨ ਦੀ, ਫਾਇਦਾ ਬਹੁਤ ਹੋਣਾ ਟ੍ਰੇਨ ਦਾ, ਟ੍ਰੇਨ ਦਾ ਫਾਇਦਾ ਬਹੁਤ ਹੋਣਾ, ਉਹਨਾਂ ਨੇ ਟ੍ਰੇਨ ਦਾ ਫਾਇਦਾ ਨਹੀਂ ਲਿਆ, ਕਹਿੰਦੇ ਬਰਸਾਤ ਨਹੀਂ ਹੋਣੀ ਜੀ, ਕੀ ਕਰੀਏ। ਹੁਣ ਤੁਸੀਂ ਦੱਸੋ ਪਿਆਰਿਓ, ਤੁਸੀਂ ਸਾਰੇ ਸਹਿਮਤ ਹੋਵੋਗੇ ਇਸ ਗੱਲ ਨਾਲ ਵੀ ਬਰਸਾਤ ਘਟ ਜਾਏਗੀ ਜੇ ਉਹ ਦਰਖਤ ਘਟ ਦੇਣਗੇ, ਠੀਕ ਹੈ ਨਾ ਜੀ ਗੱਲ। ਤੇ ਜੇ ਹੁਣ ਆਪਣੇ ਬਰਸਾਤਾਂ ਘਟ ਗਈਆਂ ਤੇ ਫਿਰ ਕਿਉਂ ਘਟੀਆਂ, ਬੋਲੋ। ਅਸੀਂ ਲੋਕਾਂ ਨੇ ਦਰਖਤ ਕੱਟ ਦਿੱਤੇ ਐ, ਤੇ ਕੁਦਰਤ ਦਾ ਨਿਯਮ ਬਣਾਇਆ ਹੋਇਆ ਹੈ, ਚਾਹੇ ਮੀਂਹ ਪਵਾ ਲਓ ਤੇ ਚਾਹੇ ਘਟਾ ਲਓ, ਆਖੋ ਸਤਨਾਮ, ਤੇਰੀ ਮਰਜ਼ੀ ਹੈ। ਇੱਥੇ ਏਦਾਂ ਦਾ ਸਿਸਟਮ ਬਣਾਇਆ ਹੋਇਆ ਕੁਦਰਤ ਦੇ ਨਿਯਮ ਨੇ, ਚਾਹੇ ਵਧਾ ਲਓ ਚਾਹੇ ਘਟਾ ਲਓ, ਜਮਾਂ ਹੀ ਪੱਟ ਦਿਓ। ਰਾਜਸਥਾਨ ਵਿੱਚ ਕਈ ਜਗ੍ਹਾ ਏਦਾਂ ਦੀਆਂ ਜਿੱਥੇ ਬਰਸਾਤ ਬਹੁਤ ਘੱਟ ਪੈਂਦੀ ਹੈ, ਕੁਦਰਤ ਨੇ ਤੇ ਦੇ ਦਿੱਤਾ ਜੋ ਦੇਣਾ ਸੀ, ਜੋ ਕੁਛ ਪਾਇਆ ਸੋ ਰੱਬ ਨੇ ਤੇ ਬਣਾ ਲਿਆ, ਬਸ ਆਪ ਹੀ ਫੈਲ ਗਿਆ। ਉਹ ਕੱਲ ਵੀ ਗੱਲ ਕਰੇ, ਅਨਕ ਭਾਂਤ ਹੋਏ, ਲਓ ਪੰਗਤੀ ਪੜਿਓ, ਅਨਕ ਭਾਂਤ ਹੋਏ ਫਸਰਿਆ ਨਾਨਕ ਇੱਕ ਅੰਕਾਰ। ਅੱਜ ਕੱਲ ਤੇ ਸਾਡੇ ਪ੍ਰਚਾਰਕ ਜ਼ੋਰ ਲਾਇਆ ਪਿਆ ਉਹਨਾਂ ਨੇ ਵੀ ਰੱਬ ਦੋ ਹੈ, ਇੱਕ ਰੱਬ ਕਹਿੰਦੇ ਫੈਲਿਆ ਹੋਇਆ ਕੁਦਰਤ ਹੈ, ਇੱਕ ਕਹਿੰਦੇ ਹੋਰ ਹੈ ਜਿਹੜਾ ਵੇਖਦਾ, ਕਹਿੰਦੇ ਜੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਜੇ ਰੱਬ ਨੂੰ ਭਾਵੇ ਤੇ ਐਵੇਂ ਹੀ ਹੋ ਸਕਦਾ, ਰੱਬ ਨੂੰ ਭਾਵੇ ਤੇ ਐਵੇਂ ਹੀ ਹੋ ਸਕਦਾ। ਇਹਦਾ ਮਤਲਬ ਰੱਬ ਨੂੰ ਬਹੁਤ ਵਧੀਆ ਭਾਵੇ ਤੇ ਹੋ ਸਕਦਾ ਸਾਰਾ ਕੁਝ, ਦੱਸੋ ਪਿਆਰਿਓ, ਬਦਲ ਸਕਦਾ ਸਾਰਾ ਕੁਝ ਰੱਬ ਨੂੰ ਭਾਵੇ, ਜੇ ਇਦਾਂ ਮੰਨਦੇ ਹੋ ਫਿਰ ਇਹਦਾ ਮਤਲਬ ਜੋ ਅੱਜ ਹੋ ਰਿਹਾ ਰੱਬ ਨੂੰ ਭਾ ਰਿਹਾ ਨਾ, ਇਹਦਾ ਮਤਲਬ ਫਿਰ 84 ਵਾਲਾ ਜਿਹੜਾ ਸਿਸਟਮ ਹੋਇਆ ਹੈ, ਫਿਰ ਇਹਦੇ ਵਿੱਚ ਉਹਨਾਂ ਨੂੰ ਦੋਸ਼ ਕਿਉਂ ਦਿੰਦੇ ਆ, ਫਿਰ ਰੱਬ ਨੂੰ ਪਾਉਂਦਾ ਸੀ, ਰੱਬ ਨੂੰ ਪਾਉਂਦਾ ਹੀ ਸੀ ਫਿਰ, ਤਾਂ ਹੀ 84 ਚ ਹੋਇਆ। ਜੇ ਰੱਬ ਨੂੰ ਪਾਉਂਦਾ ਤੁਹਾਨੂੰ ਸਜ਼ਾ ਦਵਾ ਦਿੰਦਾ, ਰੱਬ ਨੂੰ ਪਾਇਆ ਜੋ ਹੋ ਗਿਆ, ਇਦਾਂ ਨਾ ਕਰੋ, ਛੱਡੋ, ਰੱਬ ਨੇ ਸਿਸਟਮ ਬਣਾਇਆ ਹੈ, ਤੈਂ ਦਰਖਤ ਪੱਟਦੇ ਤਾਂ ਬਰਸਾਤ ਨਹੀਂ ਹੋ ਰਹੀ, ਸਿਸਟਮ ਰੱਬ ਨੇ ਬਣਾਇਆ ਹੋਇਆ। ਐ ਨਾ ਤੁਸੀਂ ਕਹੋ ਵੀ ਉਹ ਵੇਖਦਾ ਹੈ ਤੇ ਵੇਖ ਵੇਖ ਕੇ ਚੁੱਪ ਕਰਕੇ ਬੈਠਾ ਹੈ। ਜੇ ਜਿੱਦਣ ਬੱਚੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾਣ ਲੱਗੇ ਸੀ ਨਾ, ਉਦੋਂ ਉਹਨੇ ਸਿਸਟਮ ਬਦਲ ਦੇਣਾ ਸੀ ਆਪਣਾ, ਐ ਨਹੀਂ ਕੀਤਾ ਉਹਨੇ, ਨਾ ਉਹ ਕਰਦਾ ਹੈ। ਸਾਡਾ ਸਾਰੇ ਸਿਸਟਮ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ, ਇੱਥੇ ਇੱਕੋ ਹੈ, ਦੋ ਨਹੀਂ। ਨਿਯਮਾਂ ਦੇ ਰੂਪ ਵਿੱਚ, ਕੁਦਰਤ ਦੇ ਰੂਪ ਵਿੱਚ ਇੱਕ ਹੀ ਪਰਮਾਤਮਾ ਸਾਰੇ ਪਾਸੇ ਵਿਆਪਕ ਹੈ, ਫੈਲਿਆ ਹੋਇਆ ਹੈ, ਇੱਥੇ ਦੋ ਨਹੀਂ, ਇੱਥੇ ਇੱਕ ਹੈ, ਬਲਿਹਾਰੀ ਕੁਦਰਤ ਵਸਿਆ ਆਪਣੀ ਕੁਦਰਤ ਦੇ ਵਿੱਚ, ਉਹ ਆਪ ਹੀ ਆਸਣ ਲਾ ਕੇ ਬੈਠਾ ਹੈ। ਕਰਨ ਕਰਨ ਪ੍ਰਭ ਏਕੋ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਜੋ ਦਿਸ ਰਿਹਾ ਜਲ ਥਲ ਮਹੀਅਲ ਸਭ ਵਿੱਚ ਉਹੀ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਥੇ ਦੂਜਾ ਨਹੀਂ ਕੋਈ, ਕੋਈ ਹੈ, ਗੋਬਿੰਦ ਹੀ ਫੈਲ ਗਿਆ, ਰੱਬ ਫੈਲ ਗਿਆ, ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਹਰ ਜਗ੍ਹਾ ਹਰ ਥਾਂ। ਤੇ ਜਿੱਦਣ ਸਾਡੇ ਦਿਮਾਗ 'ਚ ਰੱਬ ਦਾ ਸਿਸਟਮ ਸਮਝ ਆ ਗਿਆ ਨਾ,
ਉਦਣ ਜੇ ਤੁਸੀਂ ਕਹੋਗੇ ਆ ਸਟਰਕਚਰ ਜਿਹੜਾ ਮਜ਼ਬਾਂ ਦੇ ਸਟਰਕਚਰ ਬਣੇ ਹੋਏ ਆ ਚਾਹੇ ਹਿੰਦੂ ਮਜ਼ਬ ਹੈ ਚਾਹੇ ਇਸਲਾਮ ਮਜ਼ਬ ਹੈ ਚਾਹੇ ਈਸਾਈ ਮਜ਼ਬ ਹੈ ਚਾਹੇ ਸਿੱਖ ਮਜ਼ਬ ਹੈ ਮਜ਼ਬ ਨੇ ਜਿਹੜੇ ਜਿੱਦਣ ਸਾਨੂੰ ਸਮਝ ਆਈ ਵੀ ਰੱਬ ਇੱਕ ਹੈ ਆਪ ਹੀ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਹੈ ਇਸੇ ਨੂੰ ਧਰਮ ਕਹਿੰਦੇ ਆ ਜਿਹੜਾ ਇੱਕ ਇੱਕ ਫੈਲਿਆ ਹੋਇਆ ਹੈ ਇੱਕੋ ਹੀ ਧਰਮ ਹੈ ਉਹਦੇ ਨਿਯਮ ਜਿਹੜਾ ਮੇਰਾ ਮਾਲਕ ਅਨਕ ਭਾਂਤ ਹੋਏ ਪਸਰਿਆ ਨਾ ਜਿਹੜਾ ਆ ਪੰਕਤੀ ਵੀ ਇੱਕ ਵਾਰ ਗਾ ਲਓ ਸਮਝ ਲਿਓ ਧਿਆਨ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਲਓ ਜੀ ਪਰਮਾਤਮਾ ਹੀ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਹੈ ਉਹ ਇੱਕ ਸਾਰੇ ਪਾਸੇ ਪਸਰਿਆ ਹੋਇਆ ਉਹ ਆਪ ਹੈ ਧਿਆਨ ਨਾਲ ਮੇਰੀ ਗੱਲ ਸਮਝਿਓ ਜਦੋਂ ਸਾਨੂੰ ਇਹ ਸਮਝ ਆਏਗੀ ਕਿ ਇੱਕ ਰੱਬ ਹੈ ਸਾਰੇ ਪਾਸੇ ਪਸਰਿਆ ਹੋਇਆ ਇੱਕ ਪਰਮਾਤਮਾ ਹੈ ਇਹਨੂੰ ਕਹਿੰਦੇ ਕੁਦਰਤ ਇਸ ਕੁਦਰਤ ਨੂੰ ਕੁਦਰਤ ਦੇ ਕਾਨੂੰਨ ਨੂੰ ਕੁਦਰਤ ਦੇ ਵਿਧਾਨ ਨੂੰ ਕੁਦਰਤ ਦੇ ਨਿਯਮਾਂ ਨੂੰ ਸਾਡੇ ਸਤਿਗੁਰੂ ਜੀ ਰੱਬ ਕਹਿੰਦੇ ਰੱਬ ਉਹ ਕੁਦਰਤ ਤੋਂ ਵੱਖਰਾ ਨਹੀਂ ਮੰਨਦੇ ਕੁਦਰਤ ਹੀ ਰੱਬ ਹੈ ਫੈਲ ਗਿਆ ਹੁਣ ਕੁਦਰਤ ਦੀਆਂ ਜਿਹੜੀਆਂ ਸ਼ਰਤਾਂ ਹੈ ਉਹਨੀਆਂ ਉਹਨਾਂ ਨੂੰ ਪੂਰੀਆਂ ਕਰੋ ਤੇ ਜ਼ਿੰਦਗੀ ਸੌਖੀ ਲੰਘੇ ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲੋ ਤੇ ਜ਼ਿੰਦਗੀ ਔਖੀ ਹੋ ਜਾਏਗੀ ਨਿਯਮਾਂ ਮੁਤਾਬਕ ਚੱਲਾਂਗੇ ਜਾਨ ਸੌਖੀ ਹੈ ਨਿਯਮਾਂ ਤੋਂ ਉਲਟ ਚੱਲਾਂਗੇ ਜਾਨ ਔਖੀ ਹੋ ਜਾਏਗੀ ਨਿਯਮ ਫੋਲੋ ਕਰੋ ਮੀਂਹ ਪਵਾਉਣਾ ਕਿ ਨਹੀਂ ਪਵਾਉਣਾ ਮਾਫ਼ ਕਰਨਾ ਇਹ ਬੰਦੇ ਦੀ ਮਰਜ਼ੀ ਤੇ ਚੱਲਣਾ ਕੰਮ ਕੱਲ ਮੈਂ ਗੱਲ ਕਹੀ ਦੁਨੀਆ ਬਣਾਉਣੀ ਹੈ ਪਾਪੂਲੇਸ਼ਨ ਚਾਹੇ ਤੇ ਸਾਰੀ ਦੁਨੀਆ ਵੀ ਹਰ ਬੰਦਾ 10-10 ਬੱਚੇ ਜੰਮ ਲਵੇ ਤੇ ਫੈਸਲਾ ਕਰ ਲਓ ਵੀ ਬੱਚੇ ਜੰਮਣੇ ਹੀ ਨਹੀਂ ਤੇ ਇਹ ਕੀ ਹੈ ਖਤਮ ਹੋ ਜਾਏਗਾ ਸਾਰਾ ਕੁਝ ਇਹ ਤੇਰੇ ਤੇ ਹੈ ਕੁਦਰਤ ਨੇ ਨਹੀਂ ਵਿੱਚ ਆਉਣਾ ਉਹਨੇ ਤੇ ਬਣਾ ਦਿੱਤਾ ਸਿਸਟਮ ਰੱਬ ਨਹੀਂ ਉਹਨੇ ਸਿਸਟਮ ਬਣਾਇਆ ਉਹ ਤੈਨੂੰ ਸਮਝਣਾ ਪੈਣਾ ਮੰਨਣਾ ਪੈਣਾ ਹੁਣ ਗੱਲ ਧਿਆਨ ਨਾਲ ਸਮਝੋ ਰੱਬ ਦਾ ਬਣਾਇਆ ਵਿਧਾਨ ਜਦੋਂ ਸਮਝ ਆਏਗਾ ਫਿਰ ਸਾਨੂੰ ਪਤਾ ਲੱਗਣਾ ਵੀ ਸਾਰੇ ਥਾਵਾਂ ਤੇ ਰੱਬ ਹੈ ਹਰ ਪਾਸੇ ਜਿਹੜਾ ਫੈਲਿਆ ਹੋਇਆ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ ਨਿਰਗੁਣ ਵੀ ਸਰਗੁਣ ਵੀ ਉਹ ਆਪ ਹੀ ਹੈ ਫਿਰ ਅਸੀਂ ਇੱਕ ਰੱਬ ਜਦੋਂ ਸਮਝ ਗਏ ਫਿਰ ਸਾਡੇ ਦਿਮਾਗ 'ਚ ਆਉਣਾ ਵੀ ਜਿਹੜਾ ਅੱਜ ਮਜ਼ਬਾਂ ਦਾ ਸਿਸਟਮ ਹੈ ਨਾ ਮਜ਼ਬ ਨੇ ਜਿਹੜੇ ਇਹ ਕਈ ਨੇ ਪਰ ਧਰਮ ਇੱਕ ਹੈ ਧਰਮ ਕੀ ਹੈ ਪਰਮਾਤਮਾ ਦੇ ਨਿਯਮ ਪਰਮਾਤਮਾ ਦੇ ਕੁਦਰਤ ਦੇ ਜਿਹੜੇ ਨਿਯਮ ਨੇ ਇਹਨੂੰ ਅਸੀਂ ਧਰਮ ਕਹਿੰਦੇ ਹਾਂ ਇਹਨੂੰ ਅਸੀਂ ਰੱਬ ਕਹਿੰਦੇ ਹਾਂ ਹੁਣ ਧਰਮ ਇੱਕ ਹੈ ਪਰ ਗੁਰੂ ਸਾਹਿਬ ਸਾਨੂੰ ਧਰਮੀ ਬਣਾਉਣਾ ਚਾਹੁੰਦੇ ਆ ਸਾਡੇ ਦਸੇ ਪਾਤਸ਼ਾਹ ਸਾਨੂੰ ਧਰਮੀ ਬਣਾਉਣਾ ਚਾਹੁੰਦੇ ਆ ਉਹ ਚਾਹੁੰਦੇ ਸੀ ਕਿ ਅਸੀਂ ਇੱਕ ਧਰਮ ਨਾਲ ਜੁੜੀਏ ਕੁਦਰਤ ਦੇ ਕਾਨੂੰਨ ਨੂੰ ਨਿਯਮਾਂ ਨੂੰ ਸਮਝ ਕੇ ਮੰਨੀਏ ਮਜ਼ਬ ਤੇ ਇੱਥੇ ਪਹਿਲਾਂ ਹੀ ਬਹੁਤ ਸੀ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਮਜ਼ਬ ਸੀ ਇੱਥੇ ਗੁਰੂ ਸਾਹਿਬ ਨੇ ਮਜ਼ਬਾਂ ਨਾਲੋਂ ਤੋੜ ਕੇ ਤੇ ਧਰਮ ਦੇ ਨਾਲ ਸਾਨੂੰ ਜੋੜਿਆ ਕਿਉਂਕਿ ਮਜ਼ਬਾਂ ਦੇ ਵਿੱਚ ਗੋਲਕ ਸਿਸਟਮ ਆਉਂਦਾ ਹੈ ਮਜ਼ਬਾਂ ਦੇ ਵਿੱਚ ਅਰਦਾਸਾਂ ਦਾ ਸਿਸਟਮ ਆਉਂਦਾ ਹੈ ਮਜ਼ਬਾਂ ਦੇ ਵਿੱਚ ਰੱਬ ਦੀ ਕੀਤੀ ਤੇ ਤਰਕ ਕੀਤੀ ਜਾਂਦੀ ਹੈ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਤਰਲੇ ਕਰਦੇ ਹਾਂ ਤੂੰ ਇਦਾਂ ਨਹੀਂ ਇਦਾਂ ਕਰ ਪਰ ਜਿਹੜੀ ਅਸਲ ਰੱਬ ਦੀ ਭਗਤੀ ਉਹ ਕਹਿੰਦੇ ਰੱਬਾ ਤੂੰ ਸਾਰਾ ਕੁਝ ਜੋ ਕੀਤਾ ਚੰਗਾ ਹੀ ਕੀਤਾ ਹੈ ਜੋ ਘਾਟਾ ਆ ਉਹ ਸਾਡੀਆਂ ਕੁਦਰਤ ਦੇ ਕਸੂਰ ਕੱਢਿਆ ਹੀ ਨਹੀਂ ਜਾ ਸਕਦਾ ਦਰਖਤ ਪੱਟਣ ਦੀ ਘਾਟ ਸਾਡੀ ਹੈ ਕਮਜ਼ੋਰੀਆਂ ਸਾਡੀਆਂ ਹੈ ਪ੍ਰੋਬਲਮ ਸਾਡੀ ਹੈ ਰੱਬ ਦੇ ਉੱਤੇ ਸਾਨੂੰ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਪਰਮਾਤਮਾ ਨੇ ਜੋ ਸਿਸਟਮ ਬਣਾ ਦਿੱਤਾ ਆ ਰੱਬ ਦੇ ਉੱਤੇ ਸਾਨੂੰ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਦੱਸੋ ਪਿਆਰਿਓ ਸਮਝ ਕੇ ਦੱਸੋ ਵੀ ਰੱਬ ਦੇ ਉੱਤੇ ਸਾਨੂੰ ਗਿਲਾ ਕਰਨਾ ਚਾਹੀਦਾ ਵੀ ਰੱਬ ਨੇ ਗਲਤ ਕੀਤਾ ਦੱਸੋ ਕਦੇ ਨਹੀਂ ਕਰਨਾ ਚਾਹੀਦਾ ਰੱਬ ਦਾ ਸਿਸਟਮ ਤੇ ਬਣ ਗਿਆ ਗਿਲਾ ਕਰੀਏ ਆਪਣੇ ਆਪ ਉੱਤੇ ਗਿਲਾ ਕਰੀਏ ਆਪਣੇ ਸਿਸਟਮ ਦੇ ਉੱਤੇ ਗਿਲਾ ਕਰੀਏ ਅੱਜ ਦਾ ਸਿਸਟਮ ਜਿਹੜਾ ਅਸੀਂ ਵਿਧਾਨ ਘੜਿਆ ਸਾਡੇ ਸਿਧਾਂਤਾਂ ਤੇ ਗਿਲਾ ਹੈ ਰੱਬ ਦੇ ਸਿਧਾਂਤਾਂ ਉੱਤੇ ਕਦੇ ਕੋਈ ਬੰਦਾ ਗਿਲਾ ਕਰ ਹੀ ਨਹੀਂ ਸਕਦਾ ਉਹ ਭਗਤ ਕਾਹਦਾ ਹੈ
ਜਿਹੜਾ ਕਹਿੰਦਾ ਰੱਬਾ ਐ ਨਹੀਂ ਐ ਕਰ ਐ ਨਹੀਂ ਐ ਕਰ ਐ ਨਹੀਂ ਐ ਕਰ ਨਾ ਲਿਲਕੜੀਆਂ ਲਓ ਨਾ ਤਰਲੇ ਕਰੋ ਨਾ ਰੋਬ ਮਾਰੋ ਨਾ ਚੰਗਾ ਕਹੋ ਨਾ ਮਾੜਾ ਕਹੋ ਰੱਬ ਦਾ ਤੇ ਇੱਕ ਵਾਰੀ ਸਿਸਟਮ ਘੜਿਆ ਗਿਆ ਬਸ ਹੁਣ ਆਪਣੇ ਆਪ ਨਾਲ ਗੱਲਾਂ ਕਰੀਏ ਵੀ ਸਾਡੀਆਂ ਕਮੀਆਂ ਕਿੱਥੇ ਐ ਸਾਡੀ ਘਾਟ ਕਿੱਥੇ ਐ ਅਸੀਂ ਆਪਣੇ ਆਪ ਨੂੰ ਕਾਇਮ ਕਿਵੇਂ ਕਰੀਏ ਅਸੀਂ ਆਪਣੇ ਆਪ ਨੂੰ ਕੁਦਰਤ ਦੇ ਨਾਲ ਇੱਕਮਿਕ ਕਿਵੇਂ ਕਰੀਏ ਅਸੀਂ ਕੁਦਰਤ ਦੀਆਂ ਸ਼ਰਤਾਂ ਕਿਵੇਂ ਪੂਰੀਆਂ ਕਰੀਏ ਇਹ ਗੱਲ ਆਪਣੇ ਆਪ ਨਾਲ ਕਰੀਏ ਰੱਬ ਦਾ ਸਿਸਟਮ ਨਹੀਂ ਬਦਲਣਾ ਜਿਹੜਾ ਮੰਦਰਾਂ ਦੇ ਵਿੱਚ ਹੋ ਰਿਹਾ ਹੈ ਵੀ ਐ ਨਹੀਂ ਐ ਕਰਦੇ ਐ ਨਹੀਂ ਐ ਕਰਦੇ ਭਾਈ ਆਪਣੇ ਆਪ ਨਾਲ ਗੱਲ ਕਰ ਵੀ ਉਹ ਤੇ ਫੈਲਿਆ ਹੀ ਹੋਇਆ ਤੂੰ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਹੈ ਆ ਜਿਹੜਾ ਮਜ਼ਬਾਂ ਦਾ ਸਿਸਟਮ ਹੈ ਸਾਡੇ ਗੁਰੂ ਸਾਹਿਬ ਨੇ ਮਜ਼ਬਾਂ ਦਾ ਸਿਸਟਮ ਤੋੜ ਕੇ ਸਾਨੂੰ ਜੋੜਿਆ ਰੱਬ ਨਾਲ ਕੁਦਰਤ ਨਾਲ ਤੇ ਜਦੋਂ ਸਾਡੇ ਦਸੇ ਪਾਤਸ਼ਾਹ ਚਲੇ ਗਏ ਉਹਨਾਂ ਨੇ ਕਿਹਾ ਸੀ ਗਿਆਨ ਲਿਓ ਸਮਝ ਲਿਓ ਤੇ ਰੱਬ ਨਾਲ ਜੁੜਿਓ ਤੇ ਉਹਨਾਂ ਦੇ ਜਾਣ ਤੋਂ ਬਾਅਦ ਮਜ਼ਬਾਂ ਤੋਂ ਤੋੜਦੇ ਰਹੇ ਸਾਡੇ ਵਾਲਿਆਂ ਨੇ ਇੱਕ ਮਜ਼ਬ ਖੜਾ ਕਰ ਲਿਆ ਆਖੋ ਸਤਨਾਮ ਸਾਡੇ ਵਾਲਿਆਂ ਨੇ ਮਜ਼ਬ ਬਣਾ ਲਿਆ ਇੱਕ ਇੱਕ ਆ ਮਜ਼ਬ ਹੈ ਇੱਕ ਆ ਮਜ਼ਬ ਹੈ ਇੱਕ ਆ ਵੀ ਮਜ਼ਬ ਬਣਾ ਲਿਆ ਅਸਲ ਵਿੱਚ ਇੱਕ ਧਰਮ ਹੈ ਦੁਨੀਆ ਵਿੱਚ ਉਹ ਰੱਬ ਦਾ ਕੁਦਰਤ ਦਾ ਵਿਧਾਨ ਹੈ ਉਹਨੂੰ ਮੰਨੋ ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਨਿਯਮਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ ਪਰ ਸੱਚ ਦੀ ਕਥਾ ਸੁਣੇਗਾ ਕੌਣ ਆਪਾਂ ਜਿਵੇਂ ਆ ਬਚਨ ਪੜ੍ਹਦੇ ਹਾਂ ਵੀ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਸੱਚ ਦੀ ਕਥਾ ਸੁਣੀ ਨਹੀਂ ਜਾਂਦੀ ਕੌਣ ਸੁਣੇਗਾ ਦੱਸੋ ਅੱਜ ਸੁਣ ਲੈਣਗੇ ਆ ਸਿੱਖ ਸੁਣ ਲੈਣਗੇ ਅੱਜ ਦੇ ਸਮੇਂ ਵਿੱਚ ਜਿਹੜੇ ਮੇਰੇ ਸਾਹਮਣੇ ਬੈਠੇ ਹੋ ਕਿੱਦਾਂ ਸੁਣੋਗੇ ਮੈਂ ਪੁੱਛਦਾ ਰੱਬ ਹਰ ਜਗ੍ਹਾ ਹੈ ਕਿ ਨਹੀਂ ਹੈ ਬੋਲੋ ਬੋਲੋ ਪਿਆਰਿਓ ਸਾਰੇ ਜਗ੍ਹਾ ਰੱਬ ਹੈ ਨਾ ਤੇ ਰੱਬ ਦਾ ਤੀਰਥ ਵੀ ਫਿਰ ਹਰ ਜਗ੍ਹਾ ਹੀ ਹੈ ਰੱਬ ਦੇ ਚਰਨ ਇੱਥੇ ਪੈ ਰਹੇ ਕਿ ਨਹੀਂ ਪੈ ਰਹੇ ਪੈ ਰਹੇ ਆ ਸਾਡੇ ਦਿਲਾਂ 'ਚ ਧੜਕਦਾ ਕਿ ਨਹੀਂ ਧੜਕਦਾ ਧੜਕਦਾ ਵੇਖੋ ਕੁਦਰਤ ਦੇ ਵਿੱਚ ਦਰਖਤਾਂ 'ਚ ਵੇਖੋ ਹਰ ਜੀਵ ਦੇ ਵਿੱਚ ਸਾਹ ਲੈ ਰਿਹਾ ਕਿ ਨਹੀਂ ਲੈ ਰਿਹਾ ਆ ਪਤੰਗਿਆਂ ਦੇ ਵਿੱਚ ਹੈ ਕਿ ਨਹੀਂ ਹੈ ਸੂਰਜ ਵਿੱਚ ਚੰਦਰਮਾ ਵਿੱਚ ਤਾਰੇ ਆ ਕਿਵੇਂ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਇਹ ਰੱਬ ਹੈ ਜੋ ਸਾਡੇ ਸਾਹਮਣੇ ਆਇਆ ਹੋਇਆ ਹੈ ਅੱਜ ਪ੍ਰੈਜੈਂਟ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਹੈ ਆਏਗਾ ਨਹੀਂ ਆਇਆ ਵੀ ਨਹੀਂ ਸੀ ਪਹਿਲਾਂ ਅੱਜ ਹੈ ਇਸ ਵੇਲੇ ਹੈ ਜੇ ਸਾਡੇ ਸਮਝ ਚ ਆਵੇ ਗੱਲ ਤੇ ਫਿਰ ਮੈਨੂੰ ਇਹ ਦੱਸੋ ਵੀ ਰੱਬ ਜਿੱਥੇ ਵੀ ਹੋਵੇ ਰੱਬ ਦੇ ਚਰਨ ਪੈਣ ਉੱਥੇ ਰੱਬ ਦਾ ਤੀਰਥ ਹੋਇਆ ਕਿ ਨਾ ਹੋਇਆ ਹੋਇਆ ਪਰ ਸਾਨੂੰ ਇਸ ਰੱਬ ਵਾਲੇ ਤੀਰਥ ਬਾਰੇ ਤੇ ਜਾਣਕਾਰੀ ਕਿਸੇ ਨੇ ਦਿੱਤੀ ਨਹੀਂ ਤੀਰਥਾਂ ਨਾਲ ਜੋੜਿਆ ਵੀ ਇੱਥੇ ਮੱਥਾ ਟੇਕ ਲੈ ਇੱਥੇ ਮੱਥਾ ਟੇਕ ਲੈ ਇੱਥੇ ਮੱਥਾ ਟੇਕ ਲੈ ਐਂ ਕਿਉਂ ਨਹੀਂ ਦੱਸਦੇ ਵੀ ਰੱਬ ਹਰੇਕ ਥਾਂ ਤੇ ਆਇਆ ਸਾਰੀ ਧਰਤੀ ਨੂੰ ਤੀਰਥ ਬਣਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਂ ਕਿਉਂ ਨਹੀਂ ਦੱਸਦੇ ਵੀ ਸਾਰੀ ਧਰਤੀ ਤੀਰਥ ਹੈ ਜੇ ਰੱਬ ਹਰ ਜਗ੍ਹਾ ਹੈ ਤੇ ਸਾਰੀ ਜਗ੍ਹਾ ਤੀਰਥ ਹੈ ਤੁਸੀਂ ਰੱਬ ਵਾਲਾ ਤੀਰਥ ਕਿੱਧਰ ਗੁੰਮ ਕਰਤਾ ਸਾਡੇ ਗੁਰੂ ਸਾਹਿਬ ਨੇ ਕਿਹਦੇ ਨਾਲ ਜੋੜਿਆ ਸਾਨੂੰ ਰੱਬ ਨਾਲ ਪਰਮਾਤਮਾ ਨਾਲ ਪਰਮਾਤਮਾ ਕੀ ਹੈ ਕੁਦਰਤ ਕੁਦਰਤ ਦੇ ਜਰਰੇ ਜਰਰੇ ਵਿੱਚ ਪਰਮਾਤਮਾ ਆਪ ਹੀ ਹੈ ਉਹ ਆਪ ਹੀ ਫੈਲਿਆ ਹੋਇਆ ਤੇ ਰੱਬ ਵਾਲਾ ਤੀਰਥ ਕਿੱਥੇ ਹੈ ਸਾਨੂੰ ਗੋਲਕਾਂ ਕਿਉਂ ਰੱਖ ਲਈਆਂ ਤੁਸੀਂ ਜਗ੍ਹਾ ਜਗ੍ਹਾ ਤੇ ਵੀ ਆਹ ਜਗ੍ਹਾ ਰੱਬ ਦੀ ਆਹ ਜਗ੍ਹਾ ਰੱਬ ਦੀ ਆਹ ਜਗ੍ਹਾ ਰੱਬ ਦੀ ਇਹ ਕਿਉਂ ਨਹੀਂ ਕਹਿੰਦੇ ਵੀ ਸਾਰੀ ਜਗ੍ਹਾ ਰੱਬ ਦੀ ਹਰੇਕ ਥਾਂ ਰੱਬ ਦਾ ਗੁਰਬਾਣੀ ਤੇ ਇਹ ਕਹਿੰਦੀ ਹੈ ਪਰ ਤੁਸੀਂ ਬਣਾ ਲਈਆਂ ਥਾਵਾਂ ਲੋਕਾਂ ਨੂੰ ਕਹਿੰਦੇ ਆਓ ਜੀ ਸ਼ਰਧਾ ਰੱਖੋ ਜੀ ਨਹਾਓ ਜੀ ਮੱਥਾ ਟੇਕੋ ਜੀ ਆਓ ਜੀ ਲੈਣਾ ਬਣਾ ਬਣਾ ਕੇ ਤਾਂ ਤੁਸੀਂ ਰੌਲਾ ਪਾਇਆ ਕਿਉਂਕਿ ਗੋਲਕਾਂ ਰੱਖ ਕੇ ਬੈਠੇ ਹੋ ਤੁਸੀਂ ਵੀ ਆਓ ਭਰੋ ਸਾਡੀਆਂ ਗੋਲਕਾਂ ਹੋਰ ਕੋਈ ਗੱਲ ਨਹੀਂ ਹੈ ਤੁਹਾਡਾ ਗੋਲਕਾਂ ਦਾ ਚੱਕਰ ਹੈ ਸਾਰਾ ਤੁਹਾਡੀਆਂ ਚੌਧਰਾਂ ਦਾ ਚੱਕਰ ਹੈ ਸਾਰਾ ਤੁਸੀਂ ਬੁੱਧੂ ਬਣਾਇਆ ਗੁਰੂ ਨਾਨਕ ਦੇ ਸਿੱਖਾਂ ਨੂੰ ਬੁੱਧੂ ਬਣਾਉਣ ਵਾਲਾ ਸਿਸਟਮ ਅੱਜ ਪੂਰੀ ਤਰ੍ਹਾਂ ਨਾਲ ਚੱਲਦਾ ਹੈ ਕਿੱਥੇ ਸੁਣੀ ਜਾਏਗੀ ਜੀ ਸੱਚ ਦੀ ਕਥਾ ਸਾਡੇ ਦਿਲ ਇੰਨੇ ਵੱਡੇ ਕਿੱਥੋਂ ਹੋ ਜਾਣਗੇ ਵੀ ਰੱਬ ਦਾ ਤੀਰਥ ਸਮਝ ਆ ਜੇ ਸਾਡੇ ਸਾਡਾ ਦਿਮਾਗ ਇੰਨਾ ਸਟ੍ਰੈਚ ਕਿੱਥੇ ਹੋ ਸਕਦਾ ਕਲੇਸ਼ ਪਾ ਕੇ ਬਹਿ ਜਾਾਂਗੇ ਰੌਲਾ ਪਾ ਕੇ ਬਹਿ ਜਾਾਂਗੇ ਕੱਢੋ ਜੀ ਇਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਇਹ ਤੇ ਉਲਟ ਗੱਲਾਂ ਕਰਦੇ ਐ ਪਰ ਗੁਰਬਾਣੀ ਕਹਿੰਦੀ ਐ ਰੱਬ ਹਰ ਜਗ੍ਹਾ ਐ ਤੀਰਥ ਹਰ ਜਗ੍ਹਾ ਐ ਰੱਬ ਵਾਲਾ ਤੀਰਥ ਕਿੱਧਰ ਗਵਾਤਾ ਤੁਸੀਂ
ਰੱਬ ਤੇ ਮੇਰੇ ਅੰਦਰ ਸੀ ਤੂੰ ਕਹਿੰਦਾ ਫਲਾਣੇ ਥਾਂ ਤੇ ਆ ਇੱਥੇ ਰੱਬ ਦਾ ਘਰ ਵਿਖਾਈਏ ਤੈਨੂੰ ਇੱਥੇ ਰੱਬ ਦਾ ਘਰ ਵਿਖਾਈਏ ਸਾਡੇ ਗੁਰੂ ਸਾਹਿਬ ਨੇ ਰੱਬ ਨਾਲ ਜੋੜਿਆ ਤੇ ਰੱਬ ਤੇ ਸਾਰੇ ਥਾਵਾਂ ਤੇ ਹੈ ਮੇਰੇ ਜਿਹੜੇ ਮੈਂ ਘਰ ਰਹਿਣਾ ਮੇਰੇ ਘਰ ਰੱਬ ਨਹੀਂ ਬੋਲੋ ਜਿਹੜੇ ਖੇਤ 'ਚ ਕੰਮ ਕਰਦਾ ਉੱਥੇ ਰੱਬ ਨਹੀਂ ਜਿਹੜੇ ਪਿੰਡ 'ਚ ਰਹਿਣਾ ਮੇਰੇ ਪਿੰਡ 'ਚ ਰੱਬ ਨਹੀਂ ਫਿਰ ਆਹ ਸਿਸਟਮ ਕਿੱਥੋਂ ਆਇਆ ਇਹਨੂੰ ਮੈਂ ਕਹਿੰਦਾ ਇਹ ਪੁਜਾਰੀ ਦਾ ਸਿਸਟਮ ਹੈ ਪੂਜਾ ਦਾ ਧਾਨ ਖਾਣ ਵਾਲਿਆਂ ਨੇ ਜੇਬਾਂ ਖਾਲੀ ਕਰਾਉਣ ਵਾਲਿਆਂ ਨੇ ਇਹ ਇੱਥੋਂ ਪੈਦਾ ਹੋਇਆ ਇਹ ਪੁਜਾਰੀ ਦਾ ਸਿਸਟਮ ਹੈ ਸਾਰੇ ਦਾ ਸਾਰਾ ਇਹਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਢਾਂਚਾ ਖੜਾ ਕੀਤਾ ਹੈ ਇਹ ਦਸੇ ਸਰੀਰ ਜਦੋਂ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਇਹ ਢਾਂਚੇ ਖੜੇ ਕੀਤੇ ਆ ਇਹਨਾਂ ਨੇ ਸਾਡੇ ਗੁਰੂ ਸਾਹਿਬ ਨੇ ਕਿਸੇ ਵੀ ਥਾਂ ਨਾਲ ਨਹੀਂ ਜੋੜਿਆ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ ਪਰ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਰਹਿ ਕੇ ਛੱਡ ਦਿੱਤਾ ਸੀ ਬੋਲੋ ਬਈ ਗੁਰੂ ਅੰਗਦ ਸਾਹਿਬ ਨੇ ਕਿਹੜਾ ਸ਼ਹਿਰ ਵਸਾਇਆ ਸੀ ਖਡੂਰ ਸਾਹਿਬ ਤੇ ਤਰਨ ਉਹਨਾਂ ਨੇ ਕਰਤਾਰਪੁਰ ਨੂੰ ਬੋਲੋ ਛੱਡਤਾ ਸੀ ਕਹਿੰਦੇ ਵਿਚਾਰਧਾਰਾ ਮਹਾਨ ਹੈ ਥਾਂ ਮਹਾਨ ਨਹੀਂ ਜਗ੍ਹਾ ਮਹਾਨ ਨਹੀਂ ਵਿਚਾਰਧਾਰਾ ਮਹਾਨ ਹੈ ਜਗ੍ਹਾ ਨਾਲ ਨਹੀਂ ਜੋੜਿਆ ਥਾਵਾਂ ਨਾਲ ਨਹੀਂ ਜੋੜਿਆ ਗੁਰੂ ਅੰਗਦ ਸਾਹਿਬ ਤੇ ਕਲੇਸ਼ ਪਾ ਕੇ ਬਹਿ ਜਾਂਦੇ ਵੀ ਸ਼੍ਰੀ ਚੰਦ ਇੱਥੇ ਬਹਿ ਗਿਆ ਇਹਨੂੰ ਕੱਢੋ ਇੱਥੋਂ ਪੱਗ ਮੈਨੂੰ ਮਿਲੀ ਹੈ ਗੁਰਗੱਦੀ ਮੇਰੇ ਕੋਲ ਹੈ ਜ਼ਿੰਮੇਵਾਰੀ ਤੇ ਮੇਰੇ ਕੋਲ ਹੈ ਮੇਰੇ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਤੇ ਇੱਥੇ ਹੀ ਰਹਿ ਜਾਣਗੀਆਂ ਮੈਂ ਕਿਉਂ ਛੱਡਾਂ ਉਹ ਕਹਿੰਦੇ ਕੋਈ ਨਹੀਂ ਖਡੂਰ ਸਾਹਿਬ ਬਣਾਈਏ ਵਿਚਾਰਧਾਰਾ ਜਿਉਂਦੀ ਰਹਿਣੀ ਚਾਹੀਦੀ ਹੈ ਲੋਕਾਂ ਨੂੰ ਜਗ੍ਹਾ ਨਾਲ ਨਹੀਂ ਜੋੜਨਾ ਲੋਕਾਂ ਨੂੰ ਰੱਬ ਨਾਲ ਜੋੜਨਾ ਤੇ ਰੱਬ ਸਾਰਿਆਂ ਥਾਵਾਂ ਤੇ ਰਹਿੰਦਾ ਵਸਦਾ ਹੈ ਅਸੀਂ ਹਰੇਕ ਨੂੰ ਬੰਦੇ ਨੂੰ ਕਹਿਣਾ ਜਿੱਥੇ ਤੂੰ ਹੈ ਉੱਥੇ ਹੀ ਰੱਬ ਹੈ ਤੇਰੇ ਵਿੱਚ ਵੀ ਰੱਬ ਹੈ ਬਾਹਰ ਵੀ ਰੱਬ ਹੈ ਅਸੀਂ ਰੱਬ ਨਾਲ ਜੋੜਨ ਆਏ ਆ ਅਸੀਂ ਬੰਦਿਆਂ ਨਾਲ ਦੇਹਾਂ ਨਾਲ ਜੋੜਨ ਨਹੀਂ ਆਏ ਦੇਹਾਂ ਨਾਲ ਨਾ ਕਿਸੇ ਨੇ ਜੋੜਿਆ ਸੀ ਸੁਣੀ ਜਾਏਗੀ ਸੱਚ ਦੀ ਕਥਾ ਬਹੁਤ ਬਹੁਤ ਆਪਣੇ ਮਾਈਂਡ ਨੂੰ ਰੋਕ ਰੋਕ ਕੇ ਕਹਿ ਰਿਹਾ ਇਹ ਗੱਲਾਂ ਇਹਦੂ ਬਲੰਟ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਇਹ ਤੂੰ ਖੁੱਲ ਕੇ ਗੱਲ ਕਰ ਸਕਦਾ ਮੈਂ ਪਰ ਆਪਣੇ ਆਪ ਨੂੰ ਰੋਕ ਕੇ ਗੱਲ ਕਰ ਰਿਹਾ ਬਹੁਤ ਸਟੀਕ ਭਾਸ਼ਾ ਬਹੁਤ ਸਲੋ ਕਰ ਰਿਹਾ ਇਹ ਗੱਲ ਪਰ ਸੋਚ ਕੇ ਵੇਖੋ ਸੁਣ ਲੈਣਗੇ ਇਹ ਗੱਲ ਰੱਬ ਵਾਲਾ ਤੀਰਥ ਕਿੱਧਰ ਗਿਆ ਜੋ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਸੀ ਕਿਉਂ ਬਣਾਇਆ ਇਹ ਸਾਰਾ ਕੁਝ ਕੀ ਗੁਰੂ ਸਾਹਿਬ ਦੇ ਵੇਲੇ ਇਦਾਂ ਸੀ ਹੁਣ ਮੈਨੂੰ ਦੱਸੋ ਜਦੋਂ ਗੁਰੂ ਅੰਗਦ ਸਾਹਿਬ ਨੇ ਬਣਾ ਵਸਾਇਆ ਖਡੂਰ ਸਾਹਿਬ ਉਦੋਂ ਬਾਅਦ ਫਿਰ ਜਦੋਂ ਵਾਰੀ ਆਈ ਗੁਰੂ ਅਮਰਦਾਸ ਜੀ ਦੀ ਉੱਥੇ ਵੀ ਝਗੜਾ ਖੜਾ ਹੋਇਆ ਪੁੱਤਾਂ ਨੇ ਕਰ ਲਿਆ ਗੁਰੂ ਅੰਗਦ ਸਾਹਿਬ ਦੇ ਪੁੱਤਾਂ ਨੇ ਤੇ ਫਿਰ ਗੁਰੂ ਅਮਰਦਾਸ ਜੀ ਨੇ ਕੀ ਵਸਾਇਆ ਜਾ ਕੇ ਨਵਾਂ ਨਗਰ ਬੋਲੋ ਗੋਇੰਦਵਾਲ ਸਾਹਿਬ ਕਿ ਉੱਥੇ ਹੀ ਝਗੜਾ ਕਰਦੇ ਰਹੇ ਉਹਨਾਂ ਨੇ ਕਿਹਾ ਗੋਇੰਦਵਾਲ ਸਾਹਿਬ ਵਸਾ ਲਓ ਵਿਚਾਰਧਾਰਾ ਨਹੀਂ ਮਰਨੀ ਚਾਹੀਦੀ ਇੰਨਾ ਕੁ ਟਾਈਮ ਹੈ ਲੜਦਿਆਂ ਨਾਲ ਹੀ ਐਨਰਜੀ ਵੇਸਟ ਹੋ ਜਾਣੀ ਹੈ ਸਾਰਾ ਟਾਈਮ ਇੱਥੇ ਹੀ ਲੰਘ ਜਾਣਾ ਹੈ ਫਟਾਫਟ ਅੱਗੇ ਚੱਲੋ ਨਵੇਂ ਬੰਦੇ ਕਾਇਮ ਕਰੋ ਇਕੱਠੇ ਕਰਕੇ ਅੱਗੇ ਤਲਾਓ ਗੱਲ ਚੱਲਣੀ ਚਾਹੀਦੀ ਹੈ ਟਾਈਮ ਨਹੀਂ ਵੇਸਟ ਕਰਨਾ ਟਾਈਮ ਵੇਸਟ ਨਹੀਂ ਕਰਨਾ ਗੱਲ ਅੱਗੇ ਜਾਣੀ ਚਾਹੀਦੀ ਸਾਡੀ ਜੋ ਸਾਡੀ ਵਿਚਾਰਧਾਰਾ ਹੈ ਜੋ ਸਾਡੀ ਸੋਚ ਹੈ ਉਹ ਰੱਬ ਵਾਲਾ ਕਨਸੈਪਟ ਸਮਝ ਆਵੇ ਰੱਬ ਵਾਲਾ ਕਨਸੈਪਟ ਖਤਮ ਨਾ ਹੋ ਜਾਏ ਕਿਤੇ ਮਾਫ ਕਰਨਾ ਪਿਆਰਿਓ ਜਗ੍ਹਾ ਨਾਲ ਜੋੜਨ ਵਾਲੇ ਤੇ ਅਗਲੇ ਕਹਿੰਦੇ ਸੀ ਆ ਜਾ ਹਰਦੁਆਰ ਨਾਲਾ ਆ ਗਏ ਆ ਜਾ ਕੰਸ਼ੀ ਚ ਆ ਜਾ ਤੂੰ ਬਨਾਰਸ ਆ ਜਾ ਇਦਾਂ ਦੀਆਂ ਆਵਾਜ਼ਾਂ ਮਾਰਦੇ ਸੀ ਆ ਜਾ ਇੱਥੇ ਜਗ੍ਹਾ ਹੈ ਆ ਜਗ੍ਹਾ ਹੈ ਦੁਨੀਆ ਮੱਕੇ ਕਾਬੇ ਜਾਂਦੀ ਸੀ ਜਗ੍ਹਾ ਨਾਲ ਤੇ ਪਹਿਲਾਂ ਹੀ ਜੋੜਨ ਵਾਲੇ ਬਥੇਰੇ ਸੀ ਸਾਡੇ ਗੁਰੂ ਸਾਹਿਬ ਨੇ ਗਿਆਨ ਨਾਲ ਰੱਬ ਨਾਲ ਜੋੜਿਆ ਉਹ ਰੱਬ ਜਿਹੜਾ ਇੱਕ ਥਾਂ ਤੇ ਨਹੀਂ ਹਰ ਜਗ੍ਹਾ ਤੇ ਹੈ ਪਰ ਪ੍ਰੋਬਲਮ ਇਹ ਹੈ ਵੀ ਅੱਜ ਸਾਡਾ ਜਿਹੜਾ ਢਾਂਚਾ ਹੈ ਅੱਜ ਸਿੱਖ ਧਰਮ ਦਾ ਇਹ ਤੇ ਸਾਰੇ ਦਾ ਸਾਰਾ ਕਾਪੀ ਹੈ ਪੰਡਤਾਂ ਵਾਲੀ ਇਹ ਤੇ ਨਕਲ ਹੈ ਸਾਡੇ ਵਰਗੇ ਪ੍ਰਚਾਰਕ ਜਿਹੜੇ ਕਹਿੰਦੇ ਅਸੀਂ ਗੁਰਮਤ ਦਾ ਪ੍ਰਚਾਰ ਕਰਦੇ ਹਾਂ ਅਸੀਂ ਇਸ ਸਿਸਟਮ ਦੇ ਵਲੰਟੀਅਰ ਹਾਂ ਇਸੇ ਸਿਸਟਮ ਦੇ ਅਸੀਂ ਲੋਕ ਵਲੰਟੀਅਰ ਹਾਂ ਸੇਵਾਦਾਰ ਹਾਂ ਤੇ ਸੇਵਾਦਾਰ ਬਣਨਾ ਚਾਹੀਦਾ ਸੀ ਰੱਬ ਵਾਲੇ ਸਿਸਟਮ ਦੇ ਕੁਦਰਤ ਵਾਲੇ ਸਿਸਟਮ ਦੇ ਸਮਝਦੇ ਹੋ ਨਾ ਗੱਲ ਜਿਹੜਾ ਰੱਬ ਆ ਰੱਬ ਦਾ ਵਲੰਟੀਅਰ ਬਣ ਪਰਮਾਤਮਾ ਦਾ ਵਲੰਟੀਅਰ ਬਣ ਤੇ ਅਸੀਂ ਬਣ ਗਏ ਇਸ ਸਿਸਟਮ ਦੇ ਵਲੰਟੀਅਰ ਅੱਜ ਸਿਸਟਮ ਸਾਰੇ ਦਾ ਸਾਰਾ ਢਾਂਚਾ ਜਿਹੜਾ ਤੁਸੀਂ ਵੇਖੋ ਕਿਵੇਂ ਚੱਲ ਰਿਹਾ ਫਿਰ ਬੇਨਤੀ ਸੁਣੋ ਗੁਰੂ ਅਮਰਦਾਸ ਜੀ ਨੇ ਜਾ ਕੇ ਵਸਾਇਆ
ਗੋਇੰਦਵਾਲ ਸਾਹਿਬ ਔਰ ਖਡੂਰ ਸਾਹਿਬ ਛੱਡਤਾ ਮੁੜ ਕੇ ਗਏ ਉਹਨਾਂ ਨੇ ਐ ਨਹੀਂ ਕਿਹਾ ਮੇਰੀਆਂ ਨਿਸ਼ਾਨੀਆਂ ਮੇਰੇ ਗੁਰੂ ਸਾਹਿਬ ਦੀ ਜਗ੍ਹਾ ਕਹਿੰਦੇ ਵਿਚਾਰਧਾਰਾ ਬਚਣੀ ਚਾਹੀਦੀ ਫਿਰ ਆਈ ਵਾਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਹ ਅੰਮ੍ਰਿਤਸਰ ਵਸਾਉਂਦੇ ਐ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਵਸਾਉਂਦੇ ਐ ਚੱਲਦਾ ਰਿਹਾ ਨਾ ਇਹ ਸਿਲਸਿਲਾ ਤੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਵਸਾਉਂਦੇ ਐ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਕੋਲ ਤਾਕਤ ਸੀ ਕਿ ਨਹੀਂ ਵੀ ਸਾਰੇ ਅਸਥਾਨਾਂ ਦੇ ਉੱਤੇ ਆ ਕੇ ਇੱਕ ਵਾਰੀ ਜੇ ਚਾਹੁੰਦੇ ਲਿਆ ਕੇ 5-7 ਸੌ 5-7 ਹਜ਼ਾਰ ਫੌਜ ਦਾ ਬੰਦਾ ਨਾਲ ਤੇ ਜਿੰਨੇ ਅਸਥਾਨ ਸੀ ਸਾਰੇ ਅਸਥਾਨਾਂ ਦੇ ਉੱਤੇ ਕਬਜ਼ਾ ਕਰ ਲੈਂਦੇ ਪਰ ਉਹਨਾਂ ਨੇ ਸਾਰੀ એનર્ਜੀ ਅਨੰਦਪੁਰ ਤੇ ਲਾਈ ਕਹਿੰਦੇ ਵਿਚਾਰਧਾਰਾ ਨਾਲ ਜੋੜ ਕੇ ਗਏ ਐ ਸਾਨੂੰ ਕਿਤੇ ਨਹੀਂ ਆਏ ਕਿਤੇ ਨਹੀਂ ਕਿਹਾ ਵੀ ਬੱਚਿਓ ਚਲੋ ਵੀ ਆਓ ਬੱਚੇ ਵੀ ਦਾਦੀ ਮਾਤਾ ਨੂੰ ਭੇਜੋ ਵੀ ਜਾਓ ਵੀ ਇਹਨਾਂ ਨੂੰ ਜਾ ਕੇ ਫਟਾਫਟ ਜਾਓ ਇਹਨਾਂ ਨੂੰ ਲੈ ਕੇ ਜਾਓ ਇਸ਼ਨਾਨ ਕਰਾ ਕੇ ਲਿਆਓ ਨੀਆਂ 'ਚ ਜਿਣੇ ਜਾਣਾ ਕਿਤੇ ਗੱਲਾਂ ਛੋਟੀਆਂ ਦੱਸੋ ਪਿਆਰਿਓ ਜੇ ਕਲਗੀਆਂ ਵਾਲੇ ਆਪਣੀ ਆਈ ਤੇ ਆ ਜਾਂਦੇ ਤੇ ਉਹਨਾਂ ਨੂੰ ਅੰਮ੍ਰਿਤਸਰ ਆਉਣ ਤੋਂ ਵੀ ਰੋਕ ਸਕਦਾ ਸੀ ਬੋਲੋ ਬੋਲੋ ਪਿਆਰਿਓ ਨਹੀਂ ਰੋਕ ਸਕਦਾ ਸੀ ਸੋਚ ਨਾਲ ਜੋੜਿਆ ਗਿਆਨ ਨਾਲ ਜੋੜਿਆ ਸਾਨੂੰ ਜੋੜਿਆ ਸ਼ਬਦ ਨਾਲ ਗਿਆਨ ਨਾਲ ਰੱਬ ਨਾਲ ਤੇ ਰੱਬ ਸਾਰੀਆਂ ਥਾਵਾਂ ਤੇ ਹੈ ਤੇ ਰੱਬ ਦਾ ਗਿਆਨ ਵੀ ਸਾਰੀਆਂ ਥਾਵਾਂ ਤੇ ਹੈ ਚੰਗਾ ਚੰਗਾ ਗਿਆਨ ਲੈ ਸਮਝ ਪਰ ਕੀਤਾ ਕੀ ਹੈ ਜੀ ਅੱਜ ਸਾਰੇ ਦਾ ਸਾਰਾ ਢਾਂਚਾ ਟੋਟਲ ਕਾਪੀ ਕਰਦੇ ਤੇ ਸਾਡੇ ਵਰਗੇ ਵਲੰਟੀਅਰ ਬਣ ਕੇ ਅਸੀਂ ਜਿੰਨੇ ਮਰਜ਼ੀ ਜਸਟੀਫਾਈ ਕਰੀ ਜਾਈਏ ਆ ਐਦਾਂ ਹੈ ਜੀ ਆ ਐਦਾਂ ਹੈ ਜੀ ਆ ਐਦਾਂ ਹੈ ਜੀ ਪਰ ਜਦੋਂ ਰੱਬ ਦਾ ਕਨਸੈਪਟ ਸਮਝ ਚ ਆਉਂਦਾ ਹੈ ਵੀ ਕੁਦਰਤ ਸਾਰੇ ਪਾਸੇ ਫੈਲੀ ਹੈ ਇਹੀ ਰੱਬ ਹੈ ਤੇ ਉੱਥੇ ਫਿਰ ਜਸਟੀਫਾਈ ਕਰਨ ਜੋਗੇ ਰਹਿ ਜਾਂਦੇ ਆ ਕੋਈ ਠੋਸ ਜਵਾਬ ਨਹੀਂ ਆਉਂਦਾ ਸਾਨੂੰ ਉਸੇ ਦੇ ਵਲੰਟੀਅਰ ਨਾ ਬਣ ਕੇ ਰਹੀਏ ਤੇ ਸੱਚੇ ਹੈ ਹਰੀ ਦੀਆਂ ਗੱਲਾਂ ਲੋਕ ਸੁਣਨਾ ਨਹੀਂ ਚਾਹੁੰਦੇ ਰੱਬ ਦੀਆਂ ਕਿਉਂਕਿ ਜਿਹਦੇ ਨਾਲ ਜੁੜੇ ਐ ਉਹ ਇਹਨਾਂ ਨੂੰ ਦਿਸਦਾ ਹੈ ਤੇ ਜਿਹਦੇ ਨਾਲ ਜੁੜਨ ਨੂੰ ਕਿਹਾ ਜਾ ਰਿਹਾ ਹੈ ਉਹਦੇ ਨਾਲ ਪਿਆਰ ਪਾਉਣਾ ਔਖਾ ਹੈ ਹਾਲਾਂਕਿ ਦਿਸਦੇ ਨਾਲ ਪਿਆਰ ਪਾ ਲਓ ਤੁਹਾਨੂੰ ਤੁਹਾਡੇ ਸਾਹਮਣੇ ਸੂਰਜ ਚੰਦਰਮਾ ਦਿਸਦਾ ਨਹੀਂ ਆ ਦਿਲਾਂ 'ਚ ਧੜਕਦਾ ਦਿਸਦਾ ਨਹੀਂ ਤੇਰੇ ਪੁੱਤ ਦੇ ਦਿਲ 'ਚ ਧੜਕਦਾ ਨਹੀਂ ਤੇਰੀ ਮਾਂ ਦੇ ਦਿਲ 'ਚ ਨਹੀਂ ਧੜਕਦਾ ਤੇਰੇ ਪਿਤਾ ਦੇ ਦਿਲ 'ਚ ਧੜਕਦਾ ਕੌਣ ਹੈ ਜਿੱਦਣ ਉਹ ਧੜਕਣ ਵਾਲਾ ਨਿਕਲ ਗਿਆ ਉਦਣ ਚਾਰ ਜਣੇ ਚੁੱਕ ਕੇ ਲੈ ਕੇ ਜਾਣਗੇ ਸਾਹਮਣੇ ਸੀ ਤੇਰੇ ਇਹ ਰੱਬ ਅੱਜ ਆਇਆ ਹੋਇਆ ਹੈ ਤੂੰ ਇਸ ਰੱਬ ਨਾਲੋਂ ਟੁੱਟ ਕੇ ਕਿਹੜੀਆਂ ਕਿਹੜੀਆਂ ਥਾਵਾਂ ਨਾਲ ਜੁੜਿਆ ਫਿਰਦਾ ਜੋੜਿਆ ਰੱਬ ਨਾਲ ਪਰਮਾਤਮਾ ਨਾਲ ਹੈ ਪਰਮਾਤਮਾ ਹਰੇਕ ਦੇ ਵਿੱਚ ਹੈ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣੜਾ ਸਭ ਦੇ ਨੇੜੇ ਖੜਾ ਹੈ ਬਹੁਤ ਨੇੜੇ ਖੜਾ ਹੈ ਪਰ ਉਹਦੇ ਨਾਲੋਂ ਤੋੜ ਕੇ ਮਾਫ ਕਰਨਾ ਦੇਹਾਂ ਨਾਲ ਜੋੜਦਾ ਸਰੀਰਾਂ ਨਾਲ ਜੋੜਦਾ ਪਰ ਸਾਡੇ ਗੁਰੂ ਸਾਹਿਬ ਦਾ ਜ਼ੋਰ ਲੱਗਾ ਰਿਹਾ ਸਾਰੀ ਜ਼ਿੰਦਗੀ ਵੀ ਸਰੀਰਾਂ ਨਾਲ ਨਾ ਜੁੜ ਜੀ ਪਿਆਰਿਆ ਕਿਤੇ ਤੂੰ ਗਿਆਨ ਨਾਲ ਜੁੜ ਤੇ ਰੱਬ ਨਾਲ ਜੁੜ ਤੇ ਰੱਬ ਸਦਾ ਤੇਰੇ ਕੋਲ ਹੈ ਤੇਰੇ ਵਿੱਚ ਹੈ ਤੇਰੇ ਅੰਦਰ ਬਾਹਰ ਸਭ ਪਾਸੇ ਰੱਬ ਹੀ ਰੱਬ ਹੈ ਪਰਮਾਤਮਾ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਸਾਰੀ ਦੁਨੀਆ ਰੱਬ 'ਚ ਹੀ ਰਹਿੰਦੀ ਹੈ ਜੀ ਰੱਬ ਹੀ ਰੱਬ ਹੈ ਆਲੇ ਦੁਆਲੇ ਰੱਬ ਕਿੱਥੇ ਬਾਹਰ ਹੈ ਆ ਰੱਬ ਹੈ ਆ ਫੈਲਿਆ ਹੋਇਆ ਜਿਹੜਾ ਸਾਰੇ ਪਾਸੇ ਇਹ ਰੱਬ ਹੈ ਤੇ ਹਰੀ ਦੀ ਕਥਾ ਕੌਣ ਸੁਣੇਗਾ ਜਿੱਦਣ ਹਰੀ ਦੀ ਕਥਾ ਚੱਲੀ ਉਦੋਂ ਸਾਰਾ ਕੁਝ ਰਿਜੈਕਟ ਹੋ ਜਾਏਗਾ ਮੈਂ ਦਾਅਵੇ ਨਾਲ ਇਹ ਗੱਲ ਕਹਿ ਰਿਹਾ ਦਾਅਵੇ ਨਾਲ ਵੀ ਅੱਜ ਅਸੀਂ ਪ੍ਰਚਾਰਕ ਹਰੀ ਦੀ ਕਥਾ ਨਹੀਂ ਕਰਦੇ ਜਿੱਦਣ ਹਰੀ ਦੀ ਕਥਾ ਕਰੋਗੇ ਤੁਹਾਨੂੰ ਸਾਰਾ ਕੁਝ ਰਿਜੈਕਟ ਕਰਨਾ ਪੈਣਾ ਹੈ ਤੇ ਉਹ ਸਾਡਾ ਵਿਰੋਧ ਹੋਣਾ ਹੈ ਜਿਹੜਾ ਮਨਸੂਰ ਵਰਗਿਆਂ ਦਾ ਹੋਇਆ ਹੈ ਵੱਡੇ ਵੱਜੇ ਪੱਥਰ ਵੱਜੇ ਉਹ ਵਿਰੋਧ ਹੋਣਾ ਹੈ ਸਾਡਾ ਜਿਹੜਾ ਸੋਚਿਆ ਨਹੀਂ ਜਾ ਸਕਦਾ ਹਰੀ ਦੀ ਕਥਾ ਹਰੀ ਦੀ ਕਥਾ ਕਰਕੇ ਵੇਖੋ ਤੁਸੀਂ ਰੱਬ ਦੀ ਗੱਲ ਕਰੋ ਸਿਰਫ ਰੱਬ ਦੀ ਇੱਕੋ ਹੀ ਹੈ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਉਹੀ ਰੱਬ ਹੈ ਜਿਹੜਾ ਗੁਰੂ ਨਾਨਕ ਦੇ ਦਿਲ 'ਚ ਧੜਕਦਾ ਹੈ ਅਸੀਂ ਰੱਬ ਨਾਲ ਜੁੜੇ ਹਾਂ ਉਹ ਰੱਬ ਹੈ ਜਿਹੜਾ ਗੁਰੂ ਅੰਗਦ ਸਾਹਿਬ ਦੇ ਦਿਲ 'ਚ ਧੜਕਦਾ ਹੈ
ਉਹ ਰੱਬ ਜਿਹੜਾ ਦਸਾਂ ਪਾਤਸ਼ਾਹੀਆਂ ਦੇ ਅੰਦਰ ਧੜਕਦਾ ਹੈ ਸਰਕੂਲੇਸ਼ਨ ਰੂਪ ਹੋ ਕੇ ਬਲੱਡ ਸਰਕੂਲੇਸ਼ਨ ਐ ਚੱਲਦਾ ਹੈ ਉਹੀ ਰੱਬ ਜਿਹੜਾ ਫਤਿਹ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਅੰਦਰ ਧੜਕਦਾ ਹੈ ਉਹੀ ਰੱਬ ਜਿਹੜਾ ਤੇਰੇ ਪੁੱਤ 'ਚ ਵੀ ਧੜਕ ਰਿਹਾ ਜਿਹੜਾ ਤੇਰੇ ਬੱਚੇ 'ਚ ਵੀ ਧੜਕ ਰਿਹਾ ਉਹ ਰੱਬ ਉਹ ਹਰੀ ਦੀ ਕਥਾ ਹਰੀ ਦੀ ਕਥਾ ਨਹੀਂ ਹੋ ਰਹੀ ਉਹ ਕਥਾ ਹੋ ਰਹੀ ਹੈ ਜੋ ਪੁਜਾਰੀ ਕਥਾ ਕਰਵਾਉਣੀ ਚਾਹੁੰਦਾ ਹੈ ਅੱਜ ਅਸੀਂ ਉਹੀ ਕਥਾ ਕਰ ਰਹੇ ਹਾਂ ਜੋ ਕਥਾ ਪੁਜਾਰੀ ਕਰਾਉਣੀ ਚਾਹੁੰਦਾ ਹੈ ਜਿੱਦਣ ਰੱਬ ਦੀਆਂ ਗੱਲਾਂ ਚੱਲਣਗੀਆਂ ਨਾ ਉਦੋਂ ਸਾਰੇ ਦਾ ਸਾਰਾ ਢਾਂਚਾ ਉਖੜ ਜਾਏਗਾ ਰਿਜੈਕਟ ਹੋਏਗਾ ਸਾਰੇ ਦਾ ਸਾਰਾ ਢਾਂਚਾ ਜਿਹੜਾ ਅੱਜ ਢਾਂਚਾ ਪੁਜਾਰੀ ਨੇ ਦਿੱਤਾ ਸਾਨੂੰ ਸਮਝ ਆਏਗੀ ਪਿਆਰਿਓ ਤਾਂ ਕਰਕੇ ਸੁਣਨ ਵਾਸਤੇ ਆਪਣਾ ਦਿਲ ਦਿਮਾਗ ਤੇਜ਼ ਕਰੀਏ ਇਹਨੂੰ ਸਟ੍ਰੈਚ ਕਰੀਏ ਹੌਸਲੇ ਕਰੀਏ ਥੋੜਾ ਜਿਹਾ ਦਲੇਰ ਹੋ ਕੇ ਸੁਣੀਏ ਵੀ ਹਾਂ ਯਾਰ ਆਪਣੇ ਆਪ ਸੋਚਣ ਲੱਗੋ ਆ ਸਵਾਲ ਖੜੇ ਕਰੋ ਦਿਮਾਗ ਵਿੱਚ ਸੋਚੀ ਜਾਈਏ ਵੀ ਯਾਰ ਹੋਇਆ ਕੀ ਫਿਰ ਇਹ ਸਾਰਾ ਢਾਂਚਾ ਕਿੱਧਰ ਨੂੰ ਗਿਆ ਗੁਰੂ ਨਾਨਕ ਦੀ ਸੋਚ ਕਿੱਧਰ ਗਈ ਜਿਹੜੀ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਸੀ ਉਹ ਕਿੱਧਰ ਗਈ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਸੰਗਤ ਨੇ ਉੱਠਣਾ ਨਹੀਂ ਪਿਆਰਿਓ ਬੀਬੀਓ ਭੈਣੋ ਵੀਰੋ ਬਹਿ ਜਾਓ ਖੜੇ ਨਹੀਂ ਹੋਣਾ ਪੰਜ ਪਿਆਰੇ ਆਉਣਗੇ ਥੋੜਾ ਥਾਂ ਐ ਕਰੋ ਬੀਬੀਆਂ ਬੀਬੀਆਂ ਵਾਲੇ ਪਾਸੇ ਹੋ ਜਾਓ ਭੈਣੋ ਥੋੜੀਆਂ ਜਿਹਾ ਵੀਰ ਵੀਰਾਂ ਵਾਲੇ ਪਾਸੇ ਜਿਵੇਂ ਇੱਕ ਡੰਡੀ ਨਹੀਂ ਹੁੰਦੀ ਇਦਾਂ ਜਿਹਾ ਰਾਹ ਛੱਡ ਲਓ ਪਈ ਜਿੰਨਾ ਰਾਹ ਛੱਡਣ ਦੀ ਲੋੜ ਨਹੀਂ ਡੰਡੀ ਜਿੰਨਾ ਰਾਹ ਛੱਡ ਲਓ ਥੋੜਾ ਥੋੜਾ ਭੈਣਾ ਭੈਣਾਂ ਵਾਲੇ ਪਾਸੇ ਹੋ ਜਾਓ ਵੀਰ ਵੀਰਾਂ ਵਾਲੇ ਪਾਸੇ ਬਾਕੀ ਸੰਗਤ ਸਾਰੀ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਉੱਠਣਾ ਨਹੀਂ ਜੀ ਭੈਣੋ ਕਿਸੇ ਨੇ ਆਓ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆਏ ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਦਾਖਲਾ ਲਿਆ ਆਓ ਜੀ ਆਇਆਂ ਨੂੰ ਕਹੀਏ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲਾਡ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਗੁਰੂ ਜੀ ਲੜ ਲੱਗਿਓ ਪੱਲੇ ਨਾਲ ਲਾਈ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ ਲੱਗਿਆ ਪੱਲੇ ਨਾਲ ਲਾਈ ਰੱਖਿਓ ਬਾਬਾ ਬਾਬਾ ਨਾਲ ਲਾਈ ਰੱਖਿਓ ਬਾਬਾ ਬਾਬਾ ਪੱਲੇ 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 ਨਾਲ ਲਾਈ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਬਾਬਾ ਬਾਬਾ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਬਾਬਾ ਬਾਬਾ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਹਰ
ਤੀਰਥ ਲੜ ਲੱਗਿਆ ਗੁਰੂ ਜੀ ਬੰਦੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਰਾਹ ਵਿੱਚ ਹੀ ਬਹਿ ਜਾਓ ਰਾਹ ਵਿੱਚ ਹੀ ਬਹਿ ਜਾਓ ਰਾਹ ਵਿੱਚ ਹੀ ਬਹਿ ਜਾਓ ਪਿਆ ਜੋ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਅੱਗੇ ਜਗ੍ਹਾ ਹੈ ਨਹੀਂ ਇੱਥੇ ਹੀ ਬਹਿ ਜਾਓ ਜਿੱਥੇ ਖੜੇ ਹੋ ਪੱਲੇ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਜਿਨ੍ਹਾਂ ਨੇ ਦਾਖਲਾ ਲਿਆ ਬਹੁਤ ਬਹੁਤ ਵਧਾਈ ਸਾਰੇ ਬੈਠੋ ਆਪੋ ਆਪਣੀ ਜਗ੍ਹਾ ਉੱਤੇ ਕਿਸੇ ਨੇ ਉੱਠਣਾ ਨਹੀਂ ਜਿਵੇਂ ਜੁੜੇ ਹੋ ਜੁੜੇ ਰਹਿਣਾ ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਹੇ ਜਦੋਂ ਜਕਾਰਾ ਲੱਗੇ ਸੰਗਿਓ ਨਾ ਇੱਦਾਂ ਬਾਹਾਂ ਖੜੀਆਂ ਕਰਦੇ ਆ ਇਹਦੇ ਨਾਲ ਹੋਰਾਂ ਨੂੰ ਹੌਸਲਾ ਹੁੰਦਾ ਇਹਦੇ ਨਾਲ ਜਾਗਰਤੀ ਆਉਂਦੀ ਹੈ ਕਾਇਮ ਜੇ ਹੋ ਜਾਈਦਾ ਮਾੜਾ ਜਿਹਾ ਆਓ ਜਰਾ ਸਾਥ ਦਿਓ ਸੰਗਿਓ ਨਾ ਸਿੱਧੀਆਂ ਰੱਖਿਓ ਇੱਕ ਵਾਰ ਬੋਲੇ ਸੋ ਨਿਹਾਲ ਇੱਦਾਂ ਵੀਰੋ ਸਾਰੇ ਰਾਜ ਕਰੇਗਾ ਹਾਲ ਦੇਖਦੇ ਖੱਬੇ ਹੈ ਵਕਤ ਕੀ ਹੀਕ ਦੂਰ ਤੇ ਨਿਸ਼ਾਨ ਹੈ ਵਕਤ ਮਹਾਰਾਜ ਕੇ ਸਜਦੇ ਦੀਵਾਨ ਹੈ ਵਕਤ ਮਹਾਰਾਜ ਕੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਕੇ ਭਈ ਕਾਲ ਕੀ ਖਬਰ ਚਲਾਇਓ ਵਕਤ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਰੱਖ ਗੁਰੂ ਮੰਨਿਓ ਰੱਖ ਗੁਰੂ ਮੰਨਿਓ ਰੱਖ ਬੋਲੇ ਸੋ ਨਿਹਾਲ ਸ੍ਰੀ ਅਕਾਲ 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 ਵੇਖੋ ਪਿਆਰਿਓ ਜੇ ਤੇ ਗੱਲ ਹੋਵੇ ਨਾ ਜਕਾਰਿਆਂ ਜਕਾਰੇ ਲਾਉਣ ਵਾਲੀ ਮੈਂ ਕਹਿੰਦਾ ਇੱਕ ਤੋਂ ਇੱਕ ਗੱਲ ਇਦਾਂ ਦੀ ਕਰੀ ਜਾਗਾ ਤੁਸੀਂ ਜਕਾਰੇ ਲਈ ਜਾਣੇ ਨੇ ਇਦਾਂ ਦੀਆਂ ਗੱਲਾਂ ਐਂ ਹੋ ਗਿਆ ਐਂ ਹੋ ਗਿਆ ਬੜੇ ਜਕਾਰਿਆਂ ਵਾਲੀਆਂ ਗੱਲਾਂ ਆਉਂਦੀਆਂ ਮੈਨੂੰ ਬਹੁਤ ਆਉਂਦੀਆਂ ਪਰ ਮੈਂ ਨਹੀਂ ਲਵਾਉਣੇ ਚਾਹੁੰਦਾ ਮੈਂ ਕਹਿੰਦਾ ਆਹ ਠੀਕ ਹੈ ਪੰਜ ਪਿਆਰੇ ਆਏ ਆਪਾਂ ਜਕਾਰੇ ਲਾਏ ਪਰ ਜਿਹੜੀਆਂ ਮੈਂ ਗੱਲਾਂ ਕਰਦਾ ਉਹਨੂੰ ਧਿਆਨ ਨਾਲ ਸੋਚੋ ਉਹਨਾਂ ਨੂੰ ਦਿਮਾਗ ਵਿੱਚ ਰਿੜਕੋ ਅੰਦਰ ਚੱਲਣ ਦੇ ਰਿੜਕੀ ਜਾਓ ਪੱਕੀ ਗੱਲ ਹੈ ਮੱਖਣ ਨਿਕਲੂ ਜ਼ਰੂਰ ਜ਼ਰੂਰ ਨਿਕਲੂ ਕੁਛ ਨਾ ਕੁਛ ਨਿਕਲੂ ਵੀ ਯਾਰ ਹਾਂ ਗੱਲ ਸੋਚੋਗੇ ਨਾ ਜਦੋਂ ਡਿਸਕਸ਼ਨ ਕਰੋ ਅੰਤਰ ਵਾਰਤਾਲਾਪ ਅਟਰਨਲ ਡਾਇਲੋਗ ਅੰਦਰ ਚੱਲਣ ਦਿਓ ਸਾਰਾ ਫਿਰ ਵੇਖਿਓ ਵੀ ਕੀ ਕੁਛ ਨਿਕਲਦਾ ਅੰਦਰ ਇੱਕ ਵਾਰੀ ਤੇ ਉੱਥਲ ਪੁੱਥਲ ਮੱਚਦੀ ਹੋਈ ਹੈ ਵੀ ਦਿਸ ਕੀ ਰਿਹਾ ਹੈ ਕੀ ਹੈ ਬਣ ਕੀ ਗਿਆ ਬਣਾਇਆ ਕੀ ਸੀ ਇੱਕ ਵਾਰੀ ਤੇ ਹਿੱਲ ਜਾਂਦਾ ਬੰਦਾ ਪਰ ਹੌਲੀ ਹੌਲੀ ਜਦੋਂ ਸਮਝ ਪੈਂਦੀ ਹੈ ਫਿਰ ਅਗਲਾ ਕਹਿੰਦਾ ਮੇਰੇ ਆਈ ਹੈ ਸਮਝ ਚਲੋ ਹੌਲੀ ਹੌਲੀ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਫਿਰ ਹੌਲੀ ਹੌਲੀ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਅੱਠ ਤੋਂ ਸੋਲ੍ਹਾਂ ਬਣੀਆਂ ਬੱਤੀ ਬਣਾਂਗੇ 64 ਬਣਾਂਗੇ ਫਿਰ ਹੌਲੀ 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 ਇੱਦਾਂ ਹੀ ਹੋਏਗਾ ਫਿਰ ਪਰ ਜੇ ਆਪਾਂ ਇੱਦਾਂ ਹੀ ਸੋਚੀਏ ਵੀ ਬਸ ਵੀ ਭਾਈ ਬਚਿੱਤਰ ਸਿੰਘ ਜਾ ਰਿਹਾ ਹੱਥ ਵਿੱਚ ਨਾਗਨੀ ਉਹਨੇ ਐ ਮਾਰੀ ਸੱਤ ਤਵੇ ਚੀਰ ਦੀ ਮੱਥੇ ਦੇ ਵਿੱਚ ਜਾ ਬਚਕਾਰਾ ਲੱਗ ਜਾਣਾ ਉੱਥੇ
ਜਕਾਰੇ ਜਕਾਰੇ ਇਦਾਂ ਦੀਆਂ ਗੱਲਾਂ ਮੈਨੂੰ ਬਹੁਤ ਆਉਂਦੀਆਂ। ਮੈਂ ਆਪਣੀ ਜ਼ਿੰਦਗੀ 'ਚ ਮੈਨੂੰ ਹੁਣ 19 ਸਾਲ ਪ੍ਰਚਾਰ ਕਰਦੇ ਨੂੰ ਹੋ ਗਏ, ਮੇਰਾ ਖਿਆਲ ਹੈ 20ਵਾਂ ਚੱਲਦਾ, 20ਵਾਂ ਸਾਲ ਚੱਲਦਾ ਹੈ, 19 ਹੋ ਗਏ ਤੇ 19 ਸਾਲਾਂ 'ਚ ਜਿਹੜੀਆਂ ਜਕਾਰਿਆਂ ਵਾਲੀਆਂ ਗੱਲਾਂ ਮੈਂ ਬਹੁਤ ਕੀਤੀਆਂ ਤੇ ਮੇਰੇ ਰੱਟੀਆਂ ਪਈਆਂ, ਮੈਨੂੰ ਸੌਖੀਆਂ ਵੀ ਬਹੁਤ ਹੈ ਕਰਨੀਆਂ, ਇਹਦੇ 'ਤੇ ਮੇਰਾ ਜ਼ੋਰ ਵੀ ਨਹੀਂ ਲੱਗਦਾ, ਨਾ ਮੇਰਾ ਵਿਰੋਧ ਹੋਏਗਾ, ਨਾ ਕਿਸੇ ਨੇ ਰੌਲਾ ਪਾਉਣਾ, ਨਾ ਕਿਤੇ ਕੋਈ ਸਿਕਿਉਰਿਟੀ ਲਾਉਣ ਦੀ ਲੋੜ ਹੈ, ਨਾ ਪੁਲਿਸ ਵਾਲਿਆਂ ਨੂੰ ਆਉਣਾ ਪੈਣਾ, ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਉਹ ਗੱਲਾਂ ਤੇ ਬੜੀਆਂ ਹੁੰਦੀਆਂ। ਫਿਰ ਤੇ ਸਾਰੇ ਹੀ ਖੁਸ਼ ਨੇ ਆਲੇ ਦੁਆਲੇ ਵਾਲੇ ਬੰਦੇ ਜਿਹੜੇ ਵਿਰੋਧ ਕਰਦੇ, ਨਾ ਚੋਲਾ ਸਾਹਿਬ ਦੇ ਦੀਵਾਨ ਰੁਕਣੇ ਸੀ, ਨਾ ਅੰਮ੍ਰਿਤਸਰ ਦੇ ਰੁਕਣੇ ਸੀ, ਫਿਰ ਤੇ ਰੁਕਣਾ ਹੀ ਨਹੀਂ ਸੀ ਕਿਤੇ, ਜੇ ਉਹ ਗੱਲਾਂ ਕਰੀ ਚੱਲਣਾ ਜਕਾਰਿਆਂ ਵਾਲੀਆਂ ਬਥੇਰੀਆਂ ਕਰ ਲਾਂਗੇ। ਪਰ ਮੈਂ ਚਾਹੁੰਦਾ ਪਿਆਰਿਓ, ਗੁਰਬਾਣੀ ਦਾ ਸੱਚ ਸਾਡੇ ਕਿਵੇਂ ਨਾ ਕਿਵੇਂ ਦਿਮਾਗ 'ਚ ਆ ਜਾਏ, ਕਿਵੇਂ ਨਾ ਕਿਵੇਂ ਸਾਡੇ ਅੰਦਰ ਇਹ ਜ਼ਰੂਰ ਆਵੇ ਵੀ ਯਾਰ ਹੋ ਕੀ ਗਿਆ, ਇਹ ਸਾਡੇ ਨਾਲ ਏਡਾ ਧੋਖਾ ਕੀਤਾ ਕਿਨੇ, ਜਿਹੜੇ ਪੁਜਾਰੀ ਨੇ ਕੀਤਾ ਉਹਨੇ ਤੇ ਕੀਤਾ, ਪਰ ਜਿਹੜੇ ਬੰਦਿਆਂ ਦੇ ਸਮਝ 'ਚ ਆਇਆ ਉਹ ਬੋਲੇ ਕਿਉਂ ਨਹੀਂ, ਜਿਨ੍ਹਾਂ ਨੂੰ ਪਤਾ ਉਹ ਦੱਸਦੇ ਕਿਉਂ ਨਹੀਂ, ਉਹਨਾਂ ਨੇ ਕੋਈ ਪਲਾਨ ਕਿਉਂ ਨਹੀਂ ਬਣਾਇਆ ਦੱਸਣ ਦਾ, ਸਵਾਲ ਉੱਠਣ ਦਿਮਾਗ ਵਿੱਚ, ਸਟ੍ਰੈਚ ਹੋਵੇ ਤਾਂ ਸਾਡਾ ਰਲ ਮਿਲ ਕੇ ਬੈਠਣ ਦਾ ਲਾਭ ਹੈ। ਸੋ ਬਹੁਤ ਬਹੁਤ ਵਧਾਈ ਹੈ ਜੀ ਜਿਹੜੇ ਅੱਜ ਗੁਰੂ ਵਾਲੇ ਬਣੇ ਹੈ, ਜਿੰਨੇ ਮੇਰੇ ਵੀਰ ਭਰਾ ਭੈਣਾਂ ਆਏ ਆ ਜੀ, ਤੁਹਾਨੂੰ ਬਹੁਤ ਵਧਾਈਆਂ। ਤੇ ਤੁਸੀਂ ਹੁਣ ਦਾਖਲਾ ਲਿਆ, ਅੱਜ ਇਹ ਡਿਗਰੀ ਕੋਈ ਨਹੀਂ ਦਾਖਲਾ ਹੈ, ਇਹ ਪਹਿਲਾ ਇਹ ਪਹਿਲੇ ਦਿਨ ਆਏ ਆ ਜੇ ਦਾਖਲਾ ਲਿਆ, ਹੁਣ ਇੱਥੋਂ ਤੇ ਪੜ੍ਹਾਈ ਸ਼ੁਰੂ ਹੋਣੀ ਹੈ, ਇਹ ਪਹਿਲੇ ਡੰਡੇ ਤੇ ਪੈਰ ਰੱਖਿਆ, ਇਹਨੂੰ ਅਖੀਰ ਨਾ ਸਮਝ ਲਿਓ, ਇਹ ਪਹਿਲਾ ਹੈ ਅੱਜ, ਸਮਝ ਲਓ ਵੀ ਅਸੀਂ ਗੁਰਬਾਣੀ ਪੜ੍ਹਨੀ ਹੈ, ਸਮਝਣੀ ਹੈ, ਇਸ ਪਾਸੇ ਲੱਗਣਾ ਹੈ, ਇਹ ਆਪਾਂ ਸੋਚਿਆ ਅੱਜ ਸ਼ੁਰੂ ਕੀਤਾ। ਸੋ ਜੋ ਸਾਡਾ ਵਿਧਾਨ ਬਣਿਆ ਹੋਇਆ ਉਸ ਮੁਤਾਬਕ, ਜਿਵੇਂ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ, ਉਸੇ ਤਰ੍ਹਾਂ ਪੰਜ ਪਿਆਰੇ ਮਰਿਆਦਾ ਦ੍ਰਿੜ ਕਰਾਉਂਦੇ ਆ। ਸੋ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਹੋਰ ਵੀ ਜਿਹੜੇ ਸਿੰਘ ਵੀਰ ਭਰਾ ਭੈਣਾਂ ਤਿਆਰ ਹੋਏ ਹੋ, ਮਨ ਬਣਾਓ ਆਪਣੇ, ਦਾਖਲਾ ਲਈਏ, ਪੜ੍ਹਾਈ ਬਹੁਤ ਸੋਹਣੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। 14 ਅਪ੍ਰੈਲ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਸਾਡੇ ਵਿਸਾਖੀ ਵਾਲੇ ਦਿਨ, ਆ 5-6 ਦਿਨ ਹੀ ਰਹਿੰਦੇ ਆ ਵਿਸਾਖੀ ਵਾਲੇ ਦਿਨ, ਗੁਰਮਤਿ ਸਮਾਗਮ ਰਾਤ ਦਾ ਹੋਣਾ, ਉਦਣ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸ਼ਾਮ 4 ਵਜੇ ਵਿਸਾਖੀ ਵਾਲੇ ਦਿਨ 14 ਅਪ੍ਰੈਲ। ਜਿਹੜੇ ਵੀਰ ਭਰਾ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ, ਦਾਖਲਾ ਲਈਏ ਤੇ ਅੱਗੇ ਨੂੰ ਵਧੀਏ। ਸੋ ਚਲੋ ਜੀ, ਹੁਣ ਜਿਹੜੀ ਗੱਲ ਕਰਦੇ ਆ ਉਹ ਸਮਝੋ ਵੀ ਹਰੀ ਦੀ ਕਥਾ ਜਿਹੜੀ ਹੈ ਉਹ ਸੁਣੀ ਨਹੀਂ ਜਾਂਦੀ, ਸੁਣੀ ਨਹੀਂ ਜਾਣੀ। ਜਦੋਂ ਵੀ ਜਿੰਨੇ ਵੀ ਹਰੀ ਦੀ ਕਥਾ ਕਰਨੀ ਹੈ ਉਹ ਤਵੀ ਤੇ ਬਹਿਣ ਨੂੰ ਤਿਆਰ ਰਵੇ, ਉਹ ਦੇਗ ਵਿੱਚ ਉਬਾਲੇ ਖਾਣ ਨੂੰ ਤਿਆਰ ਰਵੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਹਰੀ ਦੀ ਗੱਲ ਹੋਈ ਸੀ, ਤੇ ਸੱਚ ਇਹ ਹੈ ਵੀ ਕਿਸੇ ਦਾ ਵੀ ਪਰਿਵਾਰ ਸੁੱਖ ਨਾਲ ਅਗਲਿਆਂ ਨੇ ਵਸਣ ਨਹੀਂ ਦਿੱਤਾ, ਕਿਸੇ ਦਾ ਵੀ ਪਰਿਵਾਰ ਨਹੀਂ ਵਸਣ ਦਿੱਤਾ, ਖੇਰੂ ਖੇਰੂ ਕਰਕੇ ਰੱਖਿਆ, ਫੁੱਟ ਪਾਈ ਖਰੀਦੇ, ਸਾਮ ਦਾਮ ਦੰਡ ਭੇਦ ਸਾਰੇ ਤਰੀਕੇ ਪੁਜਾਰੀ ਨੇ ਸਰਕਾਰ ਨਾਲ ਮਿਲੀ ਭੁਗਤ ਨਾਲ, ਸਰਕਾਰ ਦੀ ਮਿਲੀ ਭੁਗਤ ਨਾਲ ਦੋਵੇਂ ਰਲ ਕੇ, ਪੁਜਾਰੀ ਪੂਜਾ ਦਾ ਧਾਨ ਖਾਣ ਵਾਲਾ ਸਰਕਾਰ ਨਾਲ ਰਲ ਕੇ, ਇਹਨੇ ਇਹਨਾਂ ਦਸਾਂ ਪਾਤਸ਼ਾਹੀਆਂ ਦਾ ਜਿਹੜਾ ਟਾਈਮ ਪੀਰੀਅਡ ਸਮਾਂ ਜਿੰਨਾ ਵੀ ਲੰਘਦਾ ਹੈ, ਇਸ ਸਮੇਂ ਦੇ ਵਿੱਚ ਉਹਨੇ ਹਰੀ ਦੀ ਕਥਾ ਕਰਨ ਵਾਲਿਆਂ ਤੇ ਘੱਟ ਨਹੀਂ ਕੀਤੀ। ਤੇ ਸੱਚ ਇਹ ਹੈ ਵੀ ਦਸੇ ਦੇ ਦਸੇ ਪਾਤਸ਼ਾਹ ਜਿਹੜੇ ਸਾਡੇ ਹੋਏ ਹੈ, ਇਹਨਾਂ ਨੂੰ ਆਪਣੇ ਘਰ ਦਾ ਮਾਹੌਲ ਕਹਿ ਲਓ ਪੂਰੇ ਦਾ ਪੂਰਾ ਦੁਨੀਆ ਨਾਲੋਂ ਵੱਖਰਾ ਰੱਖਣਾ ਪਿਆ। ਲੋਕ ਕਹਿੰਦੇ ਆ ਵਸੀਏ, ਇਹਨਾਂ ਨੇ ਇਦਾਂ ਸੋਚਿਆ ਵੀ ਉੱਜੜ ਕੇ ਕੰਮ ਚੱਲਣਾ, ਉੱਜੜ ਕੇ ਵਸਣ ਵਾਲੇ ਪਾਸੇ ਨਹੀਂ, ਉਜਾੜਨੇ ਪੈਣੇ ਨੇ, ਕਿਧਰੇ ਤਵੀ ਤੇ ਬਹਿ ਰਹੇ ਆ, ਕਿਧਰੇ ਦੇਗਾਂ 'ਚ ਕੱਢਦੇ ਆ, ਕਿਧਰੇ ਜੰਗਾਂ ਹੀ ਹੋਈ ਜਾਂਦੀਆਂ, ਕਦੇ ਕੋਈ ਚੜ ਕੇ ਆ ਜਾਂਦਾ, ਉਹ ਅਜੇ ਜ਼ਖਮ ਭਰਦੇ ਨਹੀਂ, ਉਹਨੇ ਨੂੰ ਹੋਰ ਕੋਈ ਚੜ ਕੇ ਆ ਜਾਂਦਾ, ਉਹਨੇ ਨੂੰ ਉਹ ਜ਼ਖਮ ਨਹੀਂ ਭਰਦੇ ਉਹ ਹੋਰ। ਇਹ ਗੱਲ ਸਾਰੀ ਦੀ ਸਾਰੀ ਹਰੀ ਕਥਾ ਦੀ ਹੈ, ਹਰੀ ਕਥਾ ਦੀ ਹੈ। ਤੇ ਜੇ ਅੱਜ ਆਪਾਂ ਸਾਰੇ ਸੋਚਦੇ ਆ ਨਾ ਵੀ ਅੱਜ ਸਾਨੂੰ ਇਹ ਲੱਗਦਾ ਹੈ ਵੀ ਹੁਣ ਤੇ ਹਰੀ ਦੀ ਕਥਾ ਕਰਨੀ ਬਹੁਤ ਸੌਖੀ ਹੈ, ਦੁਨੀਆ ਬਹੁਤ ਸਿਆਣੀ ਹੋ ਗਈ, ਨਾ
ਅੱਜ ਵੀ ਉਹਨੂੰ ਹੀ ਔਖੀ ਹੋਣੀ ਹੈ ਜੇ ਤੇ ਕਰੇਗਾ ਪੁਜਾਰੀ ਦੇ ਸਾਹਬਜੇ ਵਾਲੀ ਕਥਾ ਸੁਣੋ ਪਿਆਰਿਓ ਜੇ ਤੇ ਕਰੇਗਾ ਪੁਜਾਰੀ ਦੇ ਰੱਬ ਵਾਲੀ ਜਿਹੜਾ ਪੁਜਾਰੀ ਨੇ ਰੱਬ ਘੜਿਆ ਜਿਵੇਂ 33 ਕਰੋੜ ਦੇਵਤਾ ਉਹਨੇ ਘੜਿਆ ਇਦਾਂ ਹੀ ਰੱਬ ਵੀ ਇੱਕ ਘੜਿਆ ਜਿਹੜਾ ਵੱਖਰਾ ਭਾਇਆ ਕੁਦਰਤ ਤੋਂ ਜਿਹੜਾ ਰੱਬ ਵੱਖਰਾ ਭਾਇਆ ਉਹਨੇ ਜੇ ਤੇ ਉਹਦੀ ਕਥਾ ਕਰਨੀ ਹੈ ਫਿਰ ਤੇ ਠੰਡੀ ਠੰਡੀ ਚੱਲੀ ਜਾਣੀ ਹੈ ਭਾਵੇਂ ਤੂੰ 50 ਸਾਲ ਲੱਗਾ ਰਹਿ ਕਿਉਂਕਿ ਵਲੰਟੀਅਰ ਤੂੰ ਇਸੇ ਸਿਸਟਮ ਦਾ ਹੈ ਜਿਹੜਾ ਸਿਸਟਮ ਸਾਡੇ ਸਾਹਮਣੇ ਚੱਲ ਰਿਹਾ ਪਰ ਜੇ ਕਥਾ ਕਰਨੀ ਹੈ ਹਰੀ ਦੀ ਸੱਚਮੁੱਚ ਹਰੀ ਦੀ ਕਥਾ ਕਰਨੀ ਹੈ ਤੇ ਫਿਰ ਚੇਤਾ ਰੱਖੋ ਫਿਰ ਅਗਲਿਆਂ ਨੇ ਵਸਣ ਨਹੀਂ ਦੇਣਾ ਹਰੀ ਦੀ ਕਥਾ ਤੇ ਇਦਾਂ ਦਾ ਦੀਵਾਨ ਇਹ ਨਹੀਂ ਹੋ ਸਕਦਾ ਇੰਪੋਸੀਬਲ ਗਰੰਟੀ ਹੈ ਇਸ ਗੱਲ ਦੀ ਵੀ ਹਰੀ ਦੀ ਕਥਾ ਤੇ 10,000 ਬੰਦਾ ਬਹਿ ਕੇ ਸੁਣੇ ਇਹ ਨਹੀਂ ਹੋ ਸਕਦਾ ਜਿੱਦਣ ਹਰੀ ਦੀ ਕਥਾ ਟੋਟਲ ਹਰੀ ਦੀ ਕਥਾ ਪੁਜਾਰੀ ਵਾਲੇ ਸਿਸਟਮ ਨੂੰ ਕੱਟ ਕੇ ਕਰੇਗਾ ਨਾ ਪੂਜਾ ਦਾ ਧਾਨ ਜਿੱਥੋਂ ਸ਼ੁਰੂ ਹੁੰਦਾ ਹੈ ਉਦੋਂ ਸਿਰਫ ਖਰੀ ਕਥਾ ਜਿਹੜੀ ਹੋਏਗੀ ਜਿਹਦੇ ਚ ਨਰੋਲ ਸੱਚ ਹੋਏਗਾ ਉਦੋਂ ਨਹੀਂ ਸੁਣੀ ਜਾਣੀ ਸਾਰਿਆਂ ਤੋਂ ਜਦੋਂ ਅਸਲ ਕਥਾ ਚੱਲੇ ਫਿਰ ਭੁੱਲ ਜਾਓ ਤੁਸੀਂ ਵੀ 10,000 ਬੰਦਾ ਬਹਿ ਕੇ ਸੁਣ ਲਏਗਾ ਨਾ ਫਿਰ ਨਹੀਂ ਸੁਣੀ ਜਾਣੀ ਫਿਰ ਤੇ ਅਗਲੇ ਘਰ ਤੱਕ ਮਾਰਨ ਜਾਣਗੇ ਘਰ ਤੱਕ ਪਰ ਸੱਚ ਇਹ ਹੈ ਪਿਆਰਿਓ ਵੀ ਹਰੀ ਦੀ ਜਿਹੜੀ ਕਥਾ ਹੈ ਨਾ ਜਿੱਦਣ ਹਰੀ ਸਾਡੇ ਦਿਮਾਗ 'ਚ ਆਇਆ ਹਰੀ ਮਤਲਬ ਰੱਬ ਸਾਡੇ ਦਿਮਾਗ 'ਚ ਆਇਆ ਉਦੋਂ ਸਾਰੇ ਦਾ ਸਾਰਾ ਢਾਂਚਾ ਜਿਹੜਾ ਹੈ ਨਾ ਤੁਹਾਨੂੰ ਫੇਕ ਦਿਸੇਗਾ ਫੇਕ ਚਾਹੇ ਉਹ ਸਿੱਖ ਧਰਮ ਦਾ ਢਾਂਚਾ ਹੈ ਫੇਕ ਦਿਸੇਗਾ ਜਿੱਦਣ ਹਰੀ ਸਮਝ ਆਇਆ ਸਭੇ ਥੋਕ ਪ੍ਰਾਪਤ ਸਭ ਕੁਛ ਅੰਦਰ ਪ੍ਰਾਪਤ ਹੋ ਜਾਣਾ ਸਮਝ ਆ ਜਾਣੀ ਜੇ ਆਵੇ ਇੱਕ ਹੱਥ ਜਿੱਦਣ ਸਾਡੇ ਇੱਕ ਸਮਝ 'ਚ ਆਇਆ ਨਾ ਵੀ ਇੱਕ ਓਅੰਕਾਰ ਇੱਕ ਫੈਲਿਆ ਹੋਇਆ ਫਿਰ ਦਿਸ ਪੈਣਾ ਜਿਵੇਂ ਗੁਰੂ ਨਾਨਕ ਕਾਬੇ ਜਾਂਦੇ ਆ ਇਤਿਹਾਸ ਤੇ ਇਦਾਂ ਹੀ ਦੱਸਦਾ ਵੀ ਉਹ ਕਹਿੰਦੇ ਮੱਕੇ ਵਾਲੇ ਪਾਸੇ ਨੂੰ ਕਦਮ ਕਰ ਲਏ ਤੇ ਉਹਨਾਂ ਨੇ ਕਿਹਾ ਲੱਤ ਫੜ ਕੇ ਇੱਧਰ ਨੂੰ ਕਰਤੀ ਕਹਿੰਦੇ ਰੱਬ ਦੇ ਘਰ ਵੱਲ ਪੈਰ ਕਰ ਲਏ ਕਹਿੰਦੇ ਪੈਰ ਕਰ ਉੱਧਰ ਦੇ ਜਿੱਧਰ ਰੱਬ ਦਾ ਘਰ ਹੈ ਨਹੀਂ ਜਿੱਦਣ ਇਹ ਸਵਾਲ ਸਾਡੇ ਤੇ ਉੱਠਣੇ ਨੇ ਉਦੋਂ ਪਤਾ ਲੱਗਣਾ ਉਹ ਥਾਂ ਕਿਹੜੀ ਹੈ ਜਿੱਥੇ ਰੱਬ ਹੈ ਨਹੀਂ ਜਿਹੜਾ ਗੁਰੂ ਨਾਨਕ ਨੇ ਕੀਤਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਾ ਕੇ ਮੱਕੇ ਸਵਾਲ ਕੀਤਾ ਹੈ ਉਹ ਅੱਜ ਆ ਜਾਣਗੇ ਤੇ ਸਿੱਖਾਂ ਨੂੰ ਪੁੱਛਣਗੇ ਵੀ ਤੁਸੀਂ ਕੀ ਕਰੀ ਜਾਂਦੇ ਹੋ ਤੁਸੀਂ ਵੀ ਤੇ ਇਹੀ ਕਹੀ ਜਾਂਦੇ ਹੋ ਆ ਰੱਬ ਦਾ ਘਰ ਹੈ ਆ ਜਾਓ ਜੀ ਰੱਬ ਦਾ ਘਰ ਤਾਂ ਬਣਾਇਆ ਹੈ ਆਓ ਕਰੋ ਅਰਦਾਸਾਂ ਹੋਣਗੀਆਂ ਤੁਹਾਡੀਆਂ ਮਨੋਤਾਂ ਪੂਰੀਆਂ ਮੰਗੋ ਜੋ ਮੰਗਣਾ ਹੈ ਕਿਉਂ ਤੁਸੀਂ ਇਹ ਸਿਸਟਮ ਬਣਾਇਆ ਹੈ ਕਿਉਂਕਿ ਤੁਹਾਡੇ ਗੋਲਕਾਂ ਦਾ ਚੱਕਰ ਹੈ ਸਾਰਾ ਤੁਹਾਡੀਆਂ ਚੌਧਰਾਂ ਦਾ ਚੱਕਰ ਹੈ ਤੁਸੀਂ ਲੋਕਾਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ ਤੇ ਜੇ ਤੁਸੀਂ ਕਹੋਗੇ ਰੱਬ ਦਾਤਾਂ ਦਿੰਦਾ ਹੈ ਜੀ ਗਲਤ ਗੱਲ ਹੈ ਰੱਬ ਦਾਤਾਂ ਦਿੰਦਾ ਹੈ ਜੇ ਇਦਾਂ ਹੁੰਦਾ ਫਿਰ ਕਾਮਰੇਡਾਂ ਦੇ ਪੁੱਤ ਨਹੀਂ ਸੀ ਜੰਮਣੇ ਪਿਆਰਿਓ ਜਿਹੜੇ ਨਾਸਤਕ ਨੇ ਰੱਬ ਨੂੰ ਕਦੇ ਨਹੀਂ ਮੰਨਦੇ ਰੱਬ ਤੇ ਉਹਨਾਂ ਨੂੰ ਕੁਦਰਤ ਕਿਸੇ ਨਾਲ ਵੈਰ ਨਹੀਂ ਕਰਦੀ ਕੁਦਰਤ ਦਾ ਨਿਯਮ ਹੈ ਕੁਦਰਤ ਆਪਣੇ ਤੇ ਤਰਸ ਨਹੀਂ ਕਰੇਗੀ ਰੱਬ ਆਪਣਿਆਂ ਤੇ ਤਰਸ ਨਹੀਂ ਕਰਦਾ ਦੂਜਿਆਂ ਨਾਲ ਵੈਰ ਨਹੀਂ ਕਰਦਾ ਉਹ ਨਿਰਵੈਰ ਹੈ ਉਹਦਾ ਗੁਣ ਹੈ ਨਿਰਭਉ ਨਿਰਵੈਰ ਉਹ ਕਿਸੇ ਦੀਆਂ ਚਾਪਲੂਸੀਆਂ ਨਹੀਂ ਸੁਣਦਾ ਕਿਸੇ ਦੇ ਤਰਲੇ ਨਹੀਂ ਸੁਣਦਾ ਨਿਰਵੈਰ ਹੈ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਤੂੰ ਆ ਕੇ ਕਹਿ ਇੱਥੇ ਮੈਨੂੰ ਮਿਲ ਗਿਆ ਜੀ ਪੁੱਤ ਇਹ ਕਿਵੇਂ ਹੋ ਸਕਦਾ ਮੈਨੂੰ ਪੁੱਤ ਮਿਲਿਆ ਹੈ ਤੇ ਤੇਰੇ ਘਰ ਦੇ ਸਾਹਮਣੇ ਕਾਮਰੇਡ ਰਹਿੰਦਾ ਰੱਬ ਨੂੰ ਰੋਜ਼ ਗਾਲਾਂ ਕੱਢਦਾ ਕਦੇ ਨਹੀਂ ਗਿਆ ਕਹਿੰਦਾ ਮੇਰੇ ਦੋ ਨੇ ਹੋਰ ਬੋਲ ਕਹਿਣਗੇ ਕਿ ਨਹੀਂ ਕਾਮਰੇਡ ਦੱਸੋ ਵੀ ਕਹਿਣਗੇ ਨਹੀਂ ਮੇਰੇ ਦੋ ਨੇ ਤੂੰ ਇੱਕ ਵਿਖਾਨਾ ਮੈਂ ਦੋ ਵਿਖਾਨਾ ਆ ਜਾ ਫਿਰ ਵਿਖਾਈ ਐਤਕੀ 40 ਮਣ ਕਿੱਲੇ ਦੀ ਨਿਕਲੀ ਹੈ ਬਾਬੇ ਦੀ ਬੜੀ ਕਿਰਪਾ ਉਹਨੇ ਕਹਿਣਾ ਆ ਜਾ 60 ਮਣ ਵਿਖਾਉਂਦਿਆਂ ਦੇ ਹੋਰ ਬੋਲ ਫਿਰ ਕੀ ਵਿਖਾਏਗਾ ਫਿਰ ਵਿਖਾਈ ਬਾਬੇ ਦੀ ਕਿਰਪਾ ਹੋ ਗਈ ਕੋਠੀ ਪੈ ਗਈ ਉਹ ਕਹਿੰਦਾ ਮੇਰੀਆਂ ਦੋ ਨੇ ਆ ਜਾ ਇੱਕ ਕੈਨੇਡਾ ਮੁੰਡਾ ਚਲਿਆ ਗਿਆ ਕੋਠੇ ਬਣਾ ਰਿਹਾ ਹੁਣ ਬੋਲ ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ ਅਸਲ ਉਹ ਮਜ਼ਬ ਨੂੰ ਨਹੀਂ ਮੰਨਦਾ ਜਿਹੜੇ ਨਾਸਤਕ ਬੰਦੇ ਨੇ ਨਾ ਨਾਸਤਕ ਉਹ ਲੋਕ ਨੇ ਜਿਹੜੇ ਮਜ਼ਬ ਨੂੰ ਨਹੀਂ ਮੰਨਦੇ ਪਰ ਜਿਹੜਾ ਰੱਬ ਦਾ ਵਿਧਾਨ ਹੈ ਕੁਦਰਤ ਹੈ ਇਹਨੂੰ ਤੇ ਹਰੇਕ ਨੂੰ ਮੰਨਣਾ ਹੀ ਪੈਂਦਾ ਜਿਹਨੂੰ ਗੁਰੂ ਨਾਨਕ ਨੇ ਰੱਬ ਕਿਹਾ ਇਸ ਰੱਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ
ਜਿਹੜਾ ਰੱਬ ਹੈ ਅਸਲ ਰੱਬ ਹੈ ਜਿਹੜਾ ਅਸਲ ਰੱਬ ਤੋਂ ਦੁਨੀਆ 'ਚ ਕੋਈ ਬੰਦਾ ਬਾਗੀ ਨਹੀਂ ਹੋ ਸਕਦਾ ਪਰ ਸੱਚ ਕਹੀਏ ਸੱਚ ਕਵਾਂ ਮਜਬਾਂ ਤੋਂ ਨਾਸਤਕ ਹੋਣ ਨੂੰ ਜੀ ਕਰਦਾ ਮਜਬਾਂ ਤੋਂ ਨਾਸਤਕ ਹੋਣ ਨੂੰ ਜੀ ਕਰਦਾ ਜਿਹੜੇ ਮਜਬ ਨੇ ਤੇ ਰੱਬ ਦੇ ਰੱਬ ਤੇ ਸ਼ਰਧਾ ਬਣਾਓ ਆਸਤਕ ਬਣੋ ਧਰਮੀ ਬਣੋ ਮਜ਼ਹਬੀ ਨਾ ਬਣੋ ਧਰਮੀ ਬਣੋ ਪਰ ਸਾਨੂੰ ਮਜ਼ਹਬੀ ਬਣਾਇਆ ਗਿਆ ਮਜ਼ਬ ਨਾਲ ਜੋੜਿਆ ਜਾ ਰਿਹਾ ਧਰਮ ਨਾਲ ਨਹੀਂ ਤੇ ਮਜ਼ਬ ਬਣਾਇਆ ਜਾਂਦਾ ਪੁਜਾਰੀ ਵੱਲੋਂ ਜਿਹਨੇ ਗੋਲਕਾਂ ਰੱਖਣੀ ਹੈ ਜਿਹੜੇ ਬੰਦੇ ਨੇ ਥਾਵਾਂ ਨਾਲ ਜੋੜਨਾ ਹੈ ਜਗ੍ਹਾ ਨਾਲ ਜੋੜਨਾ ਹੈ ਉਹਨਾਂ ਵੱਲੋਂ ਇਹ ਚੀਜ਼ ਬਣਾਈ ਜਾਂਦੀ ਹੈ ਪਰ ਸੱਚ ਦੀ ਕਥਾ ਜਦੋਂ ਸਮਝ ਆਈ ਨਾ ਪਿਆਰਿਓ ਫਿਰ ਵੇਖਿਓ ਇੱਕ ਵਾਰੀ ਤੇ ਸਾਡੇ ਲਈ ਮੰਨਣੀ ਔਖੀ ਹੋਣੀ ਹੈ ਬੜੇ ਧੱਕੇ ਲੱਗਣਗੇ ਅੰਦਰ ਇੱਕ ਵਾਰੀ ਤੇ ਸਾਡੇ ਲਈ ਮੰਨਣੀ ਔਖੀ ਹੈ ਗਾਂ ਫਿਰ ਜਦੋਂ ਮਨਾਉਣ ਤੁਰੇਗਾ ਤੇ ਵੇਖਿਓ ਫਿਰ ਬਣਦਾ ਕੀ ਹੈ ਉਹ ਤੇ ਫਿਰ ਇਦਾਂ ਹੀ ਦਿਲ ਰੱਖਣਾ ਪੈਣਾ ਮਨ ਇੰਨਾ ਕਾਇਮਗੇ ਕਰਕੇ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਤੇ ਰੁੱਸਣੀ ਸਾਰੀ ਦੁਨੀਆ ਇਹ ਗੱਲ ਗਰੰਟੀ ਹੈ ਕੋਈ ਵਿਰਲਾ ਰਹਿ ਜਾਣਾ ਜਿਹੜਾ ਰੱਬ ਨਾਲ ਪਿਆਰ ਕਰਨ ਵਾਲਾ ਹੋਇਆ ਸੱਚਮੁੱਚ ਜਿਹੜਾ ਰੱਬ ਨੂੰ ਅੰਦਰ ਬਾਹਰ ਜਾਣਦਾ ਹੋਇਆ ਉਹ ਤੇਰੇ ਨਾਲ ਪਿਆਰ ਕਰੇਗਾ ਬਾਕੀਆਂ ਨੇ ਕਿੱਥੇ ਖੜਨਾ ਹੈ ਫਿਰ ਮਨ ਇਦਾਂ ਹੀ ਕਾਇਮ ਕਰਕੇ ਰੱਖਣਾ ਪੈਣਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਪੜੋ ਜੀ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਜੱਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਪ੍ਰੀਤਮ ਪਿਆਰਾ ਪ੍ਰੀਤਮ ਪਿਆਰਾ ਜੱਗ ਭਾਵੇਂ ਸਾਰਾ ਰੁੱਸੇ ਨਾ ਪ੍ਰੀਤਮ ਪਿਆਰਾ ਜੱਗ ਭਾਵੇਂ ਰੁੱਸੇ ਮੇਰਾ ਰੁੱਸੇ ਨਾ ਪ੍ਰੀਤਮ ਪਿਆਰਾ ਜੱਗ ਭਾਵੇਂ ਸਾਰਾ ਪ੍ਰੀਤਮ ਪਿਆਰਾ ਜੱਗ ਭਾਵੇਂ ਪ੍ਰੀਤਮ ਪਿਆਰਾ ਜੱਗ ਭਾਵੇਂ ਸਾਰਾ ਰੁੱਸੇ ਮੈਂ ਕਿਹਨੂੰ ਕਹਿ ਰਿਹਾ ਜੀ ਪ੍ਰੀਤਮ ਪਿਆਰਾ ਜਿਹੜਾ ਤੇਰੇ ਮੇਰੇ ਦਿਲ ਚ ਧੜਕਦਾ ਉਹਨੂੰ ਕਹਿ ਰਿਹਾ ਕੁਦਰਤ ਨਹੀਂ ਰੁੱਸਦੀ ਤੂੰ ਨਾ ਰੁੱਸੀ ਜੇ ਦਰਖਤ ਫਟੇਗਾ ਫਿਰ ਮੀਂਹ ਵਾਲਾ ਪਾਸਾ ਜਿਹੜਾ ਉਹ ਰੁੱਸ ਜਾਣਾ ਮਿੱਠਾ ਖਾਏਗਾ ਤੇ ਫਿਰ ਸ਼ੂਗਰ ਹੋਣੀ ਹੈ ਤੂੰ ਨਾ ਮੂੰਹ ਫੇਰੀ ਮੈਂ ਤੇਰੇ ਨਿਯਮ ਨਾ ਤੋੜਾਂ ਅਸਲ ਵਿੱਚ ਅਸੀਂ ਇਹ ਕਹਿ ਰਹੇ ਹਾਂ ਮੇਰਾ ਰੱਬ ਨਾ ਰੁੱਸੇ ਮੇਰਾ ਪ੍ਰੀਤਮ ਪਿਆਰਾ ਮਤਲਬ ਮੈਂ ਉਹਦੇ ਵੱਲ ਮੂੰਹ ਰੱਖਾਂ ਹਰ ਜਗ੍ਹਾ ਹਰ ਥਾਂ ਹੈ ਤੇਰੇ ਤੋਂ ਉਲਟ ਨਾ ਚੱਲਾਂ ਮੈਂ ਕੁਦਰਤ ਦੀ ਗੱਲ ਕਰਦਾ ਜਿਹਦੇ ਵਿੱਚ ਜਿਹੜੇ ਫੈਲਿਆ ਹੋਇਆ ਰੱਬ ਹੈ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਦੁਨੀਆ ਭਾਵੇਂ ਮੂੰਹ ਮੋੜ ਲਵੇ ਪਰ ਤੇਰੇ ਸਿਸਟਮ ਤੋਂ ਮੂੰਹ ਨਾ ਮੈਂ ਮੋੜਾਂ ਤੈਨੂੰ ਨਾ ਰੁਸਾਵਾਂ ਤੂੰ ਨਹੀਂ ਰੁੱਸਦਾ ਜੇ ਮੈਂ ਨਾ ਰੁੱਸਾਂ ਜੇ ਮੈਂ ਪਰਾ ਨਾ ਜਾਵਾਂ ਤੂੰ ਥੋੜਾ ਜਾਂਦਾ ਜਾਂਦਾ ਹੀ ਮੈਂ ਗਲਤੀਆਂ ਹੈ ਹੀ ਮੇਰੀ ਵਾ 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 ਜੱਗ ਭਾਵੇਂ ਸਾਰਾ ਰੁੱਸੇ ਵਾ ਵਾ ਜੱਗ ਭਾਵੇਂ ਸਾਰਾ ਰੁੱਸੇ ਵਾ ਵਾ ਜੱਗ ਭਾਵੇਂ ਸਾਰਾ ਰੁੱਸੇ ਵਾ 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 ਜੱਗ ਭਾਵੇਂ ਸਾਰਾ ਰੁੱਸੇ ਵਾ 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 ਜੱਗ ਭਾਵੇਂ ਸਾਰਾ ਰੁੱਸੇ ਵਾ 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 ਜੱਗ ਭਾਵੇਂ ਸਾਰਾ ਰੁੱਸੇ ਮੇਰਾ ਰੁੱਸੇ ਨਾ ਪ੍ਰੀਤਮ ਪਿਆਰਾ
ਭਾਵੇਂ ਸਾਰਾ ਰੁੱਸੇ ਨਾ ਕੁੜੀ ਜਗ ਭਾਵੇਂ ਜਗ ਭਾਵੇਂ ਆ ਗੱਲ ਨਾ ਚੇਤਾ ਭੁਲਾਇਓ ਕਿਤੇ ਰੱਬ ਨਹੀਂ ਰੁੱਸਦਾ ਜੇ ਅਸੀਂ ਨਾ ਰੁੱਸੇ ਅਸੀਂ ਕਾਇਮ ਰਹੇ ਤੇ ਪਰਮਾਤਮਾ ਦਾ ਜਿਹੜਾ ਸਿਸਟਮ ਹੈ ਉਹ ਸਾਰਿਆਂ ਲਈ ਇੱਕੋ ਜਿਹਾ ਉਹਦੇ ਸਿਸਟਮ ਨੂੰ ਮੰਨ ਉਹਨੂੰ ਨਾ ਵੀ ਮੰਨੇਗਾ ਉਹ ਤਾਂ ਵੀ ਨਾਰਾਜ਼ ਨਹੀਂ ਹੁੰਦਾ ਜਿਹੜਾ ਕਾਨੂੰਨ ਬਣਾਇਆ ਉਹਨੇ ਇਹ ਸਮਝ ਇਹਨੂੰ ਮੰਨ ਬਸ ਇਹਦੀ ਲੋੜ ਆ ਪਿਆਰਿਓ ਤੇ ਸੱਚ ਦੀ ਸਮਝ ਹੋਵੇ ਝਗੜਾ ਕਰਨਾ ਲੋਕਾਂ ਨੇ ਵਿਰੁੱਧ ਹੋਣਾ ਪਰ ਕਾਇਮ ਹੋਵੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਲੋ ਸੁਣੋ ਆ ਸ਼ਬਦ ਸ਼ੁਰੂ ਹਰ ਰਸ ਛੋੜ ਹੋਛੇ ਰਸ ਮਾਤਾ ਘਰ ਮੈਂ ਹੈ ਵਸਤੂ ਬਾਹਰ ਉੱਠ ਜਾਤਾ ਇੱਥੋਂ ਸ਼ੁਰੂ ਹੁੰਦੀ ਹੈ ਹਰੀ ਕਥਾ ਆ ਜਿਹੜੀ ਅਗਲੀ ਪੰਗਤੀ ਹੈ ਨਾ ਉਹ ਤੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਪਰ ਸ਼ੁਰੂ ਇੱਥੋਂ ਹੁੰਦੀ ਹੈ ਪਹਿਲੀ ਪੰਗਤੀ ਤੋਂ ਵੀ ਉਹ ਹਰੀ ਕਥਾ ਹੈ ਕੀ ਹੈ ਵੀ ਬਾਹਰ ਕਿਉਂ ਫਿਰਦਾ ਤੇ ਬਾਹਰ ਵਿੱਚ ਸਾਰਾ ਕੁਝ ਹੀ ਆ ਜਾਣਾ ਬਾਹਰ ਨਾਲ ਨਹੀਂ ਜੋੜਿਆ ਸਾਨੂੰ ਸਾਡੀ ਗੁਰਬਾਣੀ ਨੇ ਸਾਡੇ ਨਾਲ ਆਪਣੇ ਨਾਲ ਗੁਰਬਾਣੀ ਨੇ ਆਪਣੇ ਨਾਲ ਵੀ ਨਹੀਂ ਜੋੜਿਆ ਨਹੀਂ ਜੀ ਬਾਣੀ ਨੇ ਸਾਨੂੰ ਸਾਡੇ ਨਾਲ ਜੋੜਿਆ ਵੀ ਤੂੰ ਆਪਣੇ ਅੰਦਰੋਂ ਲੱਭ ਸਤਿਗੁਰੂ ਤੇਰੇ ਅੰਦਰ ਹੈ ਉਹ ਸਤਿਗੁਰੂ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਪਹਿਲੇ ਦੀਵਾਨ ਵਿੱਚ ਇਸ ਟੌਪਿਕ ਤੇ ਬਹੁਤ ਲੰਮੀ ਗੱਲ ਹੋਈ ਸੀ ਵੀ ਸਤਿਗੁਰੂ ਨਾਲ ਬਾਣੀ ਜੋੜਦੀ ਹੈ ਉਹ ਸਤਿਗੁਰੂ ਜਿਹੜਾ ਸਾਰਿਆਂ ਦੇ ਅੰਦਰ ਹੈ ਸਤਿਗੁਰੂ ਜਿਹੜਾ ਸੱਚਾ ਗਿਆਨ ਜਿਹੜਾ ਅੰਦਰੋਂ ਬੋਲਦਾ ਹੈ ਬਾਣੀ ਸਾਨੂੰ ਸਤਿਗੁਰੂ ਨਾਲ ਜੋੜਦੀ ਹੈ ਉਹ ਆਵਾਜ਼ ਫਿਰ ਤੇਰੇ ਅੰਦਰੋਂ ਆਉਂਦੀ ਹੈ ਤੇ ਉਹ ਹੈ ਤੇਰੇ ਅੰਦਰ ਹੈ ਵਸਤੂ ਲੱਭਦਾ ਕਹਿੰਦੇ ਬਾਹਰ ਫਿਰਦਾ ਸਭ ਕੁਝ ਘਰ ਮੈਂ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਹੁਣ ਸ਼ਬਦ ਵਿਚਾਰਾ ਉਹਦੇ ਅੰਦਰ ਹੈ ਸਤਿਗੁਰੂ ਅੰਦਰ ਹੈ ਗੁਰਬਾਣੀ ਸਾਨੂੰ ਆਪੇ ਨਾਲ ਜੋੜਦੀ ਹੈ ਆਪੇ ਨਾਲ ਪਰ ਪੁਜਾਰੀ ਸਾਨੂੰ ਆਪੇ ਨਾਲ ਨਹੀਂ ਜੋੜਦਾ ਇਹ ਸਾਨੂੰ ਕਾਹਦੇ ਨਾਲ ਜੋੜਦਾ ਪੁਜਾਰੀ ਤੀਰਥਾਂ ਨਾਲ ਜੋੜਦਾ ਪੁਜਾਰੀ ਜਗ੍ਹਾ ਨਾਲ ਜੋੜਦਾ ਪੁਜਾਰੀ ਬਾਹਰ ਥਾਵਾਂ ਬਣਾ ਕੇ ਜੋੜਦਾ ਪਰ ਗੁਰਬਾਣੀ ਸਾਨੂੰ ਬਾਹਰਲੀਆਂ ਚੀਜ਼ਾਂ ਨਾਲ ਨਹੀਂ ਜੋੜਦੀ ਗੁਰਬਾਣੀ ਸਾਨੂੰ ਸਾਡੇ ਆਪੇ ਨਾਲ ਜੋੜਦੀ ਹੈ ਕਹਿੰਦੇ ਤੇਰੇ ਵਿੱਚ ਤੂੰ ਕਿਉਂ ਬਾਹਰ ਜਾਂਦਾ ਆ ਗੁਰਬਾਣੀ ਸਾਨੂੰ ਆਪੇ ਚੋਂ ਲੱਭਣ ਨੂੰ ਕਹਿੰਦੀ ਹੈ ਵੀ ਤੇਰੇ ਘਰ 'ਚ ਹੈ ਸ਼ੁਰੂ ਤੋਂ ਫਿਰ ਪੰਗਤੀ ਸੁਣੋ ਇੱਕ ਵਾਰ ਹਰ ਰਸ ਛੋੜ ਹੋਛੈ ਰਸ ਮਾਤਾ ਘਰ ਮੈਂ ਹੈ ਵਸਤੂ ਬਾਹਰ ਉੱਠ ਜਾਤਾ ਉਹ ਭਾਈ ਵਸਤੂ ਤੇ ਤੇਰੇ ਘਰ 'ਚ ਹੈ ਬਾਹਰ ਉੱਠ ਕਿਉਂ ਤੁਰ ਪੈਂਦਾ ਹੈ ਬਾਹਰ ਉੱਠ ਕਿਉਂ ਤੁਰ ਪੈਂਦਾ ਤੇ ਬਾਹਰ ਤੇ ਸਾਰਾ ਕੁਝ ਹੀ ਆ ਜਾਂਦਾ ਬਾਹਰ ਨਾਲ ਕਿਤੇ ਨਹੀਂ ਜੋੜਿਆ ਸਾਡੇ ਗੁਰੂ ਸਾਹਿਬ ਨੇ ਜਿਨ੍ਹਾਂ ਜਿਨ੍ਹਾਂ ਕੋਲ ਗਏ ਕਹਿੰਦੇ ਸੀ ਆਪਣੇ ਆਪ ਚੋਂ ਲੱਭ ਲਓ ਕਿਤੇ ਨਹੀਂ ਸੀ ਕਹਿੰਦੇ ਮੇਰੇ ਮਗਰ ਆ ਜਾਓ ਆਖੋ ਸਤਨਾਮ ਕਿਤੇ ਨਹੀਂ ਸੀ ਕਹਿੰਦੇ ਆਪਣੇ ਆਪ ਚੋਂ ਲੱਭ ਲਓ ਜੋਗੀਓ ਜਿੰਨਿਆਂ ਨੂੰ ਮਿਲੇ ਜਿੱਥੇ ਜਿੱਥੇ ਗਏ ਹਰੇਕ ਨੂੰ ਉਹਦੇ ਆਪਣੇ ਆਪ ਨਾਲ ਜੋੜ ਕੇ ਆਏ ਹਰੇਕ ਨੂੰ ਆਪਣੇ ਆਪ ਨਾਲ ਜੋੜਿਆ ਤੇ ਸਾਨੂੰ ਬਾਹਰ ਨਾਲ ਜੋੜਿਆ ਜਾਂਦਾ ਆਪਣੇ ਨਾਲ ਜੁੜਨ ਨੂੰ ਕੌਣ ਕਹਿੰਦਾ ਇੱਥੇ ਤੁਸੀਂ ਵੇਖਿਓ ਸਾਰੇ ਦਾ ਸਾਰਾ ਢਾਂਚਾ ਬਾਹਰ ਫਲਾਣੇ ਥਾਂ ਤੇ ਇਸ਼ਨਾਨ ਕਰੀਏ ਫਲਾਣੇ ਥਾਂ ਤੇ ਜਾਈਏ ਫਲਾਣੇ ਥਾਂ ਤੇ ਬਸ ਇਹੀ ਕੁਛ ਆਪਣੇ ਆਪ ਨਾਲ ਕਿੱਥੇ ਜੋੜਿਆ ਜਾ ਰਿਹਾ ਗੁਰਬਾਣੀ ਕਹਿੰਦੀ ਹੈ ਬਾਹਰ ਉੱਠਣ ਦਾ ਕੀ ਫਾਇਦਾ ਬਾਹਰ ਕਿਉਂ ਫਿਰਦਾ ਅੰਦਰ ਹੈ ਫਿਰ ਸੁਣੋ ਬੰਦ
ਹਰ ਰਸ ਛੋੜ ਹੋਛੇ ਰਸ ਮਾਤਾ ਘਰ ਮਹਿ ਵਸਤ ਬਾਹਰ ਉੱਠ ਜਾਤਾ ਹੈ ਤੇਰੇ ਘਰ ਵਿੱਚ ਹੈ ਤੇਰੇ ਅੰਦਰ ਹੈ ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਨਾ ਜੀ ਚਿੰਬ ਚਿੰਬ ਵਰਸੈ ਅੰਮ੍ਰਿਤ ਤਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਚਿੰਬ ਚਿੰਬ ਵਰਸੈ ਅੰਮ੍ਰਿਤ ਤਾਰਾ ਚਿੰਬ ਚਿੰਬ ਵਰਸੈ ਜੀ ਚਿੰਬ ਚਿੰਬ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਜਿਮ ਜਿਮ ਵਰਸੈ ਬੋਲੋ ਅੰਮ੍ਰਿਤ ਧਾਰਾ ਸਭ ਕਿਛ ਘਰ ਬਾਹਰ ਨਹੀਂ ਬਾਹਰ ਤੇਲੇ ਸੋ ਘਰ ਫੁਲਾਏ ਸਭ ਕਿਛ ਘਰ ਬਾਹਰ ਟੋਲਦਾ ਸਾਡਾ ਸਾਰਾ ਕੁਝ ਹੀ ਬਾਹਰ ਨਾਲ ਜੋੜ ਦਿੰਦਾ ਕਹਿੰਦੇ ਬਾਹਰ ਭੁਲੇਖੇ ਚ ਸਾਡੇ ਪੁਜਾਰੀਆਂ ਨੇ ਭੁਲੇਖਾ ਪਾ ਦਿੱਤਾ ਗੁਰ ਪ੍ਰਸਾਦੀ ਅੰਮ੍ਰਿਤ ਸੁਣ ਸ਼ਬਦ ਵਿਚਾਰ ਚਿੰਬ ਚਿੰਬ ਵਰਸੈ ਅੰਮ੍ਰਿਤ
ਚਿੰਬ ਚਿੰਬ ਪਰ ਸੈ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰ ਉਹ ਮਨ ਨੇ ਪੀਣਾ ਉਹ ਅੰਦਰ ਹੈ ਤੇਰੇ ਬਾਹਰ ਨਹੀਂ ਬਾਹਰ ਨਾ ਟੋਲ ਬਾਹਰ ਨਾ ਲੱਭ ਬਾਹਰ ਨਾ ਭਾਲਦਾ ਫਿਰ ਪਰ ਸਾਰੇ ਦਾ ਸਾਰਾ ਢਾਂਚਾ ਬਾਹਰ ਜੋੜਨ ਵਾਲਾ ਹੈ ਗੁਰਬਾਣੀ ਦਾ ਗਿਆਨ ਲੈਣਾ ਹੈ ਸਿੱਧੀ ਗੱਲ ਬਸ ਗੁਰਬਾਣੀ ਨਾਲ ਜੁੜੋ ਤੇ ਰੱਬ ਨਾਲ ਜੁੜੋ ਰੱਬ ਕੀ ਹੈ ਮੇਰੇ ਅੰਦਰ ਵੀ ਤੇ ਬਾਹਰ ਸਿੱਧੀ ਗੱਲ ਗੁਰਬਾਣੀ ਤੇ ਰੱਬ ਗਿਆਨ ਤੇ ਪਰਮਾਤਮਾ ਪਰਮਾਤਮਾ ਸਾਡੇ ਅੰਦਰ ਹੈ ਕੋਈ ਕੁਛ ਸਿਸਟਮ ਨਹੀਂ ਵੀ ਇੱਥੇ ਜਾ ਇੱਥੇ ਟਿਕ ਇੱਥੇ ਜਾ ਆਹ ਗੋਲਕ ਇੱਥੇ ਮੱਥਾ ਇੱਥੇ ਕੁਛ ਗੁਰੂ ਸਾਹਿਬ ਨੇ ਢਾਂਚਾ ਨਹੀਂ ਬਣਾਇਆ ਇਹ ਪੁਜਾਰੀ ਦੀ ਗੱਲ ਹੈ ਜਦੋਂ ਮਰਜ਼ੀ ਮੰਨ ਲਿਓ ਸੱਚੇ ਹੋਈ ਤੇ ਪੁਜਾਰੀ ਕਦੇ ਨਹੀਂ ਚਾਹੇਗਾ ਉਹਦੇ ਢਾਂਚੇ ਨਾਲ ਕੋਈ ਛੇੜਛਾੜ ਕਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਕਦੇ ਨਹੀਂ ਚਾਹੇਗਾ ਉਹਨੇ ਆਪਣੇ ਢਾਂਚੇ ਨਾਲ ਛੇੜਛਾੜ ਨਹੀਂ ਕਰਨ ਦੇਣੀ ਉਹਦਾ ਢਾਂਚਾ ਹਿੱਲ ਗਿਆ ਉਹ ਖੁਦ ਹਿੱਲ ਜਾਏਗਾ ਪੁਜਾਰੀ ਦਾ ਅਰਥ ਬਹੁਤ ਵੱਡਾ ਹੈ ਸਿਸਟਮ ਹੈ ਪੁਜਾਰੀ ਸਿਸਟਮ ਬਹੁਤ ਵੱਡਾ ਹੈ ਜਿਹਦੇ ਵਿੱਚ ਪੈਸਾ ਵੀ ਬਹੁਤ ਆਉਂਦਾ ਹੈ ਤੇ ਬੰਦਿਆਂ ਨੂੰ ਗੁਲਾਮ ਬਣਾਇਆ ਜਾਂਦਾ ਬੁੱਧੂ ਬਣਾਇਆ ਜਾਂਦਾ ਤੇ ਵਿਕਾਸ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਬਣਾਇਆ ਜਾਂਦਾ ਹੈ ਨਕਲੀ ਰੱਬ ਬਣਾਇਆ ਜਾਂਦਾ ਬੰਦਾ ਕਹਿੰਦਾ ਉਹ ਕਰੇਗਾ ਮੈਂ ਇਹ ਨਹੀਂ ਕਰਨਾ ਇੱਥੇ ਇਹ ਸਮਝਾਇਆ ਜਾਂਦਾ ਗੁਰਬਾਣੀ 'ਚ ਜੋ ਸਮਝਾਇਆ ਜਾਂਦਾ ਇਹ ਕਿਹਾ ਜਾਂਦਾ ਰੱਬ ਤੇਰੇ ਅੰਦਰ ਹੈ ਤੈਨੂੰ ਕਰਨਾ ਪੈਣਾ ਆਖੋ ਸਤਿਨਾਮ ਤੈਨੂੰ ਕਰਨਾ ਇੱਥੇ ਇਹ ਸਮਝਾਇਆ ਤੇਰੇ ਲੱਤਾਂ ਦੇ ਭਾਰ ਇੱਥੇ ਜ਼ਿੰਮੇਵਾਰੀ ਪਾਈ ਜਾਂਦੀ ਹੈ ਇੱਥੇ ਐ ਨਹੀਂ ਕਹਿੰਦਾ ਵੀ ਹੋਰ ਜ਼ਿੰਮੇਵਾਰੀ ਚੱਕੇਗਾ ਤੇਰੀ ਇੱਥੇ ਕਹਿ ਜਾਂਦਾ ਜ਼ਿੰਮੇਵਾਰੀ ਤੈਨੂੰ ਆਪ ਚੱਕਣੀ ਪਊਗੀ ਇੱਥੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਜਾਂਦਾ ਇਹ ਰੱਬ ਜਦੋਂ ਸਮਝ ਆਉਂਦਾ ਨਾ ਵੀ ਰੱਬ ਤੇ ਸਾਰੇ ਪਾਸੇ ਆ ਯਾਰ ਉਹ ਤੇ ਹੈ ਹੀ ਆ ਹੁਣ ਮੈਂ ਕੀ ਹੋਵਾਂ ਮੈਂ ਕਿੱਦਾਂ ਬਣਾ ਉਹ ਤੇ ਬਣਿਆ ਹੀ ਹੋਇਆ ਉਹਨੇ ਤੇ ਸਾਰੇ ਪਾਸੇ ਖਿਲ ਰਿਹਾ ਹੀ ਹੋਇਆ ਹੁਣ ਮੈਂ ਕੀ ਕਰਾਂ ਆਪਣੀਆਂ ਜ਼ਿੰਮੇਵਾਰੀਆਂ ਬੰਦਾ ਫਿਰ ਸਮਝਣ ਲੱਗਦਾ ਹੈ ਵੀ ਤੇਰੇ 'ਚ ਕਮੀ ਹੈ ਆ ਜਿਹੜੀ ਠੀਕ ਕਰ ਕੁਦਰਤ ਦਾ ਸਿਸਟਮ ਸਾਰਿਆਂ ਲਈ ਇੱਕੋ ਜਿਹਾ ਹੈ ਘਾਟ ਤੇਰੀ ਹੋਣੀ ਹੈ ਕੋਈ ਤੇਰੀ ਪ੍ਰੋਬਲਮ ਹੋਏਗੀ ਇਹ ਮਨਾ ਤੇਰੇ 'ਚ ਕਮੀ ਹੈ ਫਿਰ ਬੰਦਾ ਆਪਣੀਆਂ ਘਾਟਾਂ ਕੱਢਣ ਲੱਗਦਾ ਹੈ ਜਦੋਂ ਰੱਬ ਸਿਸਟਮ ਫੈਲਿਆ ਹੋਇਆ ਸਮਝ ਆਉਂਦਾ ਨਾ ਫਿਰ ਬੰਦਾ ਥਾਂ ਥਾਂ ਤੇ ਜਾ ਕੇ ਤਰਲੇ ਜਾਂ ਲਿਲਕੜੀਆਂ ਨਹੀਂ ਲੈਂਦਾ ਫਿਰਦਾ ਮਨਾਉਣ ਲਈ ਤੁਰ ਪੈਂਦਾ ਰੱਬ ਨੂੰ ਉਹ ਤੇ ਮੰਨਿਆ ਹੀ ਹੋਇਆ ਮੈਂ ਮੰਨਣਾ ਉਹਦਾ ਮੂੰਹ ਤੇ ਮੇਰੇ ਵੱਲ ਹੈ ਹੀ ਹੈ ਮੈਂ ਉਹਦੇ ਵੱਲ ਮੂੰਹ ਕਰਨਾ ਉਹ ਤੇ ਸਿੱਧਾ ਹੀ ਹੈ ਉਹ ਪੁੱਠਾ ਕਦੋਂ ਹੋਇਆ ਉਹਦਾ ਵੈਰ ਹੀ ਨਹੀਂ ਕਦੇ ਮੇਰੇ ਨਾਲ ਵੈਰ ਕਿਉਂ ਕਰੇਗਾ ਉਹ ਸਭ ਨਾਲ ਹੀ ਕਿਰਪਾ ਕਰਦਾ ਉਹਦੇ ਸਿਸਟਮ ਨੂੰ ਮੰਨਣਾ ਪੈਣਾ ਮੈਨੂੰ ਉਹਦੇ ਸਿਸਟਮ ਨੂੰ ਮੰਨੋਗੇ ਤੇ ਉਹਦੀ ਕਿਰਪਾ ਹੋ ਜਾਣੀ ਹੈ ਨਹੀਂ ਮੰਨਾਂਗੇ ਤੇ ਬੈਠੇ ਰਹੀਏ ਬਸ ਚਲੋ ਜੀ ਹੁਣ ਗੱਲ ਸਮਝਿਓ ਫਿਰ ਪੜਿਓ ਭਗਤੀ ਸ਼ੁਰੂ ਤੋਂ ਹਰ ਰਸ ਛੋੜ ਹੋ ਛੈ ਰਸ ਮਾਤਾ ਘਰ ਮਹਿ ਬਸਤੁ ਬਾਹਰ ਉਠ ਜਾਤਾ ਤੇਰੇ ਅੰਦਰ ਵਸਤੂ ਹੈ ਅਸਲ ਖਜ਼ਾਨਾ ਤੇਰੇ ਅੰਦਰ ਹੈ ਬਾਹਰ ਉੱਠ ਕੇ ਨਾ ਜਾ ਬਾਹਰ ਨਾ ਪਾਲ ਅੱਗੇ ਸੁਣੀ ਨਾ ਜਾਈ ਸਾਚੇ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗ ਗਾਥਾ ਸੁਣਿਆ ਕੀ ਨਹੀਂ ਜਾਣਾ ਜਿਹੜਾ ਪਹਿਲਾਂ ਸੱਚ ਦੱਸਿਆ ਹਰੀ ਹਰੀ ਅੰਦਰ ਹੈ ਬਾਹਰ ਨਾ ਉੱਠ ਕੇ ਜਾ ਇਹੀ ਨਹੀਂ ਸੁਣਿਆ ਜਾਣਾ ਇਹੀ ਸੱਚੀ ਕਥਾ ਹੈ ਸੱਚੀ ਕਥਾ ਇਹੋ ਹੀ ਹੈ ਵੀ ਬਾਹਰ ਨਾ ਲੱਭ ਅੰਦਰ ਹੈ ਇਹ ਸੱਚੀ ਕਥਾ ਹੈ ਪਰ ਸੁਣੀ ਨਹੀਂ ਜਾਏਗੀ ਝਗੜਾ ਕਰਨਗੇ ਜੀ ਲੋਕ ਰਾਰ ਕਰਤ ਝੂਠੀ ਲੱਗ ਗਾਥਾ ਝੂਠੀਆਂ ਗਾਥਾਵਾਂ ਜਿਹੜੀਆਂ ਨਾ ਉਹਨਾਂ ਮਗਰ ਲੱਗਿਆ ਬੰਦਾ ਲੜਾਈ ਕਰੇਗਾ ਸਗੋਂ ਕਲੇਸ਼ ਪਾਏਗਾ ਮੰਨਣੀ ਕਿੱਥੇ ਹੈ ਜੀ ਉਹਨੇ ਹਾਂਜੀ ਵਜੂਹੋ ਸਾਹਿਬ ਕਾ ਸੇਵ ਬਿਰਾਨੀ ਭਾਈ ਤਨਖਾਹ ਕਹਿੰਦੇ ਰੱਬ ਦੀ ਲੈਣਾ ਤੇ ਚਾਕਰੀ ਹੋਰਾਂ ਦੀ ਕਰੀ ਜਾਂਦਾ ਹਰੇਕ ਨੂੰ ਸਾਜਿਆ ਘੜਿਆ ਕੁਦਰਤ ਨੇ ਆ ਰੱਬ ਨੇ ਨਾ ਸ਼ੁਕਰਾ ਹੋਇਆ ਫਿਰਦਾ ਆਲੇ ਦੁਆਲੇ ਫੈਲਿਆ ਤੈਨੂੰ ਪਰਮਾਤਮਾ ਦਿਸਦਾ ਨਹੀਂ ਇਹ ਤੇ ਉਹ ਗੱਲ ਹੋ ਗਈ ਵੀ ਤਰਲੇ ਮੜੀਆਂ ਕਬਰਾਂ ਤੇ ਜਾ ਕੇ ਜਗ੍ਹਾ ਜਗ੍ਹਾ ਮੱਥੇ ਟੇਕ ਕੇ ਕਹੀ ਦੇਣਾ ਬਾਬਾ ਤੇਰੀ ਕਿਰਪਾ ਤੂੰ ਤੇ ਮਿਹਰ ਕਰਤੀ ਤੂੰ ਤਰਸ ਕਰਤਾ ਉਹ ਕਹਿੰਦੇ ਭਾਈ
ਤਨਖਾਹ ਕਿਸੇ ਹੋਰ ਦੀ ਲੈਣਾ ਤੇ ਚਾਕਰੀ ਕਿਸੇ ਹੋਰ ਦੀ ਕਰਦਾ ਹੈ ਕੰਮ ਕਿਤੇ ਹੋਰ ਕਰੀ ਜਾਂਦਾ ਕਿਰਪਾ ਤੇਰੇ ਤੇ ਰੱਬ ਕਰਦਾ ਹੈ ਮਿਹਰ ਤੇਰੇ ਤੇ ਪਰਮਾਤਮਾ ਦੀ ਹੈ ਤੇ ਉਹਨੂੰ ਛੱਡ ਕੇ ਤੂੰ ਹੋਰਾਂ ਦੀ ਸੇਵਾ 'ਚ ਲੱਗਿਆ ਫਿਰਦਾ ਹੈ ਅੱਗੇ ਐਸੇ ਗੁਨਾਹ ਅੱਛਾ ਤੇ ਉਹ ਪ੍ਰਾਨੀ ਇਹੋ ਜਿਹਾ ਗੁਨਾਹ ਕਰ ਰਿਹਾ ਜੀ ਪ੍ਰਾਨੀ ਅੱਜ ਦੱਬਿਆ ਪਿਆ ਇਸ ਗੁਨਾਹ ਦੇ ਥੱਲੇ ਸੁਣੋ ਇਹ ਗੁਨਾਹ ਹੈ ਜਿਹੜਾ ਬੜਾ ਵੱਡਾ ਗੁਨਾਹ ਹੈ ਇਦੋਂ ਵੱਡਾ ਗੁਨਾਹ ਕੀ ਹੋਏਗਾ ਬਹੁਤ ਵੱਡਾ ਗੁਨਾਹ ਹੈ ਰੱਬ ਨੂੰ ਛੱਡ ਕੇ ਹੋਰਾਂ ਨੂੰ ਮੰਨੇ ਹੋਰਾਂ ਅੱਗੇ ਜਾ ਕੇ ਤਰਲੇ ਕਰੇ ਆਲੇ ਦੁਆਲੇ ਫੈਲਿਆ ਉਹਨੂੰ ਪਰਮਾਤਮਾ ਨਜ਼ਰ ਹੀ ਨਹੀਂ ਆਉਂਦਾ ਹੋਰਾਂ ਨੂੰ ਹੀ ਮੰਨੀ ਜਾਂਦਾ ਐਸਾ ਗੁਨਾਹ ਹੈ ਜਿਹਦੇ ਥੱਲੇ ਦੱਬੇ ਪਏ ਆ ਗੁਨਾਹਗਾਰ ਲੂਣ ਹਰਾਮੀ ਬਾਹਣ ਨਾਵ ਨਾ ਪਾਰ ਗਰਾਮੀ ਇਹ ਬੜਾ ਵੱਡਾ ਗੁਨਾਹ ਹੈ ਜੀ ਜਦੋਂ ਅਸੀਂ ਕਹਿੰਦੇ ਹਾਂ ਘਰ ਮੈਂ ਠਾਕੁਰ ਨਦਰ ਨਾ ਆਵੇ ਗੱਲ ਮੈਂ ਬਾਹਣ ਲੈ ਲਟਕਾਵੇ ਭਰਮੇ ਭੂਲਾ ਸਖਤ ਫਿਰਤਾ ਨੀਰ ਮੁਰਲੈ ਖੱਪ ਖੱਪ ਮਰਤਾ ਉਹ ਜਿਹੜਾ ਪਰਮਾਤਮਾ ਅੰਦਰ ਵਸਿਆ ਸੀ ਉਹ ਤੇ ਦਿਸਿਆ ਹੀ ਨਾ ਉਹਨੂੰ ਛੱਡ ਕੇ ਹੋਰ ਜਗ੍ਹਾ ਤੇ ਰਗੜ ਨੱਕ ਰਗੜਦਾ ਫਿਰਦਾ ਰਿਹਾ ਹਾਂਜੀ ਅੱਗੇ ਸੁਣ ਇਸ ਸਿਹਾਂ ਲੋਕ ਜੋ ਸਦ ਹੀ ਸੰਗੀ ਪਰਮਾਤਮਾ ਜਿਹੜਾ ਹਰ ਥਾਂ ਤੇ ਹਾਜ਼ਰ ਹੈ ਉਹਦੇ ਤੋਂ ਲੁਕੋ ਰੱਖਦਾ ਹੈ ਉਹ ਤੇ ਜਾਣਦਾ ਹੈ ਕੁਦਰਤ ਦਾ ਸਿਸਟਮ ਤੇ ਤੈਨੂੰ ਸਜ਼ਾ ਦੇਏਗਾ ਚਾਹੇ ਮਨ ਮਨ ਕਰਕੇ ਨਿਯਮ ਤੋੜ ਦੇ ਚਾਹੇ ਤਨ ਕਰਕੇ ਤੋੜ ਦੇ ਉਹਨੇ ਤੇ ਤੈਨੂੰ ਸਜ਼ਾ ਦੇਣੀ ਹੀ ਦੇਣੀ ਹੈ ਕੁਦਰਤ ਦਾ ਵਿਧਾਨ ਇਦਾਂ ਦਾ ਕਾਨੂੰਨ ਇਦਾਂ ਦਾ ਉਹਦੇ ਤੋਂ ਕਾਹਦਾ ਲੁਕੋ ਰੱਖਦਾ ਉਹਨੇ ਤੇ ਉਹ ਤੇ ਸਜ਼ਾ ਮਿਲੇਗੀ ਮਿਲੇਗੀ ਨਾ ਤੇ ਮੁੜ ਮੁੜ ਕੇ ਅਗਲੀ ਪੰਕਤੀ ਸੁਣਿਓ ਮੰਗਦਾ ਉਹੀ ਹੈ ਜਿਹੜੀ ਸਾਥ ਨਹੀਂ ਨਿਭਣੀ ਹਾਂਜੀ ਕਾਮ ਨਾ ਆਵੇ ਸੋ ਫਿਰ ਫਿਰ ਮੰਗੀ ਜਿਹੜਾ ਮਟੀਰੀਅਲ ਇੱਥੇ ਛੱਡ ਜਾਣਾ ਉਸੇ ਦੀਆਂ ਆਸਾਂ ਰੱਖਦਾ ਜਗ੍ਹਾ ਜਗ੍ਹਾ ਨੱਕ ਰਗੜਦਾ ਫਿਰਦਾ ਉਹ ਤੇਰੇ ਸਦਾ ਕੰਮ ਨਹੀਂ ਆਉਣਾ ਹਾਂਜੀ ਕਹੋ ਨਾਨਕ ਪ੍ਰਭੂ ਦੀਨ ਦਇਆਲਾ ਜਿਉਂ ਭਾਵੇ ਤਿਉਂ ਕਰ ਪ੍ਰਭੂ ਪਾਲਾ ਮੇਰੇ ਰੱਬ ਜੀ ਬਸ ਜਿਵੇਂ ਤੈਨੂੰ ਪਾਉਂਦਾ ਉਵੇਂ ਚਲਾ ਭਾਵ ਕਿ ਮੈਂ ਕੁਦਰਤ ਦੇ ਨਿਯਮਾਂ ਤੋਂ ਬਾਹਰ ਨਾ ਚੱਲਾਂ ਮੇਰੇ ਤੇ ਮਿਹਰ ਕਰ ਮੈਂ ਤੇਰੇ ਤੋਂ ਬਾਹਰ ਨਾ ਚੱਲਾਂ ਬਸ ਜਿੱਥੇ ਜਿੱਥੇ ਮੈਂ ਚੋਟਾਂ ਖਾ ਰਿਹਾ ਮੈਂ ਤੇਰੇ ਨਿਯਮ ਤੋੜ ਕੇ ਹੀ ਚੋਟਾਂ ਖਾ ਰਿਹਾ ਜਿਹੜਾ ਮੈਂ ਦੁਖੀ ਹਾਂ ਤੇਰੇ ਨਿਯਮ ਤੋੜਨ ਕਰਕੇ ਦੁਖੀ ਹਾਂ ਸੋ ਇਸ ਕਰਕੇ ਮੇਰੇ ਉਹ ਵੀਰੋ ਭਾਈਓ ਭੈਣੋ ਰੱਬ ਦਾ ਨਿਯਮ ਤੋੜਨਾ ਰੱਬ ਤੋਂ ਉਲਟ ਚੱਲਣਾ ਹੈ ਪਰਮਾਤਮਾ ਤੋਂ ਬੇਮੁੱਖ ਨਾ ਹੋਈਏ ਆ ਸਾਰੇ ਪਾਸੇ ਉਹੀ ਹੈ ਉਹਦਾ ਜਿਹੜਾ ਵਿਧਾਨ ਹੈ ਉਹਨੂੰ ਸਮਝੀਏ ਕੁਦਰਤ ਦੇ ਕਾਨੂੰਨ ਨੂੰ ਸਮਝ ਕੇ ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰੀਏ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਮਨੁੱਖ ਤਾਂ ਹੈ ਜੇ ਇਹਦੇ ਕੋਲ ਮਨ ਹੈ ਇਹਦੇ ਕੋਲ ਵਿਚਾਰ ਹੈ ਇਹਦੇ ਕੋਲ ਦਿਮਾਗ ਹੈ ਇਹਦੇ ਕੋਲ ਸੋਚਣ ਸ਼ਕਤੀ ਹੈ ਇਹ ਲਰਨ ਕਰ ਸਕਦਾ ਸਮਝ ਸਕਦਾ ਤੇ ਵੱਧ ਤੋਂ ਵੱਧ ਆਪਾਂ ਗਿਆਨ ਲੈ ਕੇ ਸਮਝ ਕੇ ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰੀਏ ਜ਼ਿੰਦਗੀ ਵਿੱਚ ਕਦੇ ਕਿਸੇ ਤੇ ਬੋਝ ਨਾ ਬਣੋ ਕੱਲ ਜਿਹੜੀ ਗੱਲ ਕੀਤੀ ਸੀ ਆਪਣੇ ਕੰਮ ਆਪ ਕਰਨ ਲੱਗੀਏ ਬਿਲਕੁਲ ਕਿਸੇ ਤੇ ਬੋਝ ਨਾ ਬਣੀਏ ਸਮਾਜ ਤੇ ਬੋਝ ਨਾ ਬਣੀਏ ਆਪਣੇ ਆਪ ਦਾ ਧਿਆਨ ਰੱਖਾਂਗੇ ਠੀਕ ਹੈ ਨਹੀਂ ਤੇ ਟੱਬਰ ਤੇ ਬੋਝ ਬਣ ਜਾਾਂਗੇ ਹੁਣ ਮੰਨ ਲਓ ਜੇ ਕੋਈ ਬੰਦਾ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦਾ ਤੇ ਆਪਣੇ ਟੱਬਰ ਤੇ ਬੋਝ ਹੀ ਬਣੇਗਾ ਫਿਰ ਉਹ ਬੰਦਾ ਬੋਝ ਪਾਉਣ ਆਇਆ ਬੋਝ ਲਾਉਣ ਥੋੜਾ ਆਇਆ ਜੇ ਆਪਣੇ ਸਿਹਤ ਦਾ ਖਿਆਲ ਰੱਖੋਗੇ ਤੇ ਘਰ ਤੇ ਕਿਵੇਂ ਬੋਝ ਪਏਗਾ ਪਰਿਵਾਰ ਤੇ ਕਿਵੇਂ ਬੋਝ ਪਏਗਾ ਸਮਾਜ ਤੇ ਬੋਝ ਪੈਂਦਾ ਫਿਰ ਦੁਨੀਆ ਵਿੱਚ ਅਸੀਂ ਘੱਟ ਤੋਂ ਘੱਟ ਜੇ ਖਲਾਰਾ ਸਮੇਟ ਨਹੀਂ ਸਕਦੇ ਤੇ ਪਾਈਏ ਨਾ ਆਪਣੇ ਆਪ ਦਾ ਖਿਆਲ ਰੱਖੀਏ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ ਆਪਣੇ ਫਰਜ਼ ਪਛਾਣੀਏ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਈਏ ਨਿੱਕੇ ਨਿੱਕੇ ਕੰਮ ਇਹਨਾਂ ਨੂੰ ਕਿਹਾ ਕਰੀਏ ਆਪ ਕਰੋ ਆਪਣੇ ਭਾਂਡੇ ਆਪ ਚੱਕੋ ਆਪਣੇ ਬੈਗ ਆਪ ਚੱਕੋ ਆਪਣੇ ਜੁੱਤੇ ਆਪ ਪਾਲਿਸ਼ ਕਰੋ ਐਦਾਂ ਨਿੱਕੇ 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 ਕੰਮਾਂ ਤੋਂ ਆਪਾਂ ਸਟਾਰਟ ਕਰੀਏ ਆਪਣੇ ਵਰਗੀ ਮੈਂਟੈਲਿਟੀ ਸਾਡੇ ਬੱਚਿਆਂ ਦੀ ਨਾ ਹੋਵੇ ਸਾਡੇ ਵਰਗੀ ਸੋਚ ਸਾਡੇ ਨਿਆਣਿਆਂ ਦੀ ਨਾ ਹੋਵੇ ਬਸ ਜਿੱਦਾਂ ਦੇ ਹੋ ਉਦਾਂ ਦੇ ਦਿਸੋ ਕਿਤੇ ਦਿਖਾਵਾ ਨਾ ਕਰੋ ਕਿਤੇ ਭੇਖ ਨਾ ਕਰੋ ਕਿਤੇ ਫੁਕਰੀ ਨਾ ਮਾਰੋ ਵੱਡੀਆਂ ਗੱਲਾਂ ਆਪਣੀ ਔਕਾਤ ਤੋਂ ਵੱਧ ਕੇ ਨਾ ਕਰੀਏ ਸਿੱਧੀ ਸਿੱਧੀ ਗੱਲ ਹੈ ਵੇਖੋ ਐਦਾਂ ਬੈਠੇ ਬੰਦਿਆਂ ਵਿੱਚ ਬੈਠੇ ਹੋ ਠੀਕ ਹੈ ਜੀ ਅਗਲਾ ਕਹਿੰਦਾ ਨਿਆਣੇ ਪੜ੍ਹਦੇ ਹਾਂਜੀ ਪੜ੍ਹਦੇ ਐਦਾਂ ਨਾ ਕਹੇ ਮੇਰੇ ਨਿਆਣਿਆਂ ਵਰਗਾ ਕਿਹੜਾ ਜੀ ਮੈਂ ਕਹਿੰਦਾ ਕਿਤੇ ਕਿਸੇ ਵੱਲ ਲੱਖ ਪੱਟ ਕੇ ਨਹੀਂ ਵੇਖਦੇ ਮੇਰੀਆਂ ਬੱਚੀਆਂ ਮੇਰੇ ਪੁੱਤ ਐ ਨਾ ਕਹੇ
ਐਦਾਂ ਕਿਹਾ ਕਰ ਠੀਕ ਹੈ ਜੀ ਅਜੇ ਤੱਕ ਤੇ ਠੀਕ ਨੇ ਭਾਈ ਜਮਾਨਾ ਦਾ ਤੁਹਾਨੂੰ ਪਤਾ ਹੀ ਅੱਗੇ ਪਤਾ ਕੋਈ ਨਹੀਂ ਬਸ ਇੰਨੀ ਕੀ ਸਟੇਟਮੈਂਟ ਦੇਣੀ ਚਾਹੀਦੀ ਹੈ ਫਿਰ ਜਿਹੜੇ ਬੰਦੇ ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦੇ ਮੇਰੇ ਬੱਚੇ ਫਿਰ ਜਦੋਂ ਨਿਆਣੇ ਗਲਤ ਨਿਕਲਦੇ ਐ ਉਨੀ ਸ਼ਰਮ ਆਉਂਦੀ ਹੈ ਉਨਾ ਹੀ ਵੀ ਹਾਏ ਮੇਰੇ ਬੱਚਿਆਂ ਬਾਰੇ ਮੈਨੂੰ ਹੁਣ ਲੋਕੀ ਕੀ ਕਹਿਣਗੇ ਵੱਡੀਆਂ ਵੱਡੀਆਂ ਗੱਲਾਂ ਆਪਾਂ ਨਾ ਕਰੀਏ ਸਿੱਧੀ ਸਿੱਧੀ ਗੱਲ ਕਰਿਆ ਕਰੋ ਬਾਜੀ ਨਿਆਣਿਆਂ ਵਰਗੇ ਨਿਆਣੇ ਆ ਬੱਚਿਆਂ ਵਰਗੇ ਬੱਚੇ ਪਤਾ ਨਹੀਂ ਜਮਾਨਾ ਜਮਾਨਾ ਕਿੱਥੇ ਜਾ ਰਿਹਾ ਬਾਕੀ ਆਪਣੇ ਆਪ ਆਪਣੇ ਬੱਚਿਆਂ ਨੂੰ ਪੂਰਾ ਜ਼ੋਰ ਲਾਓ ਵੀ ਸਿਆਣੇ ਬਣ ਕੇ ਰਹਿਣ ਸਮਝਾਉਣ ਦੀ ਕੋਸ਼ਿਸ਼ ਕਰੋ ਆਪਣਾ ਜ਼ੋਰ ਲਾਓ ਜੇ ਫਿਰ ਵੀ ਨਿਆਣਾ ਵਿਗੜਦਾ ਹੈ ਫਿਰ ਦਿਲ ਗੁਰੂ ਨਾਨਕ ਵਰਗਾ ਰੱਖ ਕੇ ਸ਼੍ਰੀ ਚੰਦ ਤੋਂ ਪਾਸਾ ਵੱਟ ਲੈ ਕਹਿੰਦੇ ਛੱਡ ਪਰੇ ਜਿਹੜਾ ਮੇਰੀ ਸੁਣਦਾ ਹੀ ਨਹੀਂ ਤੂੰ ਮੇਰਾ ਪੁੱਤ ਹੋ ਕੇ ਵੀ ਮੇਰਾ ਪੁੱਤ ਨਹੀਂ ਆਖੋ ਸਤਨਾਮ ਫਿਰ ਇੱਥੇ ਵੀ ਆਹ ਵੀ ਜਿਗਰਾ ਪਾਲ ਕੇ ਰੱਖ ਕੋਈ ਗੱਲ ਨਹੀਂ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੋ ਵੀ ਨਿਆਣੇ ਸਾਡੇ ਚੰਗੇ ਨਿਕਲਣ ਬੱਚੇ ਸਾਡੇ ਚੰਗੇ ਨਿਕਲਣ ਆਪਣਾ ਜ਼ੋਰ ਲਾਓ ਪੂਰਾ ਨਹੀਂ ਤੇ ਫਿਰ ਛੱਡੋ ਬਸ ਆਪਣੀ ਆਪਣੇ ਆਪ ਵੱਲ ਵੇਖੀਏ ਬਸ ਆਪਣੀ ਜ਼ਿੰਦਗੀ ਸੋਹਣੀ ਬਣਾਈਏ ਜ਼ਿੰਮੇਵਾਰ ਬਣੀਏ ਆਪਣੇ ਫਰਜ਼ ਪਛਾਣੀਏ ਤੇ ਜਿਹੜੀ ਗੁਰਬਾਣੀ ਦੀ ਜਾਂ ਸਮਝ ਪੈਂਦੀ ਹੈ ਉਹਨੂੰ ਪ੍ਰੈਕਟੀਕਲ ਕਰਨ ਵਾਸਤੇ ਬਹੁਤ ਜ਼ੋਰ ਲੱਗਦਾ ਹੈ ਪ੍ਰੈਕਟਿਸ ਕਰਨ ਤੇ ਬਹੁਤ ਜ਼ੋਰ ਲੱਗਦਾ ਹੈ ਉਹ ਉਹ ਉਹਦੇ ਵਾਸਤੇ ਉਸ ਉਹੀ ਤਪ ਹੈ ਸਾਡਾ ਉਹੀ ਘਾਲਣਾ ਹੈ ਸਾਡੀ ਜਿਹੜੀ ਸਾਨੂੰ ਘਾਲਣੀ ਪੈਣੀ ਹੈ ਸੋ ਪਿਆਰਿਓ ਬਹੁਤ ਆਪ ਸਾਰਿਆਂ ਦਾ ਧੰਨਵਾਦ ਹੈ ਮੈਂ ਬੜੇ ਸਾਲਾਂ ਬਾਅਦ ਇਸ ਏਰੀਏ ਵਿੱਚ ਆਇਆ ਦੋ ਤਿੰਨ ਦਿਨ ਤੇ ਇੱਥੋਂ ਦੇ ਜਿਹੜੇ ਵੀਰ ਸਾਡੇ ਸ਼੍ਰੀ ਗੁਰੂ ਸਿੰਘ ਸਭਾ ਜੋ ਕਿ ਯੂਥ ਕਲੱਬ ਇੱਥੇ ਦਾ ਬਣਿਆ ਇਹਨਾਂ ਵੀਰਾਂ ਨੇ ਬਹੁਤ ਜ਼ੋਰ ਲਾਇਆ ਕਈ ਸਾਲਾਂ ਤੋਂ ਹੀ ਕਹਿੰਦੇ ਸੀ ਕਿ ਸਾਡੇ ਫਤਿਹਗੜ੍ਹ ਪੰਜਤੂਰ ਵਿੱਚ ਪ੍ਰੋਗਰਾਮ ਰੱਖੋ ਰੱਖਦਿਆਂ 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 ਚਲੋ ਆਹ ਸਮਾਂ ਆਇਆ ਤੇ ਪਿੱਛੇ ਜੇ ਚੋਲਾ ਸਾਹਿਬ ਪ੍ਰੋਗਰਾਮ ਰੱਖਿਆ ਸੀ ਉੱਥੇ ਤੁਹਾਨੂੰ ਪਤਾ ਹੈ ਰੱਦ ਹੋ ਗਿਆ ਸੰਗਤ ਨੇ ਰੱਦ ਨਹੀਂ ਜੀ ਕੀਤਾ ਬਾਬਿਆਂ ਦੇ ਚੇਲੇ ਇਕੱਠੇ ਹੋ ਕੇ ਆਏ ਸੀ ਡੀਸੀ ਦਫ਼ਤਰ ਮੰਗ ਪੱਤਰ ਉਹਨਾਂ ਨੇ ਦਿੱਤਾ ਵੀ ਇਹ ਕਹਿੰਦੇ ਜੀ ਲੜੀਆਂ ਨਾ ਚਲਾਓ ਪਾਠ ਪਾਠਾਂ ਦੀਆਂ ਲੜੀਆਂ ਤੇ ਉਹ ਤੇ ਆਪਾਂ ਅੱਗੇ ਵੀ ਬੇਨਤੀ ਕਰਦੇ ਹੁੰਦੇ ਆ ਨਾ ਵੀ ਇੱਕ ਜਣਾ ਪੜ੍ਹੇ 100 ਬਹਿ ਕੇ ਸੁਣੇ ਹੁਣ 100 ਪਾਠ ਕਰਦਾ ਸੁਣਦਾ ਉੱਥੇ ਕੋਈ ਵੀ ਨਹੀਂ ਹੁੰਦਾ ਗੁਰੂ ਸਾਡਾ ਇੱਕ ਹੈ ਕਿ 100 ਹੈ ਬੋਲੋ ਜੀ ਪਿਆਰਿਓ ਇੱਕ ਵਾਰੀ ਗੱਜ ਕੇ ਦੱਸੋ 100 ਹੈ ਕਿ ਇੱਕ ਤੇ ਫਿਰ ਪ੍ਰਕਾਸ਼ ਇੱਕ ਕਰ ਲਈਏ 100 ਕਿਉਂ ਕਰੀਏ ਇੱਕ ਹੀ ਪ੍ਰਕਾਸ਼ ਕਰ ਲਓ 100 ਬੰਦਾ ਬਹਿ ਕੇ ਸੁਣ ਲੈ ਜੇ 100 ਪਾਠੀ ਇਕੱਠਾ ਬੋਲਣ ਲੱਗ ਜੇ ਸੁਣੇਗਾ ਕੁਝ ਪੱਲੇ ਪਏਗਾ ਤੇ ਬਾਬੇ ਸਾਡੇ ਕਹਿੰਦੇ 5000 ਰੁਪਇਆ ਜਮ੍ਹਾਂ ਕਰਾ ਦੇ ਪਾਠ ਤੇਰਾ ਆਪੇ ਕਰ ਦੇਾਂਗੇ ਤੇ 5000 ਆਪ ਲੈ ਲੈਂਦੇ ਆ 1000 2000 ਪਾਠੀਆਂ ਨੂੰ 3000 ਵਿੱਚੋਂ ਹੀ ਠੇਕਾ ਕਰ ਲੈਂਦੇ ਗਾ ਐਦਾਂ ਹੀ ਚੱਲਦਾ ਨਾ ਅਸੀਂ ਇੱਥੇ ਬੈਠੇ ਆ ਪਾਠ ਸਾਡਾ ਉੱਥੇ ਚੱਲਦਾ ਹੁੰਦਾ ਪੂਰਾ ਬਿਜ਼ਨਸ ਸੈੱਟ ਕੀਤਾ ਕਿ ਨਹੀਂ ਬਿਜ਼ਨਸ ਸੈੱਟ ਕੀਤਾ ਉਹ ਗਾਇਤਰੀ ਪੜ੍ਹਦੇ ਹੁੰਦੇ ਸੀ ਸਾਡੇ ਵਾਲੇ ਇਦਾਂ ਲੱਗੇ ਵੀ ਲਓ ਜੀ ਪੂਰਾ ਬਿਜ਼ਨਸ ਬਣਾਇਆ ਹੋਇਆ ਪੂਰੀ ਤਰ੍ਹਾਂ ਬਿਜ਼ਨਸ ਤੇ ਤਾਂ ਕਰਕੇ ਇਹ ਬਿਜ਼ਨਸ ਵਾਲਿਆਂ ਨੂੰ ਸਾਡੇ ਅਕਾਲ ਤਖਤ ਦੇ ਜਥੇਦਾਰਾਂ ਨੇ ਪ੍ਰਮੋਟ ਕੀਤਾ ਉਹਨਾਂ ਨੇ ਜਾ ਜਾ ਕੇ ਇਹਨਾਂ ਦੇ ਡੇਰਿਆਂ ਚੋਂ ਲੈ ਲੈ ਕੇ ਲਿਫਾਫੇ ਤੇ ਹਰੇਕ ਸਟੇਜ ਤੇ ਜਾ ਕੇ ਜਥੇਦਾਰ ਅਕਾਲ ਤਖਤ ਦਾ ਬੋਲਣ ਬਾਬਾ ਜੀ ਦੀ ਮਰਿਆਦਾ ਬਹੁਤ ਚੰਗੀ ਹੈ 50000 ਰੁਪਏ ਅਗਲਾ ਜੇਬ ਚ ਪਾ ਦਿੰਦਾ ਅਕਾਲ ਤਖਤ ਦੀ ਮਰਿਆਦਾ ਤੇ ਇਹਨਾਂ ਨੇ ਕੀ ਦੱਸਣੀ ਸੀ ਇਹ ਆਪ ਹੀ ਤੋੜ ਦਿੱਤੀ ਮਰਿਆਦਾ ਇਹਨੇ ਹੁਣ ਬਾਬਿਆਂ ਨੇ ਓਡੀਆਂ ਓਡੀਆਂ ਫੋਟੋਆਂ ਗੁਰੂ ਨਾਨਕ ਦੀਆਂ ਬਣਾ ਕੇ ਲਾਤੀਆਂ ਪਰ ਗੁਰੂ ਨਾਨਕ ਕੀ ਹੈ ਸਾਡਾ ਗੁਰੂ ਦੇਹ ਹੈ ਕਿ ਸ਼ਬਦ ਹੈ ਬੋਲੋ ਦੇਹ ਨੂੰ ਮੰਨਦੇ ਆ ਕਿ ਗਿਆਨ ਨੂੰ ਪਰ ਫੋਟੋ ਕਿਹਦੀ ਹੈ ਦੇਹ ਦੀ ਕਿ ਸ਼ਬਦ ਦੀ ਦੇਹ ਦੀ ਤੇ ਜੋੜਿਆ ਕਿਹਦੇ ਨਾਲ ਇਹਨਾਂ ਨੇ ਦੇਹਾਂ ਨਾਲ ਬਾਬਿਆਂ ਦੇ ਡੇਰਿਆਂ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਦੇਹਾਂ ਦੀਆਂ ਲਾਈਆਂ ਤੇ ਜਥੇਦਾਰ ਗਏ ਸਰੋਪੇ ਲੈ ਕੇ ਆਏ ਉੱਥੇ ਚੰਗੇ ਲਿਫਾਫੇ ਲੈ ਕੇ ਆਏ ਹੁਣ ਜਿਵੇਂ ਆ ਫਿਲਮ ਲੱਗੀ ਹੈ ਬੰਨੋ ਤੋਂ ਪਿੱਟ ਸਿਆਪਾ ਪਾ ਲਿਆ ਵੀ ਹਾਏ ਜੀ ਸਾਡੇ ਗੁਰੂ ਦੀ ਕੋਈ ਤਸਵੀਰ ਉਹਦੀ ਰੋਲ ਨਹੀਂ ਕਰ ਸਕਦਾ ਪਰ ਬਣ ਤੇ ਫੋਟੋ ਵੀ ਨਹੀਂ ਸਕਦੀ ਫੋਟੋਆਂ ਵੀ ਕਿੱਥੇ ਬਣ ਸਕਦੀਆਂ ਸੀ ਫੋਟੋਆਂ ਦੀ ਆਗਿਆ ਵੀ ਕਿਉਂ ਦਿੱਤੀ ਸਾਡਾ ਗੁਰੂ ਤੇ ਗਿਆਨ ਹੈ ਸਾਡਾ ਗੁਰੂ ਤੇ ਸ਼ਬਦ ਹੈ ਸਮਝ ਹੈ ਉਹ ਗਿਆਨ ਲੈਣਾ ਸੀ ਸਮਝ ਲੈਣੀ ਸੀ ਸੋ ਸਾਰੇ ਦਾ ਸਾਰਾ ਢਾਂਚਾ ਵਿਗੜ ਗਿਆ ਪਿਆਰਿਓ ਢਾਂਚਾ ਤੁਸੀਂ ਦੱਸੋ ਪ੍ਰਸ਼ਾਦਾ ਮੈਂ ਛਕਾਂ ਅਸੀਂ ਸਾਰਾ ਜਥਾ ਪ੍ਰਸ਼ਾਦਾ ਛਕੀਏ ਤੇ ਅਰਦਾਸ ਕਰੀਏ ਵੀ ਰੋਟੀ ਅਸੀਂ ਖਾ ਲਈਏ ਤੇ ਇਹਦਾ ਰੱਜ ਸਾਰੇ ਟੱਬਰ ਦਾ ਹੋ ਜੇ ਹੋ ਸਕਦਾ ਬੋਲੋ ਜੇ 5000 ਰੁਪਇਆ ਨਾਲ ਦੇ ਦਿਓ ਤੁਸੀਂ ਤਾਂ ਅਰਦਾਸ ਕਰ ਦਿਆਂਗੇ ਫਿਰ ਰੱਜ ਹੋ ਜਾਏਗਾ ਤੁਹਾਡਾ ਜੇ ਤੁਸੀਂ ਰੋਟੀ ਨਹੀਂ ਖਾਧੀ ਰੱਜ ਕਿਵੇਂ ਹੋਏਗਾ ਤੇ ਪਾਠ ਅਗਲਾ ਕਹਿੰਦਾ ਕਰ ਬਾਬਾ ਜੀ ਦੇ ਡੇਰੇ ਪਾਠ ਚੱਲਦਾ ਭਾਈ ਉੱਥੇ ਹੀ ਚੱਲਦਾ
ਅਗਲੇ ਨੂੰ ਕਹੀਏ ਵੀ ਉਹਦਾ ਫਲ ਤੈਨੂੰ ਕਿਵੇਂ ਮਿਲੇਗਾ, ਕੀਤਾ ਤੇ ਬਾਬਿਆਂ ਨੇ, ਤੈਨੂੰ ਫਲ ਕਿਵੇਂ ਮਿਲੇਗਾ? ਕਹਿੰਦੇ ਅਸੀਂ 5000 ਦੇ ਦਿੱਤਾ ਨਾਲ, ਜੇ 5000 ਨਾਲ ਤੇਰੇ ਥਾਂ ਤੇ ਪਾਠ ਕਰ ਸਕਦਾ ਕੋਈ ਤੇ ਰੋਟੀ ਖਾਣ ਵਾਲਾ ਵੀ ਰੱਖ ਲੈ ਕੋਈ ਤੇਰੇ ਥਾਂ ਤੇ, ਰੋਟੀ ਵਾਲਾ ਕੰਮ ਨਹੀਂ ਚੱਲ ਸਕਦਾ ਯਾਰ, ਲੌਜਿਕ ਕੋਈ ਨਹੀਂ ਇਹਦੇ ਚ, ਦਲੀਲ ਹੀ ਕੋਈ ਨਹੀਂ ਵੀ ਮੈਂ 10000 ਤੇ ਬੰਦਾ ਰੱਖਿਆ ਮੇਰੇ ਥਾਂ ਤੇ ਸੌਂ ਲੈਂਦਾ, 10000 ਤੇ ਬੰਦਾ ਰੱਖਿਆ ਮੇਰੇ ਥਾਂ ਤੇ ਪੜ੍ਹ ਲੈਂਦਾ, 10000 ਤੇ ਬੰਦਾ ਰੱਖਿਆ ਮੇਰੇ ਥਾਂ ਤੇ ਰੋਟੀ ਖਾ ਲੈਂਦਾ, ਧਰਮ ਵਾਲੇ ਪਾਸੇ 10000 ਦੇ ਕੇ ਆਪਾਂ ਪਾਠ ਕਰਾ ਲੈਂਦੇ ਹਾਂ, ਕਿਉਂ? ਇੱਥੇ ਵੱਡੇ ਵੱਡੇ ਗੱਪ ਵੀ ਚੱਲ ਜਾਂਦੇ ਨੇ ਕਿਉਂਕਿ ਧਰਮ ਦਾ ਸਿਸਟਮ ਹੀ ਇਦਾਂ ਦਾ, ਆਖੋ ਸਤਨਾਮ ਸ੍ਰੀ ਵਾਹ। ਤੇ ਜੇ ਤੂੰ ਗੱਲ ਕਰੇਗਾ ਅਗਲੇ ਡਾਂਗਾ ਲੈ ਕੇ ਪੈ ਜਾਣਗੇ, ਕਿੰਤੂ ਪਰੰਤੂ ਕਰਦੇ ਹੋ ਤੁਸੀਂ, ਛੰਕੇ ਕਰਦੇ ਹੋ, ਬੋਲਣ ਹੀ ਨਹੀਂ ਦੇਣਾ ਅਗਲਿਆਂ ਨੇ, ਦੱਸੋ ਪਿਆਰਿਓ ਬੋਲਣ ਦੇਣਗੇ? ਕਿੱਥੇ ਬੋਲਣ ਦਿੰਦੇ ਆ? ਮੈਨੂੰ ਕਹਿੰਦੇ ਅਸੀਂ ਹਰੀ ਕੇ ਨਹੀਂ ਟੱਪਣ ਦੇਣਾ, ਬੋਲਣ ਦਿੰਦੇ ਆ ਇਹ? ਕਹਿੰਦੇ ਟੱਪਣ ਨਹੀਂ ਦੇਣਾ, ਮਾਝੇ ਚ ਕਹਿੰਦੇ ਵੜਨ ਨਹੀਂ ਦੇਣਾ, ਕਹਿੰਦੇ ਵੇਖ ਲਓ ਪਿਆਰੇ, ਪਰ ਆਵਾਜ਼ ਮੇਰੀ ਮਾਝੇ ਚ ਜਾਈ ਜਾਂਦੀ ਹੈ, ਘਰ ਘਰ ਚੱਲਦਾ। ਸਤਿ ਸ੍ਰੀ ਅਕਾਲ। ਕੱਖ ਨਾ ਰਵੇ ਭਾਵੇਂ, ਪਰ ਸੋਚ ਰਵੇਗੀ ਜ਼ਰੂਰ, ਇਹ ਚੇਤਾ ਰੱਖਿਓ, ਸੋਚ ਨਹੀਂ ਮਰਦੀ, ਸੋਚ ਨਹੀਂ ਮਰਦੀ। ਆ ਜਿਹੜਾ ਬੋਲਿਆ ਗਿਆ ਰਿਕਾਰਡ ਹੈ, ਇਹ ਨੈੱਟ ਤੇ ਪਿਆ ਰਹਿਣਾ ਹੈ, ਇਹ ਨਹੀਂ ਮਰਨਾ ਕਦੀ, ਇਹ ਨਹੀਂ ਬੰਦ ਹੁੰਦਾ। ਹੁਣ ਜ਼ਮਾਨਾ ਬਦਲ ਗਿਆ, ਸਿਸਟਮ ਚੇਂਜ ਹੋ ਗਿਆ ਪਿਆਰਿਓ। ਆ ਗੱਲਾਂ ਕਦੋਂ ਸਮਝ ਆਉਣਗੀਆਂ ਸਾਡੇ? ਹੁਣ ਅਗਲਾ ਜੇ ਕਹਿ ਦੇ ਵੇਖਿਓ ਪਿਆਰਿਓ, 10 ਗੁਣਾ ਫਲ ਇੱਥੇ, 70 ਗੁਣਾ। ਪਰ ਇੱਕ ਗੱਲ ਮੈਂ ਨੋਟ ਕਰ ਰਿਹਾ, ਇਹਨਾਂ ਗੱਲਾਂ ਤੇ ਖੁਸ਼ ਨੇ ਸਾਰੇ, ਹੁਣ ਸਾਰੇ ਚੁੱਪ ਕਰਕੇ ਬਹਿ ਗਏ, ਅੱਗੇ ਹਿਲਜੁਲ ਹੋਈ ਜਾਂਦੀ। ਮੈਂ ਹਾਂ, ਸੋਚਣ ਵਾਲੀ ਗੱਲ ਤੇ ਪਹਿਲਾ ਘੰਟਾ ਮੈਂ ਕਹਿ ਰਿਹਾ, ਰੱਬ ਸਾਰੇ ਪਾਸੇ ਹੈ, ਉਹ ਅੰਦਰ ਬਾਹਰ ਹੈ, ਉਹ ਉਹਨੂੰ ਸਮਝੋ, ਰੱਬ ਵਾਲਾ ਤੀਰਥ ਸਾਡੇ ਸਮਝ ਚ ਆਵੇ। ਉਦੋਂ ਵਾਸੀਆਂ ਪਾਸੇ ਮਾਰਦੇ ਐ, ਉੱਠ ਕੇ ਤੁਰਦੇ ਐ, ਇਹੋ ਜਿਹੀਆਂ ਗੱਲਾਂ ਤੇ ਖੁਸ਼ ਰਹਿੰਦੇ ਸਾਰੇ ਵੀ ਆਹ ਠੀਕ ਹੈ ਕੰਮ, ਇੱਦਾਂ ਚੱਲਣਾ ਚਾਹੀਦਾ ਦਵਾਂ। ਬਸ ਇਹ ਆਹੀ ਗੱਲਾਂ ਨੇ ਨਾ, ਇੱਥੇ ਇੱਕ ਖੜੇ ਆ ਜੇ, ਮੈਨੂੰ ਇਹ ਲੱਗਦਾ ਵੀ ਇਹ ਗੱਲਾਂ ਤੋਂ ਹੁਣ ਉੱਚੇ ਉੱਠੋ, ਵੀ ਇਹ ਤੇ ਪਤਾ ਹੀ ਹੈ, ਹੁਣ ਇੰਨਾ ਵੀ ਨਹੀਂ ਪਤਾ ਜੇ, ਵੀ ਇਹਦਾ ਵੀ ਦੱਸਣਾ ਪਏਗਾ ਜੀ, ਇਹ ਵੀ ਗੱਲਾਂ ਦੱਸਣੀਆਂ ਪੈਣਗੀਆਂ ਜੀ। ਦੱਸੋ ਜੇ ਕੋਈ ਬੰਦਾ ਅੱਜ ਕਵੇ ਵੀ ਰਜਿਸਟਰੀ ਐਤਕੀ ਕਰਾ ਦੇ, ਪੈਸੇ ਦੇ ਦੇ ਤੇ ਕਬਜ਼ਾ ਅਗਲੇ ਜਨਮ ਚ ਲੈ ਲਈ, ਮੰਨ ਲਓਗੇ? ਬੋਲੋ ਪਿਆਰਿਓ, ਨਹੀਂ ਮੰਨਣਾ। ਅੱਛਾ, ਪੈਸੇ ਐਤਕੀ ਦੇ ਦਿਓ, ਗੱਡੀ ਅਗਲੇ ਜਨਮ ਚ ਲੈ ਜੀ, ਪੈਸੇ ਦੇ ਦਿਆ ਐਤਕੀ, ਕਿਸ਼ਤ ਭਰੀ, ਚੱਲ ਮੰਨ ਜਾਓਗੇ? ਕਦੇ ਕਦੇ ਨਹੀਂ ਮੰਨਦੇ। ਤੇ ਸਾਡੇ ਬਾਬੇ ਕੀ ਕਹਿੰਦੇ ਆ? ਦਿਓ ਭਾਈ ਦਿਓ। ਅੱਛਾ ਫੇਰ ਜੀ, 10 ਗੁਣਾ ਇੱਥੇ, 70 ਗੁਣਾ ਅਗਲੇ ਜਨਮ ਚ, ਕਹਿੰਦੇ ਨੇ ਕਿ ਨਹੀਂ? ਇਹ ਤਾਂ ਬਸ ਫਿਰ ਜਦੋਂ 70 ਗੁਣਾ ਅਗਲੇ ਜਨਮ ਚ, ਆਪਾਂ ਤੇ ਫਿਰ ਇਹੀ ਹਿਸਾਬ ਲਾਈ ਜਾਂਦੇ, ਬਾਬਾ ਨੂੰ ਕਿੱਲਾ ਜ਼ਮੀਨ ਦਾ ਦਿਓ, ਓਏ 70 ਮਿਲਣਗੇ ਅਗਲੇ ਜਨਮ, ਏਦਾਂ ਹੀ ਸੋਚੀ ਜਾਂਦੇ ਨੇ। ਹੁਣ ਧਰਮ ਦੇ ਨਾਂ ਤੇ ਅਗਲਾ ਕਹਿੰਦਾ ਤੂੰ ਅੱਜ ਦੱਸ, ਹੁਣ ਗੱਲ ਕਰ ਮੇਰੇ ਨਾਲ, ਤੂੰ ਕਹੀ ਜਾਂਦਾ ਅਗਲੇ ਜਨਮ ਚ, ਅਗਲਾ ਜਨਮ ਕਿੰਨੇ ਵੇਖਿਆ? ਪਰ ਧਰਮ ਦੇ ਨਾਂ ਤੇ ਅਗਲੇ ਜਨਮ ਵੀ ਚੱਲ ਜਾਂਦੇ ਆ ਜੀ, ਧਰਮ ਦੇ ਨਾਂ ਤੇ ਹਰੇਕ ਕੱਪ ਚੱਲਦਾ, ਜਿਹੜਾ ਮਰਜ਼ੀ ਚਲਾ ਲਓ, ਜਿਹੜਾ ਜੀ ਕਰਦਾ ਚਲਾ ਲਓ, ਉਹੀ ਚੱਲ ਜਾਂਦਾ। ਤਾਂ ਕਰਕੇ ਧਰਮ ਦੇ ਨਾਂ ਤੇ ਬੜੇ ਅੱਡੇ ਬਣ ਗਏ ਹੈ ਜੀ, ਇਦਾਂ ਦੇ ਬਦਮਾਸ਼ੀਆਂ ਦੇ ਅੱਡੇ ਵੀ ਬਣ ਚੁੱਕੇ ਆ, ਕਤਲ ਤੱਕ ਵੀ ਹੁੰਦੇ ਆ, ਵੱਡੇ 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 ਵੱਡੇ, ਮਾਫ ਕਰਨਾ ਸ਼ਬਦ ਕਹਿਣਾ ਪੈਂਦਾ, ਬਲਾਤਕਾਰ ਹੁੰਦੇ ਆ ਵੱਡੇ, ਬੜਾ ਕੁਛ ਇਹਨਾਂ ਅੱਡਿਆਂ ਤੇ ਚੱਲਦਾ, ਧਰਮ ਦੇ ਨਾਂ ਤੇ ਜਿਹੜੇ ਅੱਡੇ ਬਣੇ। ਤੇ ਚੋਲਾ ਸਾਹਿਬ ਦਾ ਪ੍ਰੋਗਰਾਮ ਰੋਕਣ ਵਾਲੇ ਸਾਧ ਸੰਗਤ ਨਹੀਂ ਸੀ ਜੀ, ਜੇ ਕਹੋ ਨਾ ਤੁਸੀਂ ਵੀ ਇਲਾਕਾ ਸੀ ਸਾਰਾ, ਅੰਮ੍ਰਿਤਸਰ ਦੇ ਦੀਵਾਨ ਰੋਕਣ ਵਾਲਾ ਇਲਾਕਾ ਸੀ, ਸੰਗਤ ਆਈ ਸੀ, ਵੀ ਸ਼ਹਿਰ ਦੇ ਲੋਕ ਆਏ ਸੀ, ਨਾ ਨਾ, ਸਾਰੇ ਹੀ ਬਾਬਿਆਂ ਦੇ ਚੇਲੇ ਸੀ ਇਕੱਠੇ ਹੋ ਕੇ। ਉਹਨਾਂ ਨੂੰ ਖਤਰਾ ਕਾਹਦਾ ਹੈ? ਉਹਨਾਂ ਨੂੰ ਇਹ ਖਤਰਾ ਵੀ ਇਹਨੇ ਲੜੀਆਂ ਬਾਰੇ ਬੋਲਣਾ ਹੈ ਤੇ ਸਾਡੇ ਪਾਠ ਅੱਧੇ ਰਹਿ ਜਾਣਗੇ ਅਗਲੀ ਵਾਰੀ। ਹੁਣ ਜਿੱਥੇ 10 ਲੱਖ ਰੁਪਈਆ 3 ਦਿਨਾਂ ਦੇ ਕਮਾ ਲੈਣਾ, 5 ਲੱਖ ਰਹਿ ਜਾਣਾ, ਤੇ ਜੇ ਅਗਲੇ ਸਾਲ ਦੀਵਾਨ ਲੱਗ ਗਏ 2.5, ਤੇ ਜੇ 4-5 ਸਾਲ ਇਦਾਂ ਹੀ ਚੱਲਦਾ ਰਿਹਾ ਸਾਡਾ, ਤੇ ਸਤਿ ਸ੍ਰੀ ਅਕਾਲ ਹੋ ਜਾਣਾ ਕੰਮ, ਫਿਰ ਤਾਂ ਪੰਗਾ ਪਿਆ। ਹੋਰ ਇਹਨਾਂ ਨੂੰ ਮੇਰੇ ਤੋਂ ਕਾਹਦਾ ਖਤਰਾ ਪਿਆਰਿਓ? ਆਪਾਂ ਤੇ ਆਹ ਗੱਲ ਕਰੀ ਦੀ ਵੀ ਆਪ ਬਾਣੀ ਪੜ੍ਹੋ, ਸਮਝ ਲਓ, ਅਕਲ ਲਓ। ਜਿਹੜੇ ਬੰਦੇ ਰੱਬ ਦਾ ਠੇਕਾ ਲਈ ਫਿਰਦੇ ਨੇ ਵੀ ਰੱਬ ਸਾਨੂੰ ਪਤਾ ਸਹੀ ਦੱਸਾਂਗੇ, ਐ ਨਹੀਂ, ਰੱਬ ਤੇਰੇ ਅੰਦਰ ਹੈ, ਤੂੰ ਕੀ ਦੱਸੇਗਾ ਭਾਈ? ਬਾਣੀ ਸਾਨੂੰ ਸਮਝਾਉਂਦੀ ਹੈ ਰੱਬ ਸਾਡੇ ਅੰਦਰ ਹੈ, ਤੂੰ ਦੱਸ ਕੀ ਕਰਨਾ? ਸਾਰਿਆਂ ਦੇ ਵਿੱਚ ਉਸ ਰੱਬ ਦੀ ਜੋਤ ਹੈ, ਆਪਣੇ ਅੰਦਰ ਪਛਾਣੋ, ਤਕੜੇ ਹੋ ਕੇ ਗੁਰਮਤ ਦਾ ਪ੍ਰਚਾਰ ਕਰੋ। ਗੁਰਮਤ ਹੈ ਨਾ ਜਿਹੜੀ ਅਸਲੀ, ਉਹਨੂੰ ਸਮਝੋ। ਬਾਕੀ ਜੇ ਉਹ ਹਰੀ ਦੀ ਕਥਾ ਕਰਨੀ ਹੈ ਫਿਰ ਇਦਾਂ ਨਹੀਂ ਹੋਣੀ,
ਤਾਂ ਹੀ ਮੈਂ ਸਟੇਜ ਤੇ ਕਈ ਵਾਰੀ ਇਹ ਗੱਲ ਕਹਿ ਚੁੱਕਿਆ ਵੀ ਆਹ ਜਿਹੜੀਆਂ ਸਟੇਟਮੈਂਟਾਂ ਦੇਈ ਜਾਂਦੇ ਆ ਦੇਈ ਜਾਂਦੇ ਆ ਦੇਈ ਜਾਂਦੇ ਆ ਇਹਨਾਂ ਨੇ ਆਹ ਚੀਜ਼ਾਂ ਸਦਾ ਨਹੀਂ ਚੱਲਣ ਦੇਣੀਆਂ ਪਰ ਮੈਂ ਇੰਨੇ ਤੇ ਵੀ ਖੁਸ਼ ਹਾਂ ਵੀ 20 ਸਾਲ ਮੈਂ ਜਿੰਨੀ ਕੁ ਗੱਲ ਕੀਤੀ ਹੈ ਮੈਂ ਕਰ ਸਕਿਆ ਅੰਮ੍ਰਿਤ ਸੰਚਾਰ ਹੁੰਦੇ ਰਹੇ ਹੈ ਜਿੰਨਾ ਕੁ ਕੀਤਾ ਹੈ ਪਰ ਅੱਗੇ ਮੇਰਾ ਜੀ ਕਰਦਾ ਵੀ ਜੇ ਜਿਉਂਦਾ ਰਿਹਾ ਤੇ ਥੋੜੀਆਂ ਥੋੜੀਆਂ ਗੱਲਾਂ ਖੁੱਲ੍ਹ ਕੇ ਕਰੀਏ ਤਾਂ ਜੋ ਅੱਗੇ ਰਾਹ ਥੋੜਾ ਥੋੜਾ ਖੁੱਲ੍ਹਾ ਹੋਵੇ ਜਿਹੜੇ ਤੁਰਨਾ ਚਾਹੁੰਦੇ ਨੇ ਤੁਰਨ ਨਾਲ ਇਹਨਾਂ ਦੇ ਭੈੜੇ ਸਿਸਟਮ ਤੋਂ ਅਸਤੀਫਾ ਦੇਣ ਨੂੰ ਜੀ ਕਰਦਾ ਆਹ ਸਟੇਟਮੈਂਟ ਮੇਰੀ ਨੋਟ ਕਰੋ ਅਸਤੀਫਾ ਦੇਣ ਨੂੰ ਜੀ ਕਰਦਾ ਸਿਸਟਮ ਬਹੁਤ ਭੈੜਾ ਹੈ ਅਸਲੀ ਮਜ਼ਹਬ ਦਾ ਸਿਸਟਮ ਹੈ ਧਰਮ ਦਾ ਥੋੜਾ ਹੈ ਇਹ ਧਰਮ ਦਾ ਸਿਸਟਮ ਨਹੀਂ ਇਹ ਮਜ਼ਹਬ ਦਾ ਸਿਸਟਮ ਹੈ ਧਰਮ ਰੱਬ ਦਾ ਇੱਕ ਧਰਮ ਹੈ ਇੱਥੇ ਇਨਸਾਨੀਅਤ ਨਹੀਂ ਉਹ ਗੱਲ ਨਹੀਂ ਰਹੀ ਇੱਥੇ ਤੇ ਲੜਾਈਆਂ ਝਗੜੇ ਇੱਕ ਦੂਜੇ ਨਾਲ ਹੈ ਅਸਲ ਰੱਬ ਹੈ ਰੱਬ ਦਾ ਸਿਸਟਮ ਤੁਸੀਂ ਵੇਖੋ ਉਹ ਬੜਾ ਕਮਾਲ ਦਾ ਪਰਮਾਤਮਾ ਦਾ ਸਿਸਟਮ ਬਹੁਤ ਕਮਾਲ ਦਾ ਇਸ ਕਰਕੇ ਉਹਦੇ ਨਾਲ ਜੁੜੋ ਇੱਕ ਰੱਬ ਨਾਲ ਜੁੜੋ ਗੁਰਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ ਬਾਣੀ ਸਾਨੂੰ ਆਪਣੇ ਰੱਬ ਤੇਰੇ ਅੰਦਰ ਹੈ ਆਪਾਂ ਜਦੋਂ ਐਸ ਪੁੱਛਾਂਗੇ ਬਾਣੀ ਰੱਬ ਦੀਆਂ ਗੱਲਾਂ ਕਰੇਗੀ ਵੀ ਰੱਬ ਐ ਰੱਬ ਐ ਰੱਬ ਐ ਰੱਬ ਐ ਅੱਛਾ ਜੀ ਫਿਰ ਵਿੱਚ ਵਿੱਚ ਗੁਰੂ ਸਾਹਿਬ ਇਸ਼ਾਰਾ ਕਰ ਦਿੰਦੇ ਬਾਣੀ 'ਚ ਉਹ ਤੇਰੇ ਅੰਦਰ ਹੈ ਇਹਦਾ ਮਤਲਬ ਤੂੰ ਤੇਰੇ 'ਚ ਜੋਤ ਹੈ ਤੂੰ ਕਰ ਸਕਦਾ ਸਾਰਾ ਤੇਰੇ ਲੱਤਾਂ ਤੇ ਭਾਰ ਪਵੇ ਤੂੰ ਕੀ ਨਹੀਂ ਕਰ ਸਕਦਾ ਤੂੰ ਫਸਲ ਬੀਜ ਤੂੰ ਤੂੰ ਦਿਮਾਗ ਖੋਲ ਪੜ੍ਹਾਈ ਕਰ ਚੱਲ ਕੈਨੇਡਾ ਅਮਰੀਕਾ ਚੱਲ ਬਾਹਰ ਨੂੰ ਪੜ੍ਹਨ ਵਾਸਤੇ ਜਾ ਤੂੰ ਸਭ ਕੁਝ ਕਰ ਸਕਦਾ ਤੂੰ ਘਰ ਬਣਾ ਤੂੰ ਕੋਠੀਆਂ ਬਣਾ ਤੂੰ ਜਹਾਜ਼ ਬਣਾ ਤੂੰ ਰਾਕਟ ਬਣਾ ਤੂੰ ਬਣਾ ਤੇਰੇ ਵਿੱਚ ਹੈ ਰੱਬ ਇਹ ਕਹਿੰਦੇ ਨੇ ਬਾਣੀ ਇਹ ਕਹਿੰਦੀ ਹੈ ਇਹ ਕਹਿੰਦੀ ਬਾਣੀ ਤੂੰ ਆਪਣੇ ਆਪ ਨੂੰ ਪਛਾਣ ਐਵੇਂ ਨਾ ਲਿਲਕੜੀਆਂ ਲੈ ਕੇ ਡਿੱਗਦਾ ਫਿਰ ਥਾਂ ਥਾਂ ਉੱਤੇ ਇਹ ਤੇ ਢਾਂਚਾ ਬਣਾਇਆ ਸਾਡੇ ਵਿੱਚ ਸਾਰੇ ਦਾ ਸਾਰਾ ਆਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਪਿਆਰਿਓ ਤਿੰਨੇ ਦਿਨ ਬੋਲਦਿਆਂ ਬੜੀਆਂ ਹੀ ਭੁੱਲਾਂ ਹੋਈਆਂ ਹੋਣਗੀਆਂ ਮਾਫ ਕਰ ਦੇਣਾ ਜੀ ਬਾਕੀ ਜੋ ਸੁਣਦੇ ਹੋ ਪੱਲੇ ਬੰਨੋ ਨੇੜੇ ਤੇੜੇ ਕਿਤੇ ਵੀ ਦੀਵਾਨ ਹੋਣ ਪਹੁੰਚ ਕੇ ਹਾਜ਼ਰੀ ਭਰਨੀ ਸ੍ਰੀ ਗੁਰੂ ਸਿੰਘ ਸਭਾ ਯੂਥ ਕਲੱਬ ਜੋੜਿਆਂ ਦੀ ਸੇਵਾ ਵੀਰ ਜਗ੍ਹਾ ਜਗ੍ਹਾ ਕਰਦੇ ਆ ਇਹਨਾਂ ਦਾ ਧੰਨਵਾਦ ਹੈ ਸਾਡੇ ਇੱਥੇ ਤੁਹਾਡੇ ਨੇੜੇ ਇੱਕ ਦਸ਼ਮੇਸ਼ ਗੁਰਮਤ ਪ੍ਰਚਾਰ ਲਹਿਰ ਇਲਾਕਾ ਫਤਿਹਗੜ੍ਹ ਪੰਜਤੂਰ ਇਹਨਾਂ ਦੇ ਵੀ ਸੇਵਾਦਾਰ ਕਾਫੀ ਇਲਾਕੇ ਵਿੱਚ ਸੇਵਾ ਕਰਦੇ ਆ ਸਮਾਗਮ ਕਰਦੇ ਆ ਕਰਵਾਉਂਦੇ ਆ ਕਈ ਪ੍ਰਚਾਰਕਾਂ ਨੂੰ ਸੱਦਦੇ ਆ ਉਹਨਾਂ ਵੀਰਾਂ ਨੇ ਮੈਨੂੰ ਕਿਹਾ ਸੀ ਵੀ ਸਾਡੀ ਇੱਕ ਬੇਨਤੀ ਕਰ ਦਿਓ ਉਹਨਾਂ ਦਾ ਇੱਕ ਸਾਥੀ ਵੀ ਅੱਜ ਸਵੇਰੇ 9 ਵਜੇ ਇੱਕ ਸਿੱਖ ਸਿੰਘ ਉਹਨਾਂ ਦਾ ਮੈਂਬਰ ਉਹਨਾਂ ਦਾ ਚੜ੍ਹਾਈ ਕਰ ਗਿਆ ਸੋ ਉਹਨਾਂ ਵੱਲੋਂ ਵੀਰਾਂ ਵੱਲੋਂ ਦਸ਼ਮੇਸ਼ ਗੁਰਮਤ ਪ੍ਰਚਾਰ ਲਹਿਰ ਇਲਾਕਾ ਫਤਿਹਗੜ੍ਹ ਪੰਜਤੂਰ ਵੱਲੋਂ ਇੱਕ ਕੈਂਪ ਲਵਾਇਆ ਜਾ ਰਿਹਾ ਜੋ ਕਿ 10 ਅਪ੍ਰੈਲ ਨੂੰ ਮੰਗਲਵਾਰ ਸਵੇਰੇ 9 ਵਜੇ ਦੁਪਹਿਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਜੀਟੀ ਰੋਡ ਗੁਰਦੁਆਰਾ ਸਾਹਿਬ ਜੋਗੇਵਾਲਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਜੋਗੇਵਾਲਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜੀਟੀ ਰੋਡ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਕੈਂਪ ਲਵਾਇਆ ਜਾ ਰਿਹਾ ਅੱਖਾਂ ਦਾ ਮੁਫਤ ਚੈੱਕਅਪ ਆਪਰੇਸ਼ਨ ਕੈਂਪ ਹੈ ਤੇ ਖੂਨਦਾਨ ਬਲੱਡ ਡੋਨੇਟ ਕਰਨ ਵਾਸਤੇ ਉਹਦੇ ਵਿੱਚ ਜਿਹੜੇ ਵੀਰ ਭਰਾ ਪਹੁੰਚ ਸਕਦੇ ਹੈ ਉਹ ਲਾਭ ਪ੍ਰਾਪਤ ਕਰਨ ਇਹਨਾਂ ਵੀਰਾਂ ਦਾ ਉਪਰਾਲਾ ਹੈ ਤੇ ਉਹਦੇ ਲਈ ਲਾਭ ਪ੍ਰਾਪਤ ਕਰੋ ਪਿੰਡਾਂ ਵਿੱਚ ਅਨਾਉਂਸਮੈਂਟ ਨਾ ਕਰਕੇ ਅੱਖਾਂ ਦਾ ਚੈੱਕਅਪ ਜਿਨ੍ਹਾਂ ਨੇ ਕਰਾਉਣਾ ਹੈ ਉਹ ਪ੍ਰਬੰਧ ਕਰ ਲਓ ਬਾਕੀ ਖੂਨਦਾਨ ਜਿਹੜੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਵੈਸੇ ਵੀ 12-1500 ਜੋ ਕਿ ਇੱਕ ਬੋਤਲ ਲੈਣੀ ਹੋਵੇ ਨਾ ਬੋਤਲ ਤੇ ਕਹਿਣ 'ਚ ਹੀ ਹੁੰਦੀ ਹੈ ਹੁੰਦਾ ਥੋੜ੍ਹਾ ਜਿਹਾ ਹੀ ਹੁੰਦਾ ਉਹ 1200-1500 ਦੀ ਇੱਕ ਬੋਤਲ ਮਿਲਦੀ ਹੈ ਤੇ ਜੇ ਆਪਾਂ ਕਢਾ ਦਿੰਦੇ ਹਾਂ ਤੇ ਉਹ ਜਿਹੜਾ ਖੂਨ ਹੈ ਸਾਡਾ 2 ਦਿਨ ਵਿੱਚ ਪੂਰਾ ਹੋ ਜਾਂਦਾ ਵੈਸੇ ਵੀ ਜਿਹੜੇ ਸਿਆਣੇ ਡਾਕਟਰ ਕਹਿੰਦੇ ਆ ਕਹਿੰਦੇ ਕਢਾਉਂਦੇ ਰਹਿਣਾ ਚਾਹੀਦਾ ਵੈਸੇ ਵੀ ਅੱਜ ਕੱਲ੍ਹ ਦੇ ਹਿਸਾਬ ਨਾਲ ਕਢਾਉਂਦੇ ਰਹਿਣਾ ਚਾਹੀਦਾ ਕਹਿੰਦੇ ਬੰਦਾ ਹਲਕਾ ਜਿਹਾ ਰਹਿੰਦਾ ਮਹੀਨੇ ਬਾਅਦ ਕਹਿੰਦੇ ਬਲੱਡ ਡੋਨੇਟ ਕਰਿਆ ਕਰੋ 15 ਦਿਨਾਂ ਬਾਅਦ ਕਰਿਆ ਕਰੋ ਕਰਨਾ ਚਾਹੀਦਾ ਨੇੜੇ ਤੇੜੇ ਕੈਂਪ ਲੱਗਦੇ ਆ ਤੇ ਬਲੱਡ ਡੋਨੇਟ ਕਰੋ ਖੂਨਦਾਨ ਕੈਂਪ ਵਿੱਚ ਭਾਗ ਲਓ ਬਸ ਜਿਹੜੇ ਯੋਗ ਜਿਹੜੇ ਕਰ ਸਕਦੇ ਆ ਉਹ ਕਰਨ ਜ਼ਰੂਰ ਜਿਵੇਂ ਕਈ ਵਾਰੀ ਦੱਸੀਦਾ ਨਾ ਵੀ ਉਹ ਇੱਕ ਚਲਿਆ ਗਿਆ ਬਲੱਡ ਦਾਨ ਕਰਨਾ ਹੈ ਜੀ ਕਹਿੰਦੇ ਮੇਰਾ ਵੀ ਕੱਢ ਲਓ ਉਹ ਡਾਕਟਰ ਕਹਿੰਦੇ ਤੂੰ ਤੇ ਗਈ ਮਰਿਆ ਜਾ ਪਿਆ ਤੇਰਾ ਬਲੱਡ ਕੀ ਕੱਢ ਲਈ ਉਹ ਕਹਿੰਦਾ ਨਹੀਂ ਕੱਢ ਲਓ ਜੀ ਉਹ ਜਿੰਨਾ ਕੁ ਚੂਲੀ ਕ ਹੈ ਸੀ ਕੱਢ ਲਿਆ ਉਹ ਬੇਹੋਸ਼ ਹੋ ਗਿਆ ਜਦੋਂ ਬੇਹੋਸ਼ ਹੋ ਗਿਆ ਜਿੰਨਿਆਂ ਦਾ ਬਾਕੀਆਂ ਦਾ ਕੱਢਿਆ ਸੀ ਪਹਿਲਾਂ ਉਹਨੂੰ ਚੜਾਉਣਾ ਪੈ ਗਿਆ ਮਸਾ ਹੋਸ਼ ਵਿੱਚ ਆਇਆ
ਤੇ ਮਾੜਾ ਜਿਹਾ ਐ ਲੜਖੜਾਉਂਦਾ ਹੋਇਆ ਲੱਗਾ ਤੁਰਨ ਕਹਿੰਦਾ ਜੀ ਕੋਈ ਹੋਰ ਸੇਵਾ ਹੋਈ ਫਿਰ ਮੈਨੂੰ ਦੱਸਿਓ ਯਾਦ ਕਰਿਓ ਮੈਨੂੰ ਕਹਿੰਦੇ ਤੂੰ ਮੁੜ ਕੇ ਨਾ ਆਈ ਮਗਰੋਂ ਲੈ ਵੀ ਤੂੰ ਦੱਸ ਆਪਣਾ ਆਪ ਵੇਖ ਕੇ ਵੀ ਤੇ ਆ ਨਾ ਵੀ ਬਲੱਡ ਡੋਨੇਟ ਕਰਨ ਜੋਗਾ ਹੈ ਵੀ ਹੈ ਕਿ ਨਹੀਂ ਤਾਂ ਕਰਕੇ ਪਿਆਰਿਓ ਜਿਹੜੇ ਕਰ ਸਕਦੇ ਹੋ ਬਲੱਡ ਡੋਨੇਟ ਕਰਿਆ ਕਰੋ ਬੀਬੀਓ ਤੁਸੀਂ ਵੀ ਇਹ ਜਿਹੜੀਆਂ ਭੈਣਾਂ ਵੀ ਜਿਹੜੀਆਂ ਨਾ ਇਹ ਕਰਿਆ ਕਰੋ ਕੋਈ ਮਾੜੀ ਗੱਲ ਨਹੀਂ ਵੈਸੇ ਵੀ ਬੀਪੀ ਵਧੀਆ ਹੀ ਰਹਿੰਦਾ ਹੈ ਘਟਿਆ ਰਵੇ ਚੰਗਾ ਥੋੜ੍ਹਾ ਜਿਹਾ ਸੌਖੇ ਰਹਿਣਗੇ ਭਾਈ ਵੀ ਸਾਡੇ ਮਾੜੇ ਮੋਟੇ ਬੀਪੀ ਠੀਕ ਹੀ ਰਵੇ ਤੇ ਠੀਕ ਹੈ ਥੋੜ੍ਹਾ ਥੋੜ੍ਹਾ ਕਢਾ ਲਿਆ ਕਰੋ ਤੁਸੀਂ ਵੀ ਭਾਈਆਂ ਨੂੰ ਤਾਂ ਕਹਿੰਦੇ ਹੀ ਤੁਸੀਂ ਵੀ ਕਢਾਇਆ ਕਰੋ ਸੋ ਸਾਰਿਆਂ ਦਾ ਧੰਨਵਾਦ ਹੈ ਸਾਰਿਆਂ ਵੀਰਾਂ ਭਰਾਵਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਲਾਭ ਪ੍ਰਾਪਤ ਕੀਤਾ ਛੱਡੋ ਬੀਬੀ ਉਹ ਕਿਸੇ ਵੀ ਨੇੜੇ ਤੇੜੇ ਪਖੰਡ ਦੇ ਡੇਰੇ ਤੇ ਜਾਣਾ ਕੋਈ ਲੱਸੀਆਂ ਚੜ੍ਹਾਉਣੀਆਂ ਗੁੱਗੇ ਪੀਰ ਮੰਨਣੇ ਸਭ ਛੱਡ ਕੇ ਗੁਰਬਾਣੀ ਆਪ ਪੜਿਆ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦੇ ਲੜ ਲੱਗੋ ਆਪਣਾ ਜੀਵਨ ਸੋਹਣਾ ਬਣਾਓ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਰੱਖਣ ਬਾਕੀ ਵੀਰੋ ਇੱਕ ਹੋਰ ਬੇਨਤੀ ਕਰਾਂ ਹਰ ਬੰਦਾ ਆਪਣੀਆਂ ਬੱਚੀਆਂ ਨੂੰ ਪੜ੍ਹਾਓ ਜੋ ਤੁਹਾਡੀਆਂ ਧੀਆਂ ਜਿੱਥੇ ਤੱਕ ਪੜ੍ਹਨਾ ਚਾਹੁੰਦੀਆਂ ਪੜ੍ਹਾਓ ਮੇਰੀ ਉਹ ਭੈਣੋ ਖੁੱਲ੍ਹ ਕੇ ਜਿਹੜੀਆਂ ਬੱਚੀਆਂ ਅੱਜ ਦਸਵੀਂ 'ਚ ਪੜ੍ਹਦੀਆਂ ਪਲੱਸ ਟੂ ਕਰਦੀਆਂ ਆਪਣੇ ਪਿਤਾ ਨਾਲ ਖੁੱਲ੍ਹ ਕੇ ਗੱਲ ਕਰੋ ਇੱਦਾਂ ਬਹਿ ਕੇ ਸਾਹਮਣੇ ਬਾਗ ਵੀ ਪਿਤਾ ਜੀ ਪੱਗ ਨੂੰ ਦਾਗ ਨਹੀਂ ਲਾਉਂਦੀ ਜਿੱਥੇ ਤੱਕ ਪੜ੍ਹਨਾ ਚਾਹੁੰਦੀ ਆ ਮੈਨੂੰ ਪੜ੍ਹਨ ਦਿਓ ਰੋਕੋ ਜ਼ਿੰਮੇਵਾਰੀ ਤੁਹਾਡੀ ਵੀ ਜ਼ਿੰਮੇਵਾਰੀ ਹੈ ਨਾ ਫਿਰ ਜਦੋਂ ਵਾਅਦਾ ਕਰਕੇ ਪਿਓ ਨਾਲ ਜਾਏਗੀ ਮੰਨੀ ਵੀ ਫਿਰ ਉਹਦੀ ਗੱਲ ਤੂੰ ਧੀ ਜਿਹੜੀ ਹੈ ਖੁੱਲ੍ਹ ਕੇ ਗੱਲ ਕਰੇ ਆਪਣੇ ਪਿਤਾ ਨਾਲ ਵੀ ਪਿਤਾ ਜੀ ਮੈਨੂੰ ਪੜ੍ਹਾਓ ਮੈਂ ਪੜ੍ਹਨਾ ਚਾਹੁੰਦੀ ਹਾਂ ਜਿਹੜੀਆਂ ਬਾਹਰ ਵਾਸਤੇ ਜਾਣਾ ਚਾਹੁੰਦੀਆਂ ਜਾਣ ਦਿਓ ਰੋਕੋ ਨਾ ਬੱਚਿਆਂ ਨੂੰ ਉੱਡਣ ਦਿਓ ਪਿਆਰਿਓ ਰੱਬ ਨੇ ਯੂਨੀਕ ਪੈਦਾ ਕੀਤਾ ਪਿੰਜਰੇ ਨਾ ਪੈਦਾ ਕਰੋ ਹਰ ਬੰਦਾ ਰੱਬ ਨੇ ਵੱਖਰਾ ਪੈਦਾ ਕੀਤਾ ਆਪਣੇ ਨਾਲ ਸਿੱਧਾ ਕਨੈਕਸ਼ਨ ਹੈ ਰੱਬ ਦਾ ਰੱਬ ਨੇ ਸਿਸਟਮ ਬਣਾਇਆ ਹੈ ਤੇ ਉਹ ਉਹਦੇ ਤੇ ਪਿੰਜਰੇ ਨਾ ਪਾਓ ਉਹਨੂੰ ਕੈਦੀ ਨਾ ਬਣਾਓ ਜਿਹੜੇ ਉੱਡ ਸਕਦੇ ਆ ਜਿੰਨੇ ਫੈਲ ਸਕਦੇ ਆ ਇਹਨਾਂ ਨੂੰ ਫੈਲਣ ਦਿਓ ਜਿੰਨਾ ਪੜ੍ਹ ਸਕਦਾ ਕੋਈ ਜਿੰਨਾ ਅੱਗੇ ਜਾਣਾ ਚਾਹੁੰਦਾ ਜਾਣ ਦਿਓ ਬੱਚੀਆਂ ਵੀ ਆਪਣੇ ਪਿਓ ਦੀ ਪੱਗ ਦਾ ਖਿਆਲ ਰੱਖਣ ਤੇ ਤੁਸੀਂ ਵੀ ਆਪਣੀਆਂ ਧੀਆਂ ਨੂੰ ਮੈਂ ਇੱਥੇ ਤੱਕ ਵੀ ਕਹਿੰਦਾ ਹੁੰਦਾ ਹੈ ਵੀ ਜ਼ਮੀਨਾਂ ਵੇਚ ਕੇ ਵੀ ਅੱਜ ਦੇ ਸਮੇਂ 'ਚ ਨਿਆਣੇ ਪੜ੍ਹਾਉਣੇ ਪੈਣ ਤੇ ਪੜ੍ਹਾਓ ਜ਼ਮੀਨਾਂ ਨਾਲੋਂ ਪੜ੍ਹਾਈ ਬੜੀ ਜ਼ਰੂਰੀ ਹੈ ਅੱਜ ਕੱਲ੍ਹ ਅਗਲਾ ਪੜ੍ਹੇ ਲਿਖੇ ਬੱਚੇ ਪਾਲਦਾ ਤੇ ਜਿਹੜੀਆਂ ਧੀਆਂ ਸਾਡੀਆਂ ਪੜ੍ਹੀਆਂ ਲਿਖੀਆਂ ਹੈ ਅੱਜ ਆਈਲੈਟਸ ਜਿਨ੍ਹਾਂ ਨੇ ਕਰ ਲਏ ਦਾਜ ਮੁੰਡਿਆਂ ਵਾਲੇ ਚੱਕੀ ਫਿਰਦੇ ਆ ਜੀ ਵੀ ਅਸੀਂ ਦਾਜ ਦੇ ਦਿੰਦੇ ਹਾਂ ਜੀ ਪੜ੍ਹੀ ਲਿਖੀ ਹੈ ਪਤਾ ਉਹਨਾਂ ਨੂੰ ਵੀ ਇਹ ਕੈਨੇਡਾ ਗਈ ਸਾਡਾ ਸਾਰਾ ਟੱਬਰ ਹੀ ਲੈ ਜਾਣਾ ਜੀ ਹੌਲੀ ਹੌਲੀ ਇੱਦਾਂ ਸੋਚਦੇ ਆ ਜੀ ਲੋਕ ਪਰ ਆਓ ਵਪਾਰ ਵੀ ਨਾ ਕਰੋ ਇਹ ਵੀ ਬੇਨਤੀ ਕਰਾਂਗਾ ਪਿਆਰ ਕਰੋ ਥੋੜ੍ਹਾ ਜਿਹਾ ਵਪਾਰ ਨਾ ਕਰੋ ਹਰ ਗੱਲ 'ਚ ਵਪਾਰ ਨਹੀਂ ਅੰਦਰ ਇੱਕ ਅੰਦਰ ਰਿਸ਼ਤੇ ਜਿਹੜੇ ਨੇ ਉਹ ਪਿਆਰ ਨਾਲ ਬਣਦੇ ਆ ਵਪਾਰ ਨਾਲ ਨਹੀਂ ਬਣਦੇ ਸੋ ਆਪਣੀਆਂ ਬੱਚੀਆਂ ਨੂੰ ਪੜ੍ਹਾਓ ਵੱਧ ਤੋਂ ਵੱਧ ਗੁਰਬਾਣੀ ਪੜ੍ਹੋ ਸਮਝ ਲਓ ਸਹਿਜ ਪਾਠ ਵੱਧ ਤੋਂ ਵੱਧ ਰੱਖੋ ਜੇ ਕੋਈ ਮੇਰੇ ਵੀਰ ਭੈਣਾਂ ਸਹਿਜ ਪਾਠ ਰੱਖਣਾ ਚਾਹੁੰਦੇ ਹੋਣ ਮੇਰਾ ਖਿਆਲ ਇੱਥੇ ਰੱਖਦੇ ਹੋਣਗੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਇੱਥੇ ਹੈ ਨਾ ਸਹਿਜ ਪਾਠ ਕਰਾਉਣ ਦਾ ਪੋਥੀਆਂ ਵਗੈਰਾ ਦਾ ਇੱਥੇ ਹੈ ਜੀ ਤੁਹਾਡੇ ਗੁਰਦੁਆਰਾ ਸਾਹਿਬ ਕਿ ਅਸੀਂ ਉੱਥੋਂ ਭੇਜੀਏ ਟੀਮ ਤੁਹਾਡੇ ਪਿੰਡ ਵਿੱਚ ਸੁਣੋ ਫਤਿਹਗੜ੍ਹ ਪੰਜ ਤੂਰ ਜਿਹੜਾ ਆਪਣਾ ਇਹ ਨਗਰ ਹੈ ਚੇਤਾ ਰੱਖਿਓ ਆਹ ਜਿਹੜਾ ਬੁੱਧਵਾਰ ਆਏਗਾ ਅੱਜ ਐਤਵਾਰ ਹੈ ਬੁੱਧਵਾਰ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਅਸੀਂ ਇੱਕ ਟੀਮ ਭੇਜ ਦਿਆਂਗੇ ਉਹ ਸਵੇਰੇ 10 ਵਜੇ ਨਾਲੇ ਪੋਥੀਆਂ ਲੈ ਕੇ ਆਉਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਕੇ ਜਾਣਗੇ ਜਿਹੜੇ ਮੇਰੇ ਵੀਰ ਜਿਹੜੀਆਂ ਮੇਰੀਆਂ ਭੈਣਾਂ ਸਹਿਜ ਪਾਠ ਕਰਨਾ ਚਾਹੁੰਦੇ ਹੋ ਉਹ ਆਪ ਜੀ 10 ਵਜੇ ਫਤਿਹਗੜ੍ਹ ਪੰਜਤੂਰ ਜਿੱਥੇ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 10 ਵਜੇ ਆ ਜਾਓ ਸੁਣੋ ਪਿਆਰਿਓ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ ਕੋਈ ਪੈਸਾ ਨਹੀਂ ਪੋਥੀਆਂ ਲਓ ਸਹਿਜ ਪਾਠ ਕਰਨਾ ਕਿੱਦਾਂ ਤੁਹਾਨੂੰ ਦੱਸ ਕੇ ਜਾਣਗੇ ਜਿੰਨੇ ਪੰਜਾਬੀ ਪੜ੍ਹ ਲੈਂਦੇ ਹੋ ਸਹਿਜ ਪਾਠ ਸ਼ੁਰੂ ਕਰੋ ਡਰੋ ਨਾ ਬੜਾ ਸਾਨੂੰ ਡਰਾਉਂਦੇ ਆ ਜੀ ਪਾਪ ਲੱਗ ਜਾਣਾ ਪਤਾ ਨਹੀਂ ਕਿਹੜਾ ਭਾਰ ਪੈ ਜਾਣਾ ਸਾਡੇ ਸਿਰ ਤੇ ਜਿੰਨੇ ਬੰਦੇ ਅੱਜ ਪਾਠ ਸ਼ੁੱਧ ਕਰਦੇ ਆ ਕਦੇ ਨਾ ਕਦੇ ਉਹ ਪਾਠ ਗਲਤ ਕਰਦੇ ਸੀ ਜਿੰਨੇ ਅੱਜ ਸਹੀ ਪਾਠ ਕਰਦੇ ਆ ਪਹਿਲਾਂ ਸਾਰੇ ਹੀ ਗਲਤ ਕਰਦੇ ਹੁੰਦੇ ਆ ਕੋਈ ਸਿੱਧਾ ਹੀ ਸਿੱਖ ਕੇ ਥੋੜਾ ਆਉਂਦਾ ਜਿਹੜੇ ਵੀ ਪਾਠ ਅੱਜ ਕਰਦੇ ਆ ਕਦੇ ਨਾ ਕਦੇ ਗਲਤ ਵੀ ਕਰਦੇ ਹੀ ਰਹੇ ਆ ਸੋ ਜਿਹੜੇ ਜਿਹੜੇ ਮੇਰੇ ਵੀਰ ਭਰਾ ਜਾਂ ਭੈਣਾਂ ਸਹਿਜ ਪਾਠ ਕਰਨਾ ਚਾਹੁੰਦੇ ਹੋ ਉਹ ਬੁੱਧਵਾਰ ਨੂੰ ਸਵੇਰੇ 10 ਵਜੇ ਬੁੱਧਵਾਰ ਚੇਤਾ ਰੱਖਿਓ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਤਿਹਗੜ੍ਹ ਪੰਜਤੂਰ ਸੇਵਾਦਾਰ ਆ ਜਾਣਗੇ ਪੂਰੀ ਟੀਮ ਆਏਗੀ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਹੈ ਉਹ ਆਪਣੇ ਨਾਮ ਲਿਖਾਣ ਤੇ ਆਈ ਕਾਰਡ ਆਪਣੇ ਲੈ ਕੇ ਆਇਓ
ਆਪਣੇ ਆਈ ਕਾਰਡ ਫੋਟੋ ਕਾਪੀ ਲੈ ਆਇਓ ਭਾਵੇਂ ਆਈ ਕਾਰਡ ਵਿਖਾ ਕੇ ਪੋਥੀਆਂ ਲੈ ਲਓ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਨਾਲੇ ਤੇ ਗਿਆਨ ਹੋ ਗਿਆ ਸਾਲ ਬਾਅਦ ਭੋਗ ਪਾਇਆ ਬੱਚੇ ਦੇ ਜਨਮ ਦਿਨ ਤੇ ਫਿਰ ਫਿਰ ਆਰੰਭ ਕਰ ਲਿਆ ਅਗਲੇ ਸਾਲ ਫਿਰ ਭੋਗ ਪਾ ਲਿਆ ਨਾਲੇ ਤੇ ਬਾਣੀ ਚੱਲਦੀ ਰਹੀ ਨਾਲੇ ਬੱਚੇ ਦਾ ਜਨਮ ਦਿਨ ਮਨਾਇਆ ਗਿਆ ਤੇ ਨਾਲੇ ਬੱਚੇ ਨੂੰ ਵੀ ਹੋਵੇਗਾ ਵੀ ਮੇਰਾ ਪਿਤਾ ਮੇਰੇ ਜਨਮ ਦਿਨ ਤੇ ਸਹਿਜ ਪਾਠ ਕਰਦਾ ਹੁੰਦਾ ਸੀ ਹਰੇਕ ਸਾਲ ਭੋਗ ਪਾਇਆ ਕਰੋ ਆਪ ਕਰਿਆ ਕਰੋ ਸਹਿਜ ਪਾਠ ਮੇਰੇ ਵੀਰ ਕਰਨ ਜਿਹੜੀਆਂ ਪੰਜਾਬੀ ਭੈਣਾਂ ਪੜ੍ਹ ਲੈਂਦੀਆਂ ਭੈਣਾਂ ਪਾਠ ਕਰਿਆ ਕਰੋ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਪੜ੍ਹੋਗੇ ਥੋੜਾ ਥੋੜਾ 5-7 ਅੰਗ ਰੋਜ਼ ਪੜ੍ਹੋ 10 ਮਿੰਟ ਕੱਢ ਲਿਆ ਕਰੋ 20 ਮਿੰਟ ਜੇ ਰੋਜ਼ ਕੱਢੋ ਤੇ ਸਾਲ ਬਾਅਦ ਸਹਿਜ ਪਾਠ ਦਾ ਭੋਗ ਪੈ ਜਾਂਦਾ 20 ਮਿੰਟ ਘੜੀ ਵੇਖ ਕੇ 20 ਮਿੰਟ ਕੱਢੋ ਇੰਨਾ ਹੀ ਬਣਾ ਕੋਸ਼ਿਸ਼ ਕਰੋ ਸੋ ਬੁੱਧਵਾਰ ਚੇਤਾ ਰੱਖਿਓ 10 ਵਜੇ ਸਿੰਘ ਆਉਣਗੇ ਤੇ ਸਹਿਜ ਪਾਠ ਆਰੰਭ ਕਰੀਏ ਸਾਰੀਆਂ ਸੰਗਤਾਂ ਦਾ ਸਭ ਵੀਰਾਂ ਭੈਣਾਂ ਦਾ ਸਭ ਦਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਧੰਨਵਾਦ ਜਿਨ੍ਹਾਂ ਅੰਮ੍ਰਿਤ ਛਕਿਆ ਉਹਨਾਂ ਦਾ ਧੰਨਵਾਦ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ ਬਾਕੀ ਭਾਈ ਜਿਹੜੇ ਸੇਵਾਦਾਰਾਂ ਨੇ 3 ਦਿਨ ਰਲ ਕੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਕਾਰ ਸੇਵਾ ਵਾਲੇ ਬਾਬਿਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਨੂੰ ਸਿੰਘ ਦੱਸਦੇ ਜੀ ਕਹਿੰਦੇ ਬਹੁਤ ਸਹਿਯੋਗ ਸਾਨੂੰ ਦਿੱਤਾ ਸਮਾਗਮ ਦੇ ਵਿੱਚ ਇੱਥੇ ਕਹਿੰਦੇ ਲੰਗਰ ਦੀ ਪੂਰੀ ਡਿਊਟੀ ਕਹਿੰਦੇ ਸਾਰੀ ਸਾਂਭੀ ਉਹਨਾਂ ਦਾ ਵੀ ਧੰਨਵਾਦ ਸੋ ਸਾਰਿਆਂ ਦਾ ਧੰਨਵਾਦ ਹੈ ਸਮੁੱਚੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ ਜਿਨ੍ਹਾਂ ਨੇ ਮੱਥਾ ਨਹੀਂ ਜੀ ਟੇਕਿਆ ਉਹ ਨਮਸਕਾਰ ਕਰ ਲੈਣ ਪ੍ਰੇਮ ਭੇਟਾ ਆਪਣੀ ਰੱਖ ਲੈਣ ਜਿਹੜੇ ਪਿੱਛੇ ਆ ਕੇ ਬਹਿ ਗਏ ਸੀ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਗੱਜ ਕੇ ਆਨੰਦ ਸਾਹਿਬ ਜੀ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ 14 ਅਪ੍ਰੈਲ ਵਿਸਾਖੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਕੋਲ ਜਿਨ੍ਹਾਂ ਕੋਲ ਟਾਈਮ ਹੋਵੇ ਦਰਸ਼ਨ ਦੇਣੇ ਹਾਜ਼ਰੀ ਭਰਨੀ ਜੀ ਜ਼ਰੂਰ 14 ਅਪ੍ਰੈਲ ਵਿਸਾਖੀ ਵਾਲੇ ਨੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ 5 ਕੁ ਮਿੰਟ ਟਿਕਾ ਰੱਖੋ ਅਨੰਤ ਮਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਭਰੀਆਂ ਸ਼ਬਦ ਗਾ ਬਣਿਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿਆ ਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਸਾਰ ਅੰਗੀਕਾਰ ਕਰੇ ਤੇਰਾ ਕਾਰ ਸਭ ਸਾਰ ਸਮਰਨ ਲਾ ਸਮਰਨ ਸੁਆਮੀ ਤੂੰ ਕਿਉਂ ਬਣੋ ਹਰਿ ਨਾਨਕ ਮਨ ਮੇਰੇ ਸਦਾ ਰਹੋ ਹਰਿਆ ਸਾਚੇ ਸਾਹਿਬ ਕਿਆ ਨਾਹੀ ਕਰਦੇ ਸਦਾ ਸਿਮਤ ਸਲਾਹ ਤੇਰੀ ਨਾਮ ਅੰਤ ਸਾਵੇ ਨਾਮ ਜੀ ਪੈਦਾ ਦੋ ਵਰਿਆ ਵਾਜੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਸਾਜਾ ਆ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਕੁਖਾ ਸਾਧ ਗਵਾਇਆ ਕਰ ਸਾਧ ਸੁਖ ਬਣਿਆ ਇਸ ਅਨਿਰੀ ਚਾ ਸਭ ਸੁਝਾਈ ਤਾ ਕੁਰਬਾਨ ਤਾ ਗੁਰੇ ਤਾ ਜਿਸ ਦੀ ਆਏ ਬਣਿਆਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰ ਹੋ ਪਿਆਰੋ ਸਾਜਾ ਆ ਮੇਰਾ ਆਧਾਰੋ ਵਾਜੇ ਕੰਜ ਸ਼ਬਦ ਜਿਤ ਕਰ ਸੁਆਰ ਕਰ ਸੁਭਗ ਸ਼ਬਦ ਵਾਜੇ ਕਲਾਮ ਕਰ ਤਾਰੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਇਆ ਪੁੱਤਰ ਸੁਣੀ ਸੱਚੀ ਸਾਜਨ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਆਪੋ ਆਪਣੀ ਜਿਹਨੇ ਨਾਮ ਤੇ ਆਇਆ ਗਏ ਜਿਨੀ ਨਾਮ ਤੇ ਆਇਆ ਨਾਮ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।